ਸਿੱਧੂ ਵੀਰਾ ਵੀ ਹਨਾ 2016 ਵਿੱਚ ਕੈਨੇਡਾ ਗਿਆ ਸੀਗਾ, ਮੈਂ ਵੀ 2016 ਚ ਗਿਆ ਸੀਗਾ, ਸਾਡਾ ਸੇਮ ਕਾਲਜ ਸੀਗਾ, ਓਕੇ ਹੰਬਰ ਕਾਲਜ ਸੀਗਾ, ਤੇ ਮੇਰਾ ਵੀ ਸੇਮ ਕਾਲਜ ਸੀਗਾ ਤੇ ਉਹਨਾਂ ਦਾ ਵੀ, ਤੇ ਸ਼ਾਇਦ ਮੇਰੇ ਤੋਂ ਸੇਮ ਬੈਚ ਵੀ ਸੇਮ ਹੀ ਸੀਗਾ ਆਲਮੋਸਟ, ਓਕੇ ਨਾ ਉਦੋਂ ਮੇਰੇ ਕੋਲ ਗਾਣੇ ਆਏ ਸੀਗੇ ਨਾ ਬਾਈ ਦੇ ਗਾਣੇ ਆਏ ਸੀ, ਮੈਂ ਦੇਖਣਾ ਕਰਨਾ, ਮੈਂ ਕਿਹਾ ਵੀ 6.5 ਫੁੱਟ ਦਾ ਮੁੰਡਾ ਹਨਾ, ਕੁੱਕੜੀ ਦਾ ਕੋਰਸ ਹੁੰਦਾ ਇਹਨਾਂ ਦਾ, ਉਹਨਾਂ ਵਾਕ ਕਰਨਾ ਕਰਨਾ ਹਨਾ, ਪੂਰੇ ਕਾਲਜ ਤੋਂ ਮੈਨੂੰ ਲੰਬਾ ਲੱਗਦਾ ਹੁੰਦਾ ਸੀਗਾ ਪੂਰਾ ਚੋਬਰ ਹਨਾ, ਮੈਂ ਦੇਖਣਾ ਕਰਨਾ ਕਿ ਵੀ ਪਤਾ ਨਹੀਂ ਕੌਣ ਆ ਹਨਾ, ਅਤੇ ਫਿਰ ਮੈਨੂੰ ਪਤਾ ਲੱਗਾ ਵੀ ਸਿੱਧੂ ਆ, ਵੀ ਸਿੱਧੂ ਮੂਸੇ ਵਾਲਾ, ਉਹਨਾਂ ਦਾ ਪਹਿਲਾ ਗਾਣਾ ਆਇਆ ਸੀਗਾ ਉਦੋਂ ਨਿੰਜੇ ਵੀਰ ਨਾਲ ਗਾਣਾ ਆਇਆ ਸੀ ਉਹਨਾਂ ਨਾਲ, ਹਾਂਜੀ, ਅਤੇ ਉਹ ਗਾਣਾ ਮੈਂ ਸੁਣਿਆ ਸੀਗਾ, ਮੈਂ ਪਹਿਲੀ ਵਾਰੀ ਲਿਰਿਕਸ ਸੁਣੇ ਅਤੇ ਮੈਨੂੰ ਲਿਰਿਕਸ ਵੱਜੇ ਦਿਮਾਗ ਦੇ ਵਿੱਚ, ਉਹਦਾ ਮੈਂ ਨਾਮ ਪਹਿਲੀ ਵਾਰੀ ਸੁਣਿਆ ਸਿੱਧੂ ਮੂਸੇ ਵਾਲਾ, ਅਤੇ ਮੈਨੂੰ ਨਾਮ ਯਾਦ ਸੀਗਾ ਬਟ ਮੈਨੂੰ ਪਤਾ ਨਹੀਂ ਸੀ ਉਹੀ ਸੇਮ ਮੁੰਡਾ ਹਨਾ, ਅਤੇ ਮੈਂ ਵੇਖਣਾ ਕਰਨਾ, ਅਤੇ ਜਦੋਂ ਗਾਣੇ ਆ ਗਏ ਹਨਾ ਉਹ ਇੱਕਦਮ ਹੀ ਇੰਨੇ ਜ਼ਿਆਦਾ ਵਾਇਰਲ ਹੋ ਗਏ, ਮੈਂ ਦੇਖਣਾ ਕਰਨਾ, ਮੈਂ ਕਿਹਾ ਯਾਰ ਵੀ ਬੜੇ ਠੰਡੇ ਸੁਭਾਅ ਦਾ ਬੰਦਾ ਹਨਾ, ਇੱਥੇ ਆਰਾਮ ਨਾਲ ਤੁਰਿਆ ਫਿਰਦਾ ਸੀਗਾ, ਵੀ ਕੋਈ ਇੱਦਾਂ ਨਹੀਂ ਕੋਈ ਉਹ ਈਗੋ ਨਹੀਂ ਹੈਗੀ ਕੁਛ ਨਹੀਂ ਹੈਗਾ ਹਨਾ, ਅੱਜ ਇੱਡਾ ਵੱਡਾ ਸਟਾਰ ਬਣ ਗਿਆ ਹਨਾ, ਉਸ ਤੋਂ ਬਾਅਦ ਕਦੀ ਮੇਰਾ ਵਾਰਤਾਲਾਪ ਨਹੀਂ ਹੋਇਆ, ਅਤੇ ਮੈਂ ਬੜਾ ਲੱਕੀ ਸਮਝਦਾ ਕਿ ਸੇਮ ਕੋਲ ਸੀਗੇ, ਸੇਮ ਬੈਚ ਸੀਗਾ ਸਾਡਾ ਹਨਾ, ਕਦੀ ਮੈਂ ਗੱਲ ਸ਼ੇਅਰ ਨਹੀਂ ਕੀਤੀ ਇਹ ਵਾਲੀ ਨਾ ਕਿਸੇ ਨੂੰ ਦੱਸੀ ਆ, ਅਤੇ ਅੱਜ ਮੈਂ ਚਲੋ ਬੈਠਾ ਮੈਂ ਤੁਹਾਡਾ ਵੀ ਗੱਲ ਸ਼ੇਅਰ ਕਰਤੀ ਹਨਾ, ਕਿ ਮੈਂ ਅੱਖਾਂ ਨਾਲ ਦੇਖਦਾ ਹੁੰਦਾ ਸੀਗਾ ਕਿ ਬੰਦਾ ਤੁਰਿਆ ਫਿਰਿਆ, ਹੁਣ ਅੱਜ ਦੁਨੀਆ 'ਤੇ ਹੈ ਨਹੀਂ, ਅਤੇ ਉਹ ਚੀਜ਼ ਵੱਲੋਂ ਵੀ ਕਮੀ ਮਹਿਸੂਸ ਹੁੰਦੀ ਆ ਕਿ ਹਨਾ ਜਿਹੜਾ ਅੱਖਾਂ ਸਾਹਮਣੇ ਬੰਦਾ ਸਟਾਰ ਬਣਿਆ, ਅੱਖਾਂ ਸਾਹਮਣੇ ਇੰਨਾ ਨਾਮ ਬਣਾ ਗਿਆ, ਅਤੇ ਅੱਖਾਂ ਸਾਹਮਣੇ ਮਤਲਬ ਉਹ ਹੋ ਗਿਆ ਹਨਾ, ਚਲ ਗਿਆ ਸਿੱਧੂ, ਇੱਥੇ ਆ ਕੇ ਵਸਿਆ, ਮਿੱਟੀ ਨਾਲ ਜੁੜਿਆ ਹੈ ਨਾ, ਅਤੇ ਉਹ ਵੀ ਆਪਣੇ ਘਰਦਿਆਂ ਦਾ ਇਕੱਲਾ ਇਕੱਲਾ ਮੁੰਡਾ ਸੀਗਾ, ਸੋ ਜਿਸੀ ਉਹ ਇਹ ਚੀਜ਼ਾਂ ਇੱਕ ਆਰਟਿਸਟ ਦੇ ਲਾਈਫ ਨੂੰ ਕਿੰਨਾ ਕੁ ਇਫੈਕਟ ਪਾਉਂਦੀਆਂ ਨੇ, ਤਾਂ ਤੁਸੀਂ ਇਸ ਲੋਸ ਨੂੰ ਜਿਹੜਾ ਹੈ ਉਹ ਕਿੱਥੇ ਮਹਿਸੂਸ ਕਰਦੇ ਹੋ? ਗ੍ਰੇਕ ਟੀ ਸ਼ਰਟ ਪਾ ਕੇ ਘੁੰਮ ਰਿਹਾ ਸਿੱਧੂ ਦੀ ਹੈ ਨਾ, ਅਤੇ ਉਹ ਚੀਜ਼ ਬਹੁਤ ਵੱਡਾ ਘਾਟਾ ਹੋਇਆ, ਅਤੇ ਸ਼ਾਇਦ ਉਹ ਆਉਣ ਵਾਲੇ 10-20 ਸਾਲਾਂ ਵਿੱਚ ਵੀ ਨਾ ਪੂਰਾ ਹੋਏ, ਕੋਈ ਇਹੋ ਜਿਹਾ ਆਰਟਿਸਟ ਦੁਬਾਰਾ ਨਾ ਜੰਮੇ ਜਿਹੜਾ ਆਪਣੇ ਦਮ 'ਤੇ ਆਪਣੀ ਕੈਪੇਬਿਲਿਟੀ ਦੇ ਦਮ 'ਤੇ ਇੱਕ ਹੌਸਲਾ ਰੱਖਣ ਵਾਲੇ ਗੀਤਾਂ ਨਾਲ ਇੰਨਾ ਜ਼ਿਆਦਾ ਛਾਏ, ਮੈਨੂੰ ਨਹੀਂ ਲੱਗਦਾ। ਇੱਕ ਬੜਾ ਰੀਅਲ ਜਿਹਾ ਬੰਦਾ ਸੀਗਾ, ਹਾਲਾਂਕਿ ਮੈਂ ਕਦੇ ਮਿਲਿਆ ਨਹੀਂ ਉਹਨਾਂ ਨੂੰ, ਮੇਰੇ ਗਾਣੇ ਹਮੇਸ਼ਾ ਉਹ ਗੱਡੀ 'ਚ ਵਜਾ ਕੇ ਸ਼ੇਅਰ ਕਰਦੇ ਹੁੰਦੇ ਸੀਗੇ, ਮੈਨੂੰ ਬਹੁਤ ਚੰਗਾ ਲੱਗਦਾ ਹੁੰਦਾ ਸੀ ਕਿਉਂਕਿ ਯਾਰ ਸਪੈਸ਼ਲ, ਮੇਰੇ 5-6 ਗਾਣੇ ਮੈਂ ਸਪੈਸ਼ਲ ਵਜਾ ਵਜਾ ਕੇ ਗੱਡੀ ਵਿੱਚ ਨਾ ਸ਼ੇਅਰ ਕੀਤੇ ਆ। ਆਪਣੀ ਇੰਡਸਟਰੀ ਦੀ ਗੱਲ ਕਰੀਏ ਤਾਂ ਕਿਹੋ ਜਿਹਾ ਵੈਲਕਮ ਹਮੇਸ਼ਾ ਰਿਹਾ, ਅਤੇ ਕਿਹੋ ਜਿਹਾ ਟ੍ਰੀਟਮੈਂਟ ਇੱਕ ਸਟਾਰ ਨੂੰ ਜਾਂ ਇੱਕ ਕਲਾਕਾਰ ਨੂੰ ਮਿਲਦਾ ਹੈ, ਜੱਸੇ ਨੂੰ ਮਿਲਦਾ ਹੈ ਸਾਡੇ ਇੰਡਸਟਰੀ ਦੇ ਪਰਿਵਾਰ ਵੱਲੋਂ? ਇੰਡਸਟਰੀ ਲਾਈਫ ਸਾਰੀ ਫੇਕ ਲਾਈਫ ਹੈ ਜੀ, ਕਿ ਸ਼ੋਅ ਆਫ ਵਗੈਰਾ ਇਦਾਂ ਦਾ ਉਹ ਮੈਨੂੰ ਪਸੰਦ ਨਹੀਂ ਹੈਗਾ। ਹੋ ਲੱਗਿਆ ਪਤਾਵੇ ਤੂੰ ਬੈਲੀ ਅੱਖ ਵਾਉਂਦਾ, ਹੋ ਲੱਗਿਆ ਪਤਾਵੇ ਤੂੰ ਬੈਲੀ ਅੱਖ ਵਾਉਂਦਾ, ਆਓ ਤੇਰੇ ਅੱਗੇ ਬੋਲਦਾ ਹੀ ਨਹੀਂ, ਬੋਲਦਾ ਹੀ ਨਹੀਂ, ਪਿੰਡ ਰੋਲਿਆਂ 'ਚ ਪਹਿਲਾ ਨਾਮ ਆਉਂਦਾ, ਆਓ ਤੇਰੇ ਅੱਗੇ ਬੋਲਦਾ ਹੀ ਨਹੀਂ। ਜਦੋਂ ਪਹਿਲੀ ਵਾਰ ਸਟੂਡੀਓ ਗਏ ਸਾਂ ਤੇ ਉਹ ਮੈਮੋਰੀ ਯਾਦ ਹੈ, ਵੀ ਨਰਵਸ ਸੀਗੇ ਕਿਤੇ ਨਾ ਕਿਤੇ, ਐਕਸਾਈਟਮੈਂਟ ਹੀ ਬੜੀ ਜ਼ਿਆਦਾ ਸੀ। ਜਦੋਂ ਬੰਦਾ ਕੁਛ ਨਹੀਂ ਹੁੰਦਾ ਹਨਾ ਸਟੂਡੀਓ ਜਾਂਦਾ ਆ, ਤੇ ਤੁਹਾਨੂੰ ਕੋਈ ਸੀਰੀਅਸ ਨਹੀਂ ਲੈਂਦਾ ਹੁੰਦਾ, ਸੋ ਮੈਂ ਸਟੂਡੀਓ ਗਿਆ ਤੇ ਕੋਈ ਸੀਰੀਅਸ ਨਹੀਂ ਲੈਂਦਾ ਹਨਾ, ਤੁਹਾਨੂੰ ਮੈਂ ਗਿਆ, ਮੈਂ ਕਿਹਾ ਕੀ ਹੋ ਜਾਂਦਾ, ਹਾਂ ਵੀ ਮਿਊਜ਼ਿਕ ਡਾਇਰੈਕਟਰ ਬੈਠਾ ਹੋਇਆ ਇੱਦਾਂ ਕਰਕੇ, ਪਰ ਗੋਲੀ ਬੂਸ ਜਾ ਤੇ ਹੋਰ ਕਰਦੇ, ਨਾ ਕਿਸੇ ਨੇ ਕੋਈ ਐਡਵਾਈਸ ਦੇਣਾ, ਕਿਉਂਕਿ ਮੈਂ ਵੀ ਨਵਾਂ ਸੀਗਾ ਨਾ, ਅਤੇ ਗਾਣਾ ਰਿਕਾਰਡ ਕਰਤਾ ਅਤੇ ਉਹ ਵੋਕਲ ਕਿੱਥੇ ਜਾ ਰਹੀ ਆ, ਬੀਟ ਕਿੱਥੇ ਵੱਜ ਰਹੀ ਹੈ ਹਨਾ, ਮੈਂ ਸੁਣਿਆ ਮੇਰਾ ਦਿਲ ਜਿਹਾ ਟੁੱਟ ਗਿਆ, ਮੈਂ ਕਿਹਾ ਯਾਰ ਵੀ ਨਹੀਂ ਹਨਾ, ਸ਼ਾਇਦ ਮੇਰੇ ਵੱਸ ਦੀ ਗੱਲ ਨਹੀਂ ਹੈਗੀ। ਜੈਸੇ ਕਿੰਨੇ ਕੁ ਜਜ਼ਬਾਤੀ ਹੋ, ਕਿਹਨਾਂ ਗੱਲਾਂ ਨੂੰ ਲੈ ਕੇ ਹਮੇਸ਼ਾ ਤੁਸੀਂ ਓਵਰ ਇਮੋਸ਼ਨਲ ਫੀਲ ਕਰਦੇ ਹੋ? ਮੈਨੂੰ ਟਰਸਟ ਬਹੁਤ ਛੇਤੀ ਹੋ ਜਾਂਦਾ, ਲਾਈਕ ਕੋਈ ਬੰਦਾ ਮੇਰੇ ਨਾਲ ਚਾਰ ਪਿਆਰ ਵਾਲਾ ਅੱਖਰ ਕਰ ਦੂਗਾ ਸ਼ੇਅਰ, ਕੋਈ ਗੱਲ ਦੱਸ ਦੂਗਾ ਮੈਨੂੰ, ਮੈਂ ਮੰਨ ਜਾਂਦਾ ਵਾਂ। ਤੇ ਫੱਟ ਵੀ ਖਾਦੇ? ਬਿਲਕੁਲ ਖਾਦੇ ਆ ਜੀ, ਵਾਧੂ ਵੀ ਖਾਦੇ ਆ, ਕੋਈ ਚੱਕਰ ਨਹੀਂ ਐਡਾ ਹਨਾ। ਹਾਂ ਹੁਣ ਥੋੜ੍ਹੇ ਸਿਆਣੇ ਹੋ ਗਏ ਪਹਿਲਾਂ ਨਾਲੋਂ, ਹੁਣ ਥੋੜ੍ਹਾ ਘੱਟ ਕਰੀਦਾ, ਬਟ ਪਹਿਲਿਆਂ ਦਿਨਾਂ ਵਿੱਚ ਮਿਊਜ਼ਿਕ ਇੰਡਸਟਰੀ ਦੀ, ਮਿਊਜ਼ਿਕ ਲਾਈਨ ਦੇ ਵਿੱਚ, ਸਟਾਰਟਅਪ ਦੇ ਵਿੱਚ ਕਾਫੀ ਇੱਦਾਂ ਦੇ ਲੋਕ ਵੀ ਮਿਲੇ ਸਾਨੂੰ, ਵੀ ਠੀਕ ਆ ਹਾਂ ਇੱਦਾਂ ਕਰ ਦਾਂਗੇ ਇਹ ਕਰ ਦਾਂਗੇ, ਬਟ ਬਾਅਦ 'ਚ ਨਿਕਲਦਾ ਕੁਛ ਨਹੀਂ ਹੁੰਦਾ ਹਨਾ। ਯਾਰੀ ਕੀ ਹੈ ਜੱਸੇ ਤੁਹਾਡੇ ਲਈ ਅੱਜ ਦੀ ਡੇਟ 'ਚ, ਵਾਟ ਇਜ਼ ਫਰੈਂਡਸ਼ਿਪ ਫੋਰ ਯੂ? ਉਹ ਯਾਰੀ ਨਹੀਂ ਹੈ ਕਿ ਜਿਹੜੀ ਆਪਾਂ ਪਹਿਲਾਂ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਦੇਖਦੇ ਹੁੰਦੇ ਸੀ, ਕਿ ਜੋ ਗੱਲ ਨੂੰ ਉਹ ਕਹਿਤੀ ਉਹ ਪਗਾਣੀ ਆ। ਅੱਜ ਕੱਲ੍ਹ ਦੀ ਯਾਰੀ ਬਸ ਇੰਨੀ ਰਹਿ ਗਈ ਆ ਜੀ ਹਨਾ, ਜੀ ਕਿਸੇ ਨਾਲ ਰਿਸ਼ਤਾ ਤੋੜਨਾ ਅਤੇ ਅਨਫੋਲੋ ਕਰ ਦਿਉ ਅਗਲੇ ਬੰਦੇ ਨੂੰ ਸੋਸ਼ਲ ਮੀਡੀਆ ਤੋਂ, ਜੇ ਜੋੜਨਾ ਤਾਂ ਫੋਲੋ ਕਰ ਦਿਉ। ਫੋਟੋ
ਮਿੰਤਾ ਕਰਾਣੀ ਪਸੰਦ ਨਹੀਂ ਹੈ ਨਾ, ਮੈਂ ਬਹੁਤ ਘੱਟ ਫੋਟੋ ਕਰਾਉਂਦਾ, ਕਈ ਵਾਰੀ ਮੇਰੇ ਨਾਰਾਜ਼ ਵੀ ਹੋ ਜਾਂਦੇ ਆ ਫੈਨਸ ਫੋਟੋ ਫੋਟੋ ਹੋ ਜਾਂਦੇ ਨੇ, ਹਾਂ ਹੋ ਜਾਂਦੇ ਨੇ ਕਿ ਫੋਟੋ ਨਹੀਂ ਕਰਾਉਂਦਾ ਜੇ, ਉਹ ਕਈ ਗਾਲਾਂ ਵੀ ਕੱਢਦੇ ਨੇ ਅੱਛਾ ਬਣ ਗਿਆ ਹੈ ਨਾ ਫੋਟੋ ਨਹੀਂ ਕਰਾਉਂਦਾ। ਦੀਪਕ ਢਿੱਲੋਂ ਜੀ ਦਾ ਸੁਭਾਅ ਕਿਵੇਂ ਬਣਿਆ, ਕਿਉਂਕਿ ਤੁਹਾਡੇ ਇਸ ਗੀਤ ਤੋਂ ਬਾਅਦ ਉਹਨਾਂ ਦੀ ਵੀ ਇੱਕ ਵਾਰ ਜਿਹੜੀ ਹਾਈਪ ਕਹਿ ਲਓ ਜਾਂ ਕਹਿ ਲਓ ਵੀ ਰੀਐਂਟਰੀ ਦੁਬਾਰਾ ਹੋਈ ਹੈ। ਮੈਨੂੰ ਲੱਗਾ ਮੈਂ ਕਿਹਾ ਵੀ ਇੱਦਾਂ ਦੀ ਵਾਈਬ ਦਾ ਗਾਣਾ ਹੈ ਨਾ, ਉਹਨਾਂ ਦੀ ਵੋਕਲ ਬੜੀ ਸ਼ਾਰਪ ਜੀ ਆ, ਬੜੀ ਮੈਨੂੰ ਪਰਸਨਲੀ ਪਸੰਦ ਸੀਗੀ, ਅਤੇ ਬਸ ਇੱਦਾਂ ਹੀ ਆਈਡੀਆ ਸੀਗਾ ਮੈਂ ਕਿ ਉਹਨਾਂ ਨਾਲ ਗਾਣਾ ਕਰਨਾ, ਅਤੇ ਉਹਨਾਂ ਵੀ 3-4 ਵਾਰੀ ਵੋਕਲਾਂ ਭੇਜੀਆਂ ਮੈਨੂੰ ਕਰ ਕਰਕੇ, ਰੀ ਰਿਕਾਰਡ ਕਰ ਕਰਕੇ। ਹਾਂ ਉਹ ਬਹੁਤ ਮੈਨੂੰ ਕਦੇ ਕਦੇ ਕਹਿੰਦੇ ਥੈਂਕ ਯੂ ਕਹਿੰਦੇ ਹੁੰਦੇ ਕਿ ਦੁਬਾਰਾ ਹੈ ਨਾ, ਮੈਂ ਕਿਹਾ ਵੀ ਨਹੀਂ ਇੱਦਾਂ ਦਾ ਕੁਛ ਨਹੀਂ ਹੈਗਾ ਹੈ ਨਾ, ਤੁਹਾਡੀ ਖੁਦ ਦੀ ਕਿਸਮਤ ਆ, ਤੁਹਾਡੀ ਖੁਦ ਦੀ ਮਿਹਨਤ ਸੀਗੀ, ਤੁਸੀਂ ਐਕਸੈਪਟ ਕੀਤਾ ਗਾਣਾ ਨਾਲ ਦੇ ਨਾਲ ਹੈ ਨਾ, ਚਲੋ ਵਾਹਿਗੁਰੂ ਦੀ ਮਿਹਰ ਨਾਲ ਚੱਲ ਗਿਆ ਗਾਣਾ। ਐਕਟਿੰਗ ਵੀ ਥੋੜ੍ਹੀ ਬਹੁਤ ਪਸੰਦ ਆ, ਓਕੇ ਐਕਟਿੰਗ ਦਾ ਵੀ ਸ਼ੌਂਕ ਰੱਖਦਾ ਕਿਤੇ ਨਾ ਕਿਤੇ ਮੈਂ ਆਪਣੇ ਦਿਲ ਵਿੱਚ, ਹੁਣ ਕਿਉਂਕਿ ਦਿਲ ਤੱਕ ਤੇ ਰਹੀ ਨਹੀਂ, ਹੁਣ ਤੇ ਸਾਹਮਣੇ ਆ ਗਈ ਐਕਟਿੰਗ ਵਾਲੀ ਗੱਲ। ਕਿੱਦਾਂ ਦੀਆਂ ਫਿਲਮਾਂ ਤੁਸੀਂ ਖੁਦ ਦੇਖਦੇ ਹੋ ਤੇ ਕਿੱਦਾਂ ਦੀਆਂ ਫਿਲਮਾਂ ਜਿਸ ਤੋਂ ਚਾਹੁੰਦਾ ਹੈ ਵੀ ਮੈਂ ਇਹੋ ਜਿਹੇ ਕਿਰਦਾਰ ਕਰਾਂ ਜੇ ਜਦੋਂ ਮੇਰੇ ਕੋਲ ਮੌਕਾ ਆਵੇ? ਪੰਜਾਬੀ ਸਿਨੇਮਾ ਬਾਰੇ ਗੱਲ ਕਰਾਂ ਹੁਣ, ਅੱਜ ਕੱਲ੍ਹ ਟਿੱਪਣੀ ਮੈਂ ਕਰਨਾ ਚਾਹੁੰਦਾ ਪੰਜਾਬੀ ਸਿਨੇਮਾ ਬਾਰੇ ਇੱਕ ਛੋਟੀ ਜੀ। ਇੰਨੀਆਂ ਮੂਵੀਜ਼ ਆ ਰਹੀਆਂ ਨੇ ਹੈ ਨਾ ਕਾਫੀ, ਤੁਸੀਂ ਦੇਖਦੇ ਹੋ ਕਿੰਨੀਆਂ ਕਿੰਨੀਆਂ ਮੂਵੀਜ਼ ਆ ਰਹੀਆਂ ਨੇ, ਫਲੋਪ ਵੀ ਬਹੁਤ ਜ਼ਿਆਦਾ ਹੋ ਰਹੀਆਂ ਨੇ, ਕਿੰਨਾ ਜ਼ਿਆਦਾ ਉਹ ਸਿਨੇਮੇ ਨਾਲ ਪਿਆਰ ਹੋਊਗਾ ਕਿਸੇ ਨੂੰ ਤਾਂ ਸਿਨੇਮਾ ਅੱਗੇ ਵਧੂਗਾ ਹੋਰ, ਹੈ ਨਾ। ਉਹ ਪੈਸੇ ਨਾਲ ਪਿਆਰ ਕਰਕੇ ਆਪਾਂ ਸਿਨੇਮੇ ਨੂੰ ਅੱਗੇ ਨਹੀਂ ਲੈ ਕੇ ਜਾ ਸਕਦੇ, ਸੋ ਪ੍ਰੋਡਕਸ਼ਨ ਟੀਮ ਜਿੰਨੀਆਂ ਵੀ ਕੰਮ ਕਰਦੇ ਆ ਨਿੱਕਾ ਜਿਹਾ ਸੁਨੇਹਾ ਕਿ ਸਿਨੇਮੇ ਨਾਲ ਪਿਆਰ ਕਰਨਾ ਪਊਗਾ ਅਤੇ ਫਿਰ ਸਿਨੇਮਾ ਅੱਗੇ ਜਾਊਗਾ। ਸਿਸਟਰ ਦਾ ਸਰਕਲ ਕਿਸ ਤਰ੍ਹਾਂ ਉਹਨਾਂ ਨੂੰ ਟ੍ਰੀਟ ਕਰਦਾ ਹੁਣ ਵੀ, ਇਹਦਾ ਭਰਾ ਤਾਂ ਆਰਟਿਸਟ ਹੈ, ਯੂਜੂਅਲੀ ਤਾਂ ਪਿੰਡਾਂ ਵੱਲ ਹੁੰਦਾ ਵੀ ਇਹਦਾ ਤਾਂ ਆਪਣਾ ਇੱਕੋ ਹੀ ਭਰਾ ਹੈ ਨਾ। ਉਹ ਮੇਰੀ ਸਿਸਟਰ ਨੂੰ ਕਹਿੰਦੇ ਹੁੰਦੇ ਆ ਕਿ ਤੂੰ ਤਾਂ ਲੱਗਦੀ ਨਹੀਂ ਉਹਦੇ ਵਰਗੀ, ਸੇਮ ਉਹਨਾਂ ਦੀ ਥੋੜ੍ਹੀ ਜਿਹੀ ਨਾ ਲਾਈਕ ਗੁੱਸਾ ਲੱਗ ਰਿਹਾ ਮੇਰੀ ਭੈਣ ਮੇਰਾ, ਅਤੇ ਉਹਨਾਂ ਥੋੜ੍ਹਾ ਰੰਗ ਥੋੜ੍ਹਾ ਜਿਹਾ ਹਲਕਾ ਜਿਹਾ ਪੱਕਾ ਮੇਰੇ ਨਾਲ, ਅਤੇ ਉਹ ਸ਼ੁਰੂ 'ਚ ਨਾ ਸਾਡਾ ਜਿਵੇਂ ਉਹ ਡੈਡ 'ਤੇ ਗਏ ਆ ਅਸਲ 'ਚ ਫੇਸ ਜਿਹੜਾ ਹੈ ਨਾ, ਜੋ ਮੇਰਾ ਫੇਸ ਸਟਰਕਚਰ ਆ ਸਾਰਾ ਮੇਰੇ ਮੋਮ 'ਤੇ ਆ, ਅਤੇ ਉਹਨੂੰ ਸਾਰੇ ਇਹੀ ਕਹਿੰਦੇ ਕਿ ਤੂੰ ਜੱਸੇ ਦੀ ਭੈਣ ਨਹੀਂ ਲੱਗਦੀ, ਸਾਰੇ ਨੂੰ ਇਹੀ ਕਹਿੰਦੇ ਆ, ਬਟ ਹੁਣ ਤਾਂ ਫਿਰ ਸਾਰਿਆਂ ਨੂੰ ਪਤਾ ਹੀ ਆ ਹੈ ਨਾ ਕਿ ਜੱਸੇ ਦੀ ਹੀ ਭੈਣ। ਹਾਂਜੀ। ਸਭ ਤੋਂ ਜ਼ਿਆਦਾ ਅਟੈਚ ਕਿਹਦੇ ਹੋ ਘਰ ਦੇ ਵਿੱਚ, ਮਾਮਾ ਦੇ? ਬਿਲਕੁਲ ਜੀ, ਅਸਲ 'ਚ ਮੈਂ ਮੇਰੀ ਮੋਮ ਅਤੇ ਮੇਰੀ ਸਿਸਟਰ ਨੇ ਮੇਰੀ ਫੈਮਿਲੀ ਵਿੱਚ, ਅਤੇ ਸਭ ਤੋਂ ਵੱਧ ਅਟੈਚ ਫਿਰ ਮੈਂ ਮੰਮੀ ਨਾਲ ਹੀ ਹਾਂ ਹੈ ਨਾ, ਅਤੇ ਉਹ ਹੁਣ ਦੇਖਣਗੇ ਇੰਟਰਵਿਊ ਕਹਿਣਗੇ, ਉਹਨਾਂ 10-10 ਵਜੇ ਇੰਟਰਵਿਊ ਦੇਖਣਾ ਮੇਰਾ ਘੱਟੋ ਘੱਟ। ਅੱਛਾ, ਹੁਣ ਤੱਕ ਦਾ ਕਿਹੜਾ ਗੀਤ ਹੈ ਜਿਹੜਾ ਵਾਕਈ ਉਹਨਾਂ ਨੂੰ ਬਹੁਤ ਉਹਨਾਂ ਦੇ ਦਿਲ ਨੂੰ ਚੱਜਿਆ? ਮੇਰੀ ਮੋਮ ਨੂੰ ਨਾ ਹਜੇ ਵੀ ਮੇਰੀ ਮੰਮੀ ਨੂੰ ਟਲ ਜਾ ਗਾਣਾ ਬਹੁਤ ਪਸੰਦ ਆ, ਅਸਲ 'ਚ ਨਾ ਬੀਟ 'ਤੇ ਕੋਈ ਰਾਗ ਹੈ ਨਹੀਂ, ਉਹ ਬੀਟ ਬਿਨਾਂ ਰਾਗ ਤੋਂ ਆ ਅਤੇ ਉਹ ਫੜਨੀ ਬੜੀ ਔਖੀ ਜਿਹੀ ਲੱਗਦੀ ਸਾਰਿਆਂ ਨੂੰ, ਅਤੇ ਮੈਂ ਸੁਣੀ ਮੈਂ ਬਣਾਉਣ ਲੱਗ ਪਿਆ ਗਾਣਾ ਹੈ ਨਾ, ਇੱਕ ਦੋ ਪੈਰਾ ਬਣਾਇਆ ਉਹਦੇ 'ਤੇ ਅਤੇ ਲਿਖਿਆ ਅਤੇ ਰਿਕਾਰਡ ਕੀਤਾ, ਬਟ ਉਹ ਵਾਈਬ ਜੀ ਆਏ ਨਾ, ਉਹ ਇੱਦਾਂ ਲੱਗੇ ਕਿ ਯਾਰ ਜਿਤਨੀ ਕੀ ਚੱਲੀ ਜਾਂਦਾ ਕੀ ਹੋਈ ਜਾਂਦਾ ਹੈ ਨਾ। ਮੈਂ ਉਹ ਇਕੱਲਾ ਗਾਣਾ ਜਿਹੜਾ ਮੈਂ ਸਭ ਤੋਂ ਵੱਧ ਵਾਰ ਰਿਕਾਰਡ ਕੀਤਾ, ਟੀਚਰ ਨੇ ਮੈਨੂੰ ਸੱਦਣਾ ਕਰਨਾ ਵੀ ਆ ਜਾ ਵੀ ਗਾਣੇ ਸੁਣਾਉਗਾ ਸਾਨੂੰ ਕੁਛ ਸੁਣਾ ਹੈ ਨਾ, ਮੈਡਮ ਨੇ ਕਹਿਣਾ ਕਰਨਾ ਇੱਕ ਗਾਣਾ ਸੁਣਾ ਅਤੇ ਮੈਂ 4 ਸੁਣਾਉਣੇ ਕਰਨੇ, ਅਤੇ ਉਦੋਂ ਮੈਂ ਸੁਣਾਉਂਦਾ ਹੁੰਦਾ ਸੀਗਾ ਆਪਣੇ ਦੇਸੀ ਟਿਪੀਕਲ ਗਾਣੇ ਆਪਣੇ ਪਿੰਡਾਂ ਪੁੰਡਾਂ ਵਾਲੇ ਹੈ ਨਾ, ਅਤੇ ਉਹਨਾਂ ਕਹਿਣਾ ਕਰਨਾ ਵੀ ਬਾਕੀ ਤਾਂ ਜਵਾਕ ਆਉਂਦੇ ਆ ਹੈ ਨਾ, ਥੋੜ੍ਹੇ ਰੋਮੈਂਟਿਕ ਟੱਚ ਜਿੱਦਾਂ ਦੇ ਗਾਣੇ ਸੁਣਾਉਂਦੇ ਆ ਹੈ ਨਾ, ਅਤੇ ਤੂੰ ਉਹਨਾਂ ਟੋਟਲੀ ਵਾਈਬ ਚੇਂਜ ਕਰ ਦੇਣਾ ਆ ਕੇ ਪੂਰੇ ਖੜਕੇ ਧੜਕੇ ਵਾਲੇ ਗਾਣੇ ਸੁਣਾ ਕੇ ਹੈ ਨਾ, ਅਤੇ ਅਸਲ 'ਚ ਪਸੰਦ ਵੀ ਉਹ ਕਰਦੇ ਹੁੰਦੇ ਸੀਗੇ ਸਾਰੇ, ਸੋ ਨਾਲ ਇੱਦਾਂ ਤਾਂ ਕਰਦਾ ਹੁੰਦਾ ਸੀਗਾ ਸਟਾਈਲ ਪੂਰਾ ਐਂ ਕਰਕੇ ਸੁਣਾਉਣੇ ਕਰਨੇ। ਨਿਸ਼ਾਨੀਆਂ ਪਾਇਆ ਜੋ ਹੱਥਾਂ ਵਿੱਚ ਛੱਲੇ ਮੁੰਦੀਆਂ ਸੋਹਣੀਏ ਜੋ ਹੱਥਾਂ ਵਿੱਚ ਛੱਲੇ ਮੁੰਦੀਆਂ ਹੀਰੀਏ ਨੀ ਹੱਥਾਂ ਵਿੱਚ ਛੱਲੇ ਮੁੰਦੀਆਂ ਛੱਲੇ ਮੁੰਦੀਆਂ ਛੱਲੇ ਮੁੰਦੀਆਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਅੱਜ ਦਾ ਇਹ ਇੰਟਰਵਿਊ ਮੇਰੇ ਲਈ ਬਹੁਤ ਸਪੈਸ਼ਲ ਹੈ ਕਿਉਂਕਿ ਮੈਂ ਇਸ ਦੀ ਖਾਸੀ ਹੁਣ ਤੱਕ ਦੀ ਵੇਟ ਕੀਤੀ ਹੈ, ਕਿਉਂ ਕੀਤੀ ਹੈ ਉਹ ਮੈਂ ਤੁਹਾਨੂੰ ਹੁਣੇ ਦੱਸਾਂਗੀ। ਪਰ ਇੱਕ ਯੰਗਸਟਰ ਜਿਹੜਾ ਇੰਡੀਆ ਤੋਂ ਪਹਿਲੇ ਕੈਨੇਡਾ ਜਾਂਦਾ, ਫਿਰ ਕੈਨੇਡਾ ਤੋਂ ਵੀ ਫਰਾਰ ਹੋ ਜਾਂਦਾ, ਪਰ ਫਰਾਰ ਹੁੰਦਾ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਵੱਲ ਨੂੰ, ਫਿਰ ਉਹਦੇ ਬੜੇ ਰੌਲੇ ਪੈਂਦੇ ਆ, ਰੌਲੇ ਪੈਂਦੇ ਆ ਜੀ ਉਹਦੀ ਕਾਮਯਾਬੀ ਦੇ, ਉਹਦੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ, ਉਹਦੀ ਤਰੱਕੀ ਦੇ, ਫਿਰ ਸਾਰੇ ਕਹਿੰਦੇ ਆ ਟਲ ਜਾ ਟਲ ਜਾ, ਪਰ ਇਹ ਪਤੰਦਰ ਕਿੱਥੇ ਟਲਦਾ ਹੈ, ਅਤੇ ਫਿਰ ਇਸੇ ਲਈ ਸਾਰਿਆਂ ਨੂੰ ਉਸ ਦੇ ਨਾਲ ਪਿਆਰ ਹੋ ਜਾਂਦਾ ਹੈ। ਬਿਲਕੁਲ ਸਾਡੇ ਨਾਲ ਨੇ ਵਨ ਐਂਡ ਓਲ ਜੀ ਟਲ ਜਾ ਬੋਏ ਜੱਸਾ ਢਿੱਲੋਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਪਹਿਲੇ ਤੇ। ਥੈਂਕ ਯੂ ਸੋ ਮਚ। ਸੋ ਆਈ ਐਮ ਸ਼ੋਰ ਕਿ ਇੱਥੇ ਬਹੁਤ ਠੰਡ ਵਾਲਾ ਮਾਹੌਲ ਹੈ, ਸੋ ਥੋੜੀ ਦੇਰ ਤੱਕ ਚਾਹ ਕਾਫੀ ਹੋਣੀ ਆ ਜਾਏਗੀ। ਕੈਨੇਡਾ ਤੋਂ ਆਪਾਂ ਸੋ ਠੰਡ ਕਾਫੀ ਜਰੀ ਹੋਈ ਹੈ, ਤੇ ਕੋਈ ਬਾਲੀ ਠੰਡ ਨਹੀਂ ਆਗੀ, ਠੀਕ ਲੱਗ ਰਿਹਾ। ਠੀਕ ਲੱਗ ਰਿਹਾ ਤੁਹਾਨੂੰ, ਸਾਡੇ ਲਈ ਇਹੀ ਬਹੁਤ ਹੈ, ਸਾਡਾ ਹੀ ਕੈਨੇਡਾ ਹੈ। ਨਹੀਂ ਵੈਸੇ ਵੀ ਅੰਦਰ ਜਾ ਠੰਡਾ, ਬਾਹਰ ਮਾਹੌਲ ਵਧੀਆ। ਮਾਹੌਲ ਓਕੇ ਓਕੇ। ਅੱਛਾ ਜੈਸਾ, ਮੈਨੂੰ ਇੱਕ ਗੱਲ ਦੱਸੋ, ਹੁਣ ਜਦੋਂ ਇੰਡੀਆ ਆਏ ਹੋ ਹੈ ਨਾ, ਪਹਿਲੇ ਤਾਂ
ਸਟਾਰ ਬਣ ਕੇ ਆਉਣ ਵਾਲੀ ਫੀਲ ਜਿਹੜੀ ਹੈ ਬਾਅਦ ਵਿੱਚ ਵਾਲੀ, ਉਹ ਫੀਲ ਕਿਹੋ ਜਿਹੀ ਹੁੰਦੀ ਹੈ? ਸਟਾਰ ਟਾਈਪ ਫੀਲਿੰਗ ਹੁੰਦੀ ਹੈ? ਫੀਲ ਵਧੀਆ ਜੀ। ਜਦੋਂ ਮੈਂ ਗਿਆ ਸੀ ਹਨਾ, ਇੱਕ ਬਿਲਕੁਲ ਕੋਈ ਜਾਣਦਾ ਨਹੀਂ ਸੀ, ਕੋਈ ਪਛਾਣਦਾ ਨਹੀਂ ਸੀ। ਮੈਂ ਇੱਥੋਂ ਗਿਆ ਸੀ ਜਸਪਾਲ ਸਿੰਘ ਢਿੱਲੋਂ, ਅਤੇ ਜਦੋਂ ਵਾਪਸ ਆਇਆ ਮੈਂ ਜੱਸਾ ਢਿੱਲੋਂ ਬਣ ਗਿਆ ਹਨਾ। ਸੋ ਕੁਛ ਖਾਸ ਨਹੀਂ, ਇੱਦਾਂ ਲੱਗਦਾ ਹੁੰਦਾ ਸੀ ਕਿ ਜਾਵਾਂਗੇ ਹਨਾ। ਪਹਿਲਾਂ ਵੀਡੀਓ ਦੇਖੀ ਦੇ ਹਨ ਸਾਰਿਆਂ ਦੀਆਂ, ਲੋਕ ਪਹਿਲੀ ਵਾਰੀ ਜਾਂ ਕੋਈ ਸਟਾਰ ਇੰਡੀਆ ਜਾਂਦਾ ਆ, ਕਿਵੇਂ ਮਾਹੌਲ ਹੁੰਦਾ? ਉਹ ਸੇਮ ਮਾਹੌਲ ਮੇਰੇ ਘਰ ਵੀ ਸੀ। ਬਾਹਰ ਘਰ ਬਾਹਰ ਬਹੁਤ ਜ਼ਿਆਦਾ ਰਸ਼ ਸੀਗਾ ਹਨਾ, ਸਾਰੇ ਮਿਲਣਾ ਚਾਹੁੰਦੇ ਸੀ, ਬਟ ਮਿਲ ਆਪਾਂ ਸਕਦੇ ਨਹੀਂ ਹਰੇਕ ਬੰਦੇ ਨੂੰ ਹਨਾ। ਸੋ ਵਧੀਆ ਫੀਲ ਸੀਗੀ। ਅਤੇ ਆ ਸੈਕਿੰਡ ਟਾਈਮ ਆਇਆ ਮੈਂ ਇੰਡੀਆ ਆਪਣਾ ਕਰੀਅਰ ਸ਼ੁਰੂ ਕਰਨ ਤੋਂ ਬਾਅਦ। ਫਸਟ ਟਾਈਮ ਮੈਂ ਲਾਸਟ ਈਅਰ ਆਇਆ ਸੀਗਾ 2021 ਵਿੱਚ, ਅਤੇ ਹੁਣ ਮੈਂ ਮੇਰਾ 2022 ਵਿੱਚ ਆਇਆ, ਸੋਰੀ 2023 ਹੋ ਗਿਆ ਹਨਾ। ਸੋ ਮੇਰਾ ਸੈਕਿੰਡ ਟਾਈਮ ਆਇਆ ਮੈਂ ਇੱਥੇ, ਅਤੇ ਵਧੀਆ ਜੀ ਬਿਲਕੁਲ। ਅੱਛਾ, ਇੱਕ ਨਾ ਰਸ਼ ਬੜਾ ਪੈਂਦਾ ਜਦੋਂ ਅਸੀਂ ਬਾਹਰ ਜਾਂਦੇ ਹਾਂ ਹਨਾ, ਵੀ ਮੁੰਡਾ ਬਾਹਰ ਚੱਲਿਆ, ਤੇ ਇੱਕ ਰਸ਼ ਪੈਂਦਾ ਜਦੋਂ ਮੁੰਡਾ ਬਾਹਰੋਂ ਬਣ ਕੇ ਆ ਜਾਂਦਾ। ਸਹੀ ਗੱਲ ਹੈ, ਸਹੀ ਗੱਲ ਹੈ। ਦੋਨਾਂ ਰਸ਼ ਦੋਨੇ ਇਕੱਠ ਜਿਹੜੇ ਘਰ ਦੇ ਬਾਹਰ ਵੇਖੇ, ਇਹਦਾ ਸਭ ਕੀ ਫੀਲ ਸੀਗਾ, ਕਿੰਨਾ ਕੁ ਡਿਫਰੈਂਸ ਫੀਲ ਕੀਤਾ ਉਹਨਾਂ ਦੋਨਾਂ ਇਕੱਠਾਂ ਦੇ ਵਿੱਚ? ਇਕੱਠ ਬਿਲਕੁਲ ਡਿਫਰੈਂਟ ਸਨ। ਜਦੋਂ ਗਿਆ ਸਾਂ ਮੈਂ ਹਨਾ, ਉਦੋਂ ਸਾਰੀ ਫੈਮਿਲੀ ਸੀਗੀ ਮੇਰੀ, ਫੈਮਿਲੀ ਥੋੜੇ ਬਹੁਤ ਰਿਲੇਟਿਵ ਸੀਗੇ ਸਾਰੇ, ਇੱਕ ਇਮੋਸ਼ਨਲ ਮਾਹੌਲ ਸੀਗਾ ਉੱਥੇ ਹਨਾ ਸਾਰੇ, ਕਿਉਂਕਿ ਜੱਟਾਂ ਘਰ ਤੁਹਾਨੂੰ ਪਤਾ ਕਿ ਬਾਹਰ ਘੱਲ ਲੱਗਿਆ ਇੱਕ ਵਾਰੀ ਥੋੜ੍ਹਾ ਡਰਦੇ ਆ, ਕਿ ਕਿਉਂਕਿ ਇੱਕ ਘਰ ਦਾ ਇਕਲੌਤਾ ਇਕਲੌਤਾ ਸੀਗਾ ਹਨਾ ਮੈਂ, ਅਤੇ ਘੱਲਿਆ ਗਿਆ, ਥੋੜ੍ਹਾ ਡਰਦੇ ਸੀਗੀ, ਛੋਟਾ ਆ ਹਾਲੇ ਹਨਾ, ਕਿਵੇਂ ਜਾ ਕੇ ਕਰੂਗਾ ਸਭ ਕੁਛ, ਕੀ ਹੋਊਗਾ। ਬਟ ਜਦੋਂ ਮੁੜ ਕੇ ਆਇਆ ਮੈਂ, ਅਤੇ ਜਿਹੜਾ ਇਮੋਸ਼ਨ ਸੀਗੇ ਉਹ ਚੇਂਜ ਹੋ ਗਏ ਸੀਗੇ, ਉਹ ਖੁਸ਼ੀ ਵਾਲੇ ਇਮੋਸ਼ਨਸ ਹੋ ਗਏ ਹਨਾ। ਉਹ ਦੇਖ ਕੇ ਉਹਨਾਂ ਨੂੰ ਨਾਲੇ ਖੁਸ਼ੀ ਹੁੰਦੀ ਸੀ ਕਿ ਨਾਲੇ ਇਮੋਸ਼ਨਲ ਸੀਗੇ ਸਾਰੇ, ਕਿ ਹਾਂ ਵੀ ਮੁੰਡਾ ਕੁਛ ਬਣ ਕੇ ਆਇਆ। ਅਤੇ ਮਾਹੌਲ ਬਸ ਉਹੀ ਆ ਜੀ, ਜਾਣ ਵੇਲੇ ਵੀ ਇਮੋਸ਼ਨਲ ਸੀਗੇ ਅਤੇ ਜਦੋਂ ਆਇਆ ਉਦੋਂ ਵੀ ਸਾਰੇ ਇਮੋਸ਼ਨਲ ਸੀਗੇ। ਅੱਛਾ, ਤੁਹਾਨੂੰ ਦੇਖ ਕੇ ਜਾਂ ਤੁਹਾਡੇ ਗੀਤਾਂ ਨੂੰ ਦੇਖ ਕੇ ਮਤਲਬ ਇੱਦਾਂ ਲੱਗਦਾ ਵੀ ਇੱਕ ਜੱਟਾਂ ਦਾ ਮੁੰਡਾ? ਹਾਂਜੀ ਹਾਂਜੀ, ਹੈ ਨਾ। ਅਤੇ ਉੱਤੋਂ ਦੀ ਗਾਣੇ ਵੀ ਉਹਦੇ ਇੰਨੇ ਓਕੇ ਰਿਪੋਰਟ ਵਾਲੇ, ਖੜਕੇ ਦੜਕੇ ਵਾਲੇ, ਵਿੱਚੋਂ ਪਾੜ ਦਿਆਂਗੇ ਇਹ ਉਹ, ਹੈ ਨਾ। ਲੇਕਿਨ ਤੁਹਾਡੀ ਪਰਸਨੈਲਿਟੀ ਟੋਟਲੀ ਡਿਫਰੈਂਟ ਮੈਂ ਫੀਲ ਕੀਤੀ ਹੈ। ਹਾਂਜੀ ਹਾਂਜੀ, ਅਸਲ 'ਚ ਨਾ ਜੋ ਬੰਦਾ ਹੁੰਦਾ ਗੀਤਾਂ ਵਿੱਚ, ਉਹ ਕੋਈ ਰੇਅਰ ਆਰਟਿਸਟ ਹੁੰਦਾ ਜੋ ਸੇਮ ਹੁੰਦਾ ਜੀ, ਕਿਉਂਕਿ ਲਿਖਣਾ ਗਾਉਣਾ ਇੱਕ ਇੱਕ ਰੱਬ ਦੀ ਦੇਣ ਆ ਹਨਾ। ਜਾਂ ਪਰਸਨੈਲਿਟੀ ਮੇਰੀ ਟੋਟਲੀ ਡਿਫਰੈਂਟ ਆ, ਕਿਉਂਕਿ ਜਦੋਂ ਬੰਦਾ ਲਿਖਦਾ ਗਾਉਂਦਾ ਆਡੀਅੰਸ ਨੂੰ ਪੇਸ਼ ਕਰਦਾ, ਫਿਰ ਆਡੀਅੰਸ ਨੂੰ ਉਹ ਪੇਸ਼ ਕਰਨਾ ਚਾਹੁੰਦਾ ਕਿ, ਕਿਉਂਕਿ ਜਦੋਂ ਖਿੱਤਾ ਇਹ ਹੋ ਗਿਆ ਫਿਰ ਲੋਕ ਉਹੀ ਸੁਣਨਾ ਚਾਹਣਗੇ ਜੋ ਉਹਨਾਂ ਨੂੰ ਚੰਗਾ ਲੱਗੂਗਾ ਹਨਾ। ਤਾਂ ਕਰਕੇ ਉੱਦਾਂ ਦਾ ਲਿਖਣਾ ਪੈਂਦਾ। ਅਦਰਵਾਈਜ਼ ਜੇ ਮੈਂ ਆਪਣੀ ਪਰਸਨੈਲਿਟੀ ਆਧਾਰ 'ਤੇ ਲਿਖਾਂ ਤਾਂ ਮੈਂ ਹਮੇਸ਼ਾ ਸੋਫਟ ਰੋਮੈਂਟਿਕ ਗਾਣੇ ਲਿਖਾਂ, ਜੇ ਮੈਂ ਪਰਸਨੈਲਿਟੀ ਆਧਾਰ 'ਤੇ ਲਿਖਾਂ ਆਪਣੀ ਅਤੇ ਗਾਵਾਂ। ਸੋ ਤੁਹਾਨੂੰ ਲੱਗਾ ਹੋਣਾ ਡੈਫੀਨੇਟਲੀ ਡਿਫਰੈਂਟ, ਕਿਉਂਕਿ ਪਰਸਨੈਲਿਟੀ ਮੇਰੀ ਹੈਗੀ ਵੀ ਡਿਫਰੈਂਟ ਆ ਐਸ ਕੰਪੇਅਰ ਟੂ ਔਨ ਸਕਰੀਨ ਤੇ ਆਫ ਸਕਰੀਨ। ਅੱਛਾ, ਤੁਸੀਂ ਮੈਨੂੰ 6th ਕਲਾਸ ਦੇ ਵਿੱਚ ਤੁਹਾਡੇ ਗਾਣ ਦਾ ਇੰਟਰਸਟ ਸੀ, 9th ਵਿੱਚ ਤੁਸੀਂ ਯਾਰ ਆਪਣੇ ਲਈ ਯਾਰ ਤੇ ਗਾਣਾ ਲਿਖਤਾ, ਹਾਂਜੀ ਹਾਂਜੀ, ਹੈ ਨਾ। ਤੇ ਉਹ ਯਾਰੀ ਦੋਸਤੀ ਕਰਕੇ ਕਦੀ ਵੀ ਵੈਸੇ ਆ ਰੌਲੇ ਪਏ ਨਹੀਂ? ਕਦੀ 12th ਤੱਕ ਜਾਣ ਤੋਂ ਪਹਿਲਾਂ ਤਾਂ ਖੂਨ ਵੀ ਗਰਮ ਹੁੰਦਾ, ਕਹਿੰਦੇ ਆ ਵੀ ਗਰਮ ਖੂਨ ਹੈ, ਮੁੰਡਾ ਬਾਹਰ ਕਰ ਦਿਓ ਹੁਣ। ਸਹੀ ਗੱਲ ਹੈ, ਸਹੀ ਗੱਲ ਹੈ। ਅਸਲ 'ਚ ਨਾ ਮੈਂ ਸਕੂਲੇ ਗਾਉਂਦਾ ਹੁੰਦਾ ਸੀਗਾ ਅਤੇ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਗਾਉਣ ਦਾ, ਅਤੇ ਮੈਂ ਗਾਉਣਾ ਕਰਨਾ, ਟੀਚਰ ਨੇ ਮੈਨੂੰ ਸੱਦਣਾ ਕਰਨਾ ਵੀ ਆ ਜਾ ਵੀ ਗਾਣੇ ਸੁਣਾ, ਗਾ ਸਾਨੂੰ ਕੁਛ ਸੁਣਾ ਹਨਾ। ਮੈਡਮ ਨੇ ਕਹਿਣਾ ਕਰਨਾ ਇੱਕ ਗਾਣਾ ਸੁਣਾ ਅਤੇ ਮੈਂ 4 ਸੁਣਾਉਣੇ ਕਰਨੇ। ਓਕੇ, ਅਤੇ ਉਦੋਂ ਮੈਂ ਸੁਣਾਉਂਦਾ ਹੁੰਦਾ ਸੀਗਾ ਆਪਣੇ ਦੇਸੀ ਟਿਪੀਕਲ ਗਾਣੇ ਆਪਣੇ ਪਿੰਡਾਂ ਪੁੰਡਾਂ ਵਾਲੇ ਹਨਾ। ਅਤੇ ਉਹਨਾਂ ਕਹਿਣਾ ਕਰਨਾ ਵੀ ਬਾਕੀ ਤਾਂ ਜਵਾਕ ਆਉਂਦੇ ਆ ਹਨਾ, ਥੋੜ੍ਹੇ ਰੋਮੈਂਟਿਕ ਟੱਚ ਜਿੱਦਾਂ ਦੇ ਗਾਣੇ ਸੁਣਾਉਂਦੇ ਆ ਹਨਾ, ਅਤੇ ਤੂੰ ਉਹਨਾਂ ਟੋਟਲੀ ਵਾਈਬ ਚੇਂਜ ਕਰ ਦੇਣਾ ਆ ਕੇ ਪੂਰੇ ਖੜਕੇ ਧੜਕੇ ਵਾਲੇ ਗਾਣੇ ਸੁਣਾ ਕੇ ਹਨਾ। ਅਤੇ ਅਸਲ 'ਚ ਪਸੰਦ ਵੀ ਉਹ ਕਰਦੇ ਹੁੰਦੇ ਸੀਗੇ ਸਾਰੇ। ਸੋ ਉਦੋਂ ਮੈਂ ਵੋਕਲਿਸਟ ਨਹੀਂ ਹੁੰਦਾ, ਠੀਕ ਵੋਕਲਿਸਟ ਹੁੰਦਾ ਸੀ ਹਨਾ, ਕੋਈ ਬਾਹਲਾ ਗਾਉਣਾ ਨਹੀਂ ਸੀ ਹੁੰਦਾ, ਬਟ ਇੱਕ ਅੰਦਰ ਮੈਡਨੈਸ ਸੀਗੀ ਮਿਊਜ਼ਿਕ ਲਈ ਹਨਾ। ਅਤੇ ਸੁਣਾਉਣੇ ਕਰਨੇ ਤਾਂ ਜਿਹੜੇ ਵਧੀਆ ਗਾਉਂਦੇ ਹੁੰਦੇ ਉਹਨਾਂ ਨੂੰ ਛੱਡ ਕੇ ਮੈਨੂੰ ਵਿਨਰ ਕਰ ਦਿੰਦੇ ਹੁੰਦੇ ਸੀ ਕਈ ਵਾਰ, ਕਿ ਇਹ ਬੰਦੇ ਦੀ ਐਨਰਜੀ ਬੜੀ ਵਧੀਆ ਆ, ਬਹੁਤ ਕੌਨਫੀਡੈਂਸ ਰੱਖਦਾ ਗਾਉਣ ਦੇ ਵਿੱਚ ਜਿੱਦਾਂ ਵੀ ਆ ਹਨਾ। ਮਤਲਬ ਲਾਈਫ ਸ਼ੋਅਜ਼ ਦੀ ਤਿਆਰੀ ਉਦੋਂ ਤੋਂ ਹੀ ਸ਼ੁਰੂ ਹੋ ਰਹੀ ਸੀ? ਅਸਲ 'ਚ ਕੋਈ ਤਿਆਰੀ ਤਾਂ ਤਿਆਰੀ ਕਹਿ ਲਓ ਜਾਂ ਨਾ ਕਹਿ ਲਓ, ਮੈਨੂੰ ਅਸਲ 'ਚ ਲਾਈਵ ਗਾਉਣ ਦਾ ਬੜਾ ਘੱਟ ਐਕਸਪੀਰੀਅੰਸ ਆ, ਬਟ ਹੁਣ ਹੌਲੀ 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 ਜਿਵੇਂ ਜਿਵੇਂ ਅੱਗੇ ਵੱਧਦੇ ਹਾਂ, ਗਾ ਰਹੇ ਹਾਂ ਹਨਾ, ਸਟੂਡੀਓ 'ਚ ਗਾ ਰਹੇ ਹਾਂ, ਉੱਦਾਂ ਗਾ ਰਹੇ ਹਾਂ, ਹੌਲੀ ਹੌਲੀ ਵੱਧ ਜਾਊਗਾ ਟਾਈਮ ਨਾਲ ਜੀ ਬਿਲਕੁਲ। ਅੱਛਾ, ਜਦੋਂ ਤੁਸੀਂ ਪਹਿਲਾ ਗਾਣਾ ਰਿਕਾਰਡ ਕੀਤਾ ਉੱਥੇ ਜਾ ਕੇ, ਬਈ ਉਹ ਕਹਿ ਲਓ ਸਹਿ ਸੁਭਾਅ ਕਰ ਲਿਆ, ਜਾਂ ਵਾਕਈ ਤੁਸੀਂ ਆਪਣੇ ਫਸਟ ਗਾਣਾ ਆਫੀਸ਼ੀਅਲੀ ਆਊਟ ਕਰਨ ਲਈ ਕੀਤਾ, ਘਰੇ ਭੇਜਿਆ ਆਪਣਾ ਗਾਣਾ ਵੀ ਆਹ ਸੁਣੋ ਵੀ ਆਪ ਮੈਂ ਕੀਤਾ, ਜਾਂ ਸਿੱਧਾ? ਨਹੀਂ, ਮੈਂ ਅਸਲ 'ਚ ਘਰੇ ਨਹੀਂ ਭੇਜਿਆ, ਮੈਂ ਆਪਣੇ ਬ੍ਰਦਰ ਨੂੰ ਭੇਜਿਆ ਸੀਗਾ, ਆਸਟ੍ਰੇਲੀਆ ਹੁੰਦਾ ਉਹ, ਤੇ ਉਹਨੂੰ ਭੇਜਿਆ ਤੇ ਉਹਨੇ ਸੁਣਿਆ, ਕਹਿੰਦਾ ਯਾਰ ਗਾਣਾ ਤਾਂ ਬਹੁਤ ਸੋਹਣਾ। ਰੀਅਲ ਬ੍ਰਦਰ? ਮੇਰੇ ਕਜ਼ਨ ਹੁੰਦਾ, ਮੇਰੇ ਤਾਏ ਦਾ ਮੁੰਡਾ ਹਨਾ, ਉਹਨੂੰ ਭੇਜਿਆ ਤੇ ਕਹਿੰਦਾ ਵੀ ਗਾਣਾ ਬਹੁਤ ਸੋਹਣਾ, ਤੇ ਗਾਣਾ ਕਹਿੰਦਾ ਤੇਰਾ ਹਿੱਟ ਆ।
ਮੈਂ ਅੰਦਰੋਂ ਅੰਦਰੀ ਮੈਂ ਕਹਿ ਰਿਹਾ ਥੋੜਾ ਗਾਣੇ ਹਿੱਟ ਹੁੰਦੇ ਹੁੰਦੇ ਆ ਹਨਾ, ਕਿ ਤੂੰ ਕਹਿਤਾ ਤਾਂ ਗਾਣਾ ਹਿੱਟ ਹੋ ਗਿਆ, ਅੰਦਰੋਂ ਅੰਦਰੀ ਕਿਤੇ ਨਾ ਕਿਤੇ ਕੰਫੀਡੈਂਟ ਬੰਦਾ ਉਦੋਂ ਹੁੰਦਾ ਜਦੋਂ ਸਾਰੀ ਆਡੀਅੰਸ ਸੁਣ ਕੇ ਤੁਹਾਨੂੰ ਦੱਸਦੀ ਆ ਕਿ ਹਾਂ ਚੰਗੀ ਆ, ਆਹ ਮਾੜੀ ਚੀਜ਼ ਆ ਹਨਾ। ਸੋ ਘਰੇ ਮੈਂ ਗਾਣਾ ਭੇਜਿਆ ਉਦਣ ਜਿੱਦਣ ਮੈਂ ਵੀਡੀਓ ਸ਼ੂਟ ਕਰ ਲਈ ਤੇ ਰਿਲੀਜ਼ ਤੋਂ 2-4 ਦਿਨ ਪਹਿਲਾਂ ਭੇਜਿਆ ਮੈਂ। ਕਿਹੜਾ ਗਾਣਾ ਸੀ ਉਹ? ਗਾਣਾ ਸੀਗਾ ਪਿਆਰ ਬੋਲਦਾ। ਹਾਂਜੀ, ਉਹ ਗਾਣਾ ਭੇਜਿਆ ਪਹਿਲਾਂ ਮੈਂ ਘਰੇ ਹਨਾ, ਰਿਲੀਜ਼ ਜਿੱਦਣ ਰਿਲੀਜ਼ ਹੋਇਆ ਉਸ ਤੋਂ 2-3 ਦਿਨ ਪਹਿਲਾਂ, ਤੇ ਸਾਰਿਆਂ ਨੇ ਪਸੰਦ ਕੀਤਾ ਤੇ ਕਹਿੰਦੇ ਵੀ ਤੂੰ ਕਿਹੜੇ ਚੱਕਰਾਂ 'ਚ ਪਿਆ ਹਨਾ। ਮਾੜਾ ਮੋਟਾ ਮੰਮੀ ਨੇ ਕਿਹਾ ਜਾਂ ਮੇਰੀ ਸਿਸਟਰ ਨੇ ਕਿਹਾ ਕਿ ਤੂੰ ਕੰਮ ਕੁੰਮ ਕਰ ਲਾ ਹਨਾ, ਕਿਹੜੇ ਚੱਕਰਾਂ 'ਚ ਪਿਆ। ਮੈਂ ਕਿਹਾ ਮੈਨੂੰ ਸ਼ੌਂਕ ਆ, ਮੈਨੂੰ ਸ਼ੌਂਕ ਪੂਰਾ ਕਰਨ ਦਿਓ ਤੇ ਬਾਕੀ ਰੱਬ ਦੇ ਹੱਥ ਪਾਸਾ ਹਨਾ ਸਾਰਾ ਕੁਛ। ਤੇ ਰੱਬ ਨੇ ਸੁਣ ਲਈ ਤੇ ਸਭ ਕੁਛ ਇਹੋ ਜਿਹਾ ਸਲਾਹਿਆ, ਸਭ ਨੇ ਇਹੋ ਜਿਹਾ ਸਲਾਹਿਆ ਤੇ ਤੁਹਾਡੇ ਸਾਹਮਣੇ ਬੈਠੇ ਹੋ। ਅੱਛਾ, ਮੇਰੀ ਗੱਲ ਸੁਣੋ, ਜਦੋਂ ਤੁਸੀਂ ਕੈਨੇਡਾ ਚਲੇ ਗਏ, ਹਾਂਜੀ ਹਾਂਜੀ, ਪਹਿਲੇ ਦੱਸੋ ਵੀ ਉਦੋਂ ਇੱਕ ਆਪਣੇ ਅੰਦਰ ਬਚਪਨਾ ਵੀ ਹੁੰਦਾ, ਇੱਕ ਸਾਨੂੰ ਆਦਤ ਵੀ ਨਹੀਂ ਹੁੰਦੀ ਉਦਾਂ ਕੰਮ ਕਰਨ ਦੀ, ਸਟਰਗਲਿੰਗ ਵੀ ਤੁਹਾਡੀ ਬਹੁਤ ਲੰਬਾ ਪੀਰੀਅਡ ਰਿਹਾ। ਸੋ ਪਹਿਲਾ ਜੋਬ ਕਿਹੜਾ ਕੀਤਾ, ਉਹ ਜੋਬ ਮਿਲੀ ਕਿਵੇਂ, ਤੇ ਉਹ ਸ਼ੁਰੂਆਤੀ ਦਿਨ ਕਿੱਦਾਂ ਕੱਢੇ? ਜਸਾ ਰੋਂਦਾ ਹੁੰਦਾ ਸੀਗਾ? ਨਾ ਨਾ ਜੀ, ਰੋਂਡਰਾਂ ਨਾਲ ਤਾਂ ਆਪਣਾ ਕੋਈ ਸੀਨ ਹੈ ਨਹੀਂ ਹਨਾ। ਅਸਲ 'ਚ ਆਪਾਂ ਇੱਥੋਂ ਗਏ ਹਾਂ ਪਿੰਡਾਂ 'ਚ ਉੱਠ ਕੇ, ਸ਼ੁਰੂ ਤੋਂ ਘਰ ਦਾ ਕੰਮ ਕਰੀਦਾ ਸੀ ਹਨਾ, ਖੇਤੀਬਾੜੀ ਦਾ, ਵਾਹਣ ਵਾਹੇ ਆ, ਡੰਗਰਾਂ ਨੂੰ ਪੱਠੇ ਪਾਏ ਆ, ਸਾਰੇ ਕੰਮ ਕੀਤੇ ਆ ਆਪਾਂ, ਦੇਸੀ ਜੱਟ ਫੈਮਿਲੀ ਤੋਂ ਹਨਾ ਆਪਾਂ। ਸੋ ਸਾਰੇ ਕੰਮ ਇਹੋ ਜਿਹੇ ਕੀਤੇ ਸੀਗੇ ਸਾਨੂੰ, ਮੈਨੂੰ ਬਾਹਰ ਜਾ ਕੇ ਕੁਛ ਇਹੋ ਜਿਹਾ ਨਹੀਂ ਲੱਗਾ ਕਿ ਮੈਂ ਨਹੀਂ ਕਰ ਸਕਦਾ। ਓਕੇ, ਸਭ ਕੁਛ ਇੱਦਾਂ ਲੱਗਦਾ ਸੀ ਕਿ ਈਜ਼ੀ ਹੈ, ਕੋਈ ਨਹੀਂ, ਜਿਹੜੇ ਆਪਾਂ ਇੱਥੇ ਇੰਡੀਆ ਕੰਮ ਕਰਕੇ ਆਏ ਆ ਸਾਰੇ ਘਰਾਂ ਦੇ ਕੰਮ ਹਨਾ, ਉਹਨਾਂ ਨਾਲੋਂ ਤਾਂ ਕਿਤੇ ਈਜ਼ੀ ਆ। ਸੋ ਕਦੀ ਰੋਣ ਤਾਂ ਨਹੀਂ ਸੀ ਆਇਆ, ਇੱਕ ਦਿਮਾਗ 'ਚ ਇਹ ਵੀ ਹੁੰਦਾ ਸੀ ਵੀ ਬਾਹਰ ਆਏ ਹਾਂ ਕੁਛ ਬਣਨ ਵਾਸਤੇ ਆਏ ਹਾਂ, ਜੇ ਆਪਾਂ ਰੋ ਕੇ ਦਿਨ ਕੱਟਣੇ ਤਾਂ ਆਪਾਂ ਇੰਡੀਆ ਕੱਟ ਲੈਣੇ ਸੀ, ਕੁਛ ਕਰਨ ਲਈ ਆਏ ਹਾਂ ਇੱਥੇ, ਕੁਛ ਮੋਟਿਵ ਲੈ ਕੇ ਆਏ ਹਾਂ ਤੇ ਉਹ ਪੂਰਾ ਕਰਨਾ। ਹਾਂ, ਇਮੋਸ਼ਨਲ ਬੰਦਾ ਹੁੰਦਾ ਕਦੇ ਕਦੇ, ਕਦੇ ਕਦੇ ਬੰਦਾ ਇਕੱਲਾ ਫੀਲ ਕਰਦਾ ਜਦੋਂ ਕੋਈ ਇਹੋ ਜਿਹੀ ਗੱਲ ਹੋ ਜਾਂਦੀ ਹੈ ਕਿ ਲੋੜ ਹੁੰਦੀ ਹੈ ਤੁਹਾਨੂੰ, ਘਰਦਿਆਂ ਦੀ ਲੋੜ ਹੁੰਦੀ ਹੈ ਕਿਤੇ ਨਾ ਕਿਤੇ, ਕਿਉਂਕਿ ਘਰਦਿਆਂ ਦੀ ਲੋੜ ਹਮੇਸ਼ਾ ਪੈਂਦੀ ਰਹਿੰਦੀ ਹੈ ਹਨਾ ਟਾਈਮ ਟੂ ਟਾਈਮ, ਤੇ ਉਦੋਂ ਕਿਤੇ ਨਾ ਕਿਤੇ ਇਮੋਸ਼ਨਲ ਹੋ ਜਾਂਦਾ ਸੀ। ਬਟ ਹਾਂ, ਰੋਣ ਵਾਲਾ ਸੀਨ ਤਾਂ ਨਹੀਂ ਸੀ ਹੈਗਾ ਆਪਾਂ ਜੀ, ਬੇਕਰੀ ਹੁੰਦੀ ਆ ਉੱਥੇ ਕੈਨੇਡਾ ਵਿੱਚ ਨਾ, ਬੇਕਰੀ ਇੱਥੇ ਵੀ ਹੁੰਦੀ ਆ ਬਟ ਉੱਥੇ ਬੇਕਰੀ ਇੱਕ ਵੱਡੇ ਲੈਵਲ ਤੇ ਕਾਫੀ ਜਿਵੇਂ ਫੈਕਟਰੀ ਕਹਿ ਲਓ। ਸੋ ਬੇਕਰੀ ਸੀਗੀ, ਪਹਿਲੇ ਦਿਨ ਕੰਮ ਤੇ ਗਿਆ ਤੇ ਹੁਣ ਇੱਥੇ ਕੀਤਾ ਸੀ ਖੁੱਲ੍ਹੇ 'ਚ ਕੰਮ ਆਪਾਂ ਪੂਰਾ, ਜਿਵੇਂ ਵਾਈ ਦਾ ਕੰਮ ਕੀਤਾ ਸੀ ਹਨਾ, ਤੇ ਉੱਥੇ ਗਿਆ ਤੇ ਮੈਂ ਉਹ ਬੰਦ ਜੇ ਦੇ ਵਿੱਚ ਕੰਮ ਕੀਤਾ ਤੇ ਇੱਕ ਤਾਂ ਲੱਗੇ ਮੈਂ ਕਿਹਾ ਯਾਰ ਫਸ ਜੇ ਗਏ ਹਾਂ ਹਨਾ, ਵੀ ਇਹ ਕੰਮ ਤੇ ਹੈ ਈਜ਼ੀ ਹੈ ਬਟ ਮਾਹੌਲ ਇੱਦਾਂ ਦਾ ਸੀ ਕੁਛ ਹਨਾ, ਸਾਰੇ ਫਟਾਫਟ ਕੰਮ ਕਰ ਰਹੇ ਆ, ਫੋਕਸ ਲੱਗ ਕੇ ਕੰਮ ਕਰੀ ਜਾ ਰਹੇ ਹਨਾ, ਲੱਗਾ ਮਾੜਾ ਜਾਵੇ ਕਿ ਵੀ ਨਹੀਂ ਹਨਾ। ਫਿਰ ਮੈਂ ਕਿਹਾ ਚੱਲ ਪੈਸੇ ਵੀ ਤਾਂ ਮਿਲਣੇ ਆਪਾਂ ਨੂੰ, ਆਪਾਂ ਕਿਹੜਾ ਫ੍ਰੀ ਕਰਦੇ ਪਏ ਹਾਂ। ਘਰ ਦੱਸਿਆ ਤੇ ਘਰਦਿਆਂ ਨੂੰ ਖੁਸ਼ੀ ਹੋਈ, ਚਲੋ ਮੁੰਡੇ ਨੂੰ ਕੰਮ ਮਿਲ ਗਿਆ ਤੇ ਹੁਣ ਆਪਣੇ ਕੰਮ ਧੰਦੇ ਲੱਗੇਗਾ ਤੇ ਸਾਨੂੰ ਵੀ $4 ਘੱਲੇਗਾ। ਓਕੇ, ਸੋ ਜਦੋਂ $4-4 ਕਰਕੇ ਡਾਲਰ ਇਕੱਠੇ ਹੋਣੇ ਸ਼ੁਰੂ ਹੋਏ, ਪਹਿਲਾ ਵੀਕਐਂਡ ਯਾਦ ਹੈ ਜਿਹੜਾ ਤੁਸੀਂ ਸੈਲੀਬ੍ਰੇਟ ਕੀਤਾ ਹੋਵੇ ਯਾਰਾ ਦੋਸਤਾਂ ਦੇ ਨਾਲ? ਵੀਕਐਂਡ ਸਾਰੇ ਤਾਂ ਨਹੀਂ ਯਾਦ ਬਟ ਹਾਂ, ਯਾਦਾਂ ਕੁਝ ਇਹੋ ਜਿਹੀਆਂ ਹੁੰਦੀਆਂ ਨੇ ਕਿ ਜਿਹੜੀਆਂ ਤੁਹਾਨੂੰ ਹਮੇਸ਼ਾ ਯਾਦ ਰਹਿੰਦੀਆਂ ਨੇ। ਮੇਰੇ ਫਰੈਂਡ ਦਾ ਬਰਥਡੇ ਸੀਗਾ ਤੇ ਅਸੀਂ ਉਦੋਂ ਗਏ ਪਹਿਲੀ ਵਾਰੀ ਬੀਚ ਤੇ ਗਏ ਆਪਾਂ। ਅੱਛਾ, ਪਹਿਲੀ ਵਾਰੀ ਇੱਥੋਂ ਹੁਣ ਗਏ ਆਪਾਂ, ਛੱਪੜ ਹੀ ਵੇਖੇ ਸੀਗੇ ਨਾ, ਬੀਚ ਤੇ ਵੇਖੀ ਨਹੀਂ ਸੀ। ਗਏ ਤੇ ਜਾ ਕੇ ਵੇਖਿਆ ਵੀ ਬੀਚ ਕੀ ਹੁੰਦੀ ਆ ਹਨਾ, ਉੱਥੇ ਕਾਫੀ ਫੰਕਸ਼ਨ ਕੀਤਾ, ਗਾਣੇ ਸੁਣੇ, ਚਿੱਲ ਕੀਤਾ, ਕਾਫੀ ਮਜ਼ਾ ਆਇਆ ਹਨਾ। ਤੇ ਉੱਥੇ ਮਤਲਬ ਇਹੋ ਜਿਹੀਆਂ ਕੁਝ ਯਾਦਾਂ ਨੇ, ਹੁਣ ਮੈਂ ਸ਼ੇਅਰ ਨਹੀਂ ਕਰਨਾ ਚਾਹਾਂਗਾ, ਜਿਹੜੀਆਂ ਮਤਲਬ ਮੈਨੂੰ ਅੱਜ ਤੱਕ ਯਾਦ ਨੇ। ਸੋ ਉਹ ਯਾਦ ਪਹਿਲੇ ਦਿਨਾਂ ਵਿੱਚ ਮੇਰੀ ਯਾਦ ਆ, ਜਿਹੜੀ ਮੇਰੇ ਪੱਕੀ ਦਿਮਾਗ 'ਚ ਬੈਠੀ ਹੋਈ ਆ, ਇਕੱਲਾ ਇਕੱਲਾ ਸੀਨ ਮੇਰੇ ਦਿਮਾਗ 'ਚ ਯਾਦ ਆ ਸਾਰਾ। ਅੱਛਾ, ਹਾਂਜੀ, ਤੇ ਫਿਰ ਉਸ ਤੋਂ ਬਾਅਦ ਕਿਹੜੀਆਂ ਜੋਬਸ ਜਿਹੜੀਆਂ ਕਰਨੀਆਂ ਪਈਆਂ, ਕਿਹੜੀਆਂ ਆਪ ਛੱਡੀਆਂ, ਕਿਹੜੀਆਂ ਮਰਜ਼ੀ ਨਾਲ ਛੱਡੀਆਂ, ਕਿਹੜੀਆਂ ਅੱਗੇ ਤਰੱਕੀ ਕਰਕੇ ਤੁਸੀਂ ਛੱਡ ਦੇ ਗਏ? ਅਸਲ 'ਚ ਨਾ ਮੈਂ ਸ਼ੁਰੂ ਤੋਂ ਹੀ ਕੰਮ 'ਚ ਵਧੀਆ ਰਿਹਾ ਵਾਂ, ਮਤਲਬ ਮਿਹਨਤ ਵੱਲੋਂ ਆਪਾਂ ਕਦੇ ਨਹੀਂ ਭੱਜੇ ਹਨਾ। ਮਿਹਨਤ ਕਰਨਾ ਇੱਕ ਕਹਿ ਲਓ ਕਿ ਜੱਟਾਂ ਦਾ ਕੰਮ ਆ ਹਨਾ, ਮਿਹਨਤ ਕਰਨਾ ਤੇ ਮਿਹਨਤ ਦੀ ਹੀ ਖੱਟੀ ਖਾਈ ਦੀ ਆ। ਜੋਬਾਂ ਕੀਤੀਆਂ ਕਾਫੀ, ਮੈਂ ਕੰਸਟਰਕਸ਼ਨ ਜੋਬ ਕੀਤੀ, ਡਰਾਈਵਿੰਗ ਜੋਬ ਕੀਤੀ, ਫੈਕਟਰੀ 'ਚ ਕੰਮ ਕੀਤਾ, ਪੇਂਟ ਦੀ ਜੋਬ ਕੀਤੀ, ਮਤਲਬ ਕਾਫੀ ਇਹੋ ਜਿਹੀਆਂ ਜੋਬਾਂ ਨੇ, ਊਬਰ ਚਲਾਈ, ਟਰੱਕ ਚਲਾਇਆ, ਕਾਫੀ ਕੰਮ ਨੇ ਇਹੋ ਜਿਹੇ ਜਿਹੜੇ ਸਾਰੇ ਦੇ। ਬਟ ਮੇਰਾ ਕਿਤੇ ਮਨ ਨਹੀਂ ਸੀ ਲੱਗਦਾ ਹੁੰਦਾ, ਮੈਨੂੰ ਇਹ ਲੱਗਦਾ ਹੁੰਦਾ ਸੀ ਕਿ 2-4 ਮਹੀਨੇ ਕਰਨਾ ਫਿਰ ਦਿਲ ਜਿਹਾ ਭਰ ਜਾਣਾ, ਮੈਂ ਕਿਹਾ ਨਹੀਂ ਯਾਰ ਬਸ ਫਿਰ ਮੈਂ ਚੇਂਜ ਕਰ ਲੈਣਾ ਕੰਮ। ਕਦੀ ਇਹੋ ਜਿਹਾ ਨਹੀਂ ਹੋਇਆ ਕੰਮ ਕਦੇ ਮੈਨੂੰ ਕੰਮ ਤੋਂ ਕੱਢਿਆ ਗਿਆ ਹੋਏ, ਆਪ ਹੀ ਛੱਡੀਦਾ ਜਦੋਂ ਛੱਡੀਦਾ ਸੀ, ਆਪ ਹੀ ਛੱਡੀਦਾ ਸੀ। ਅੱਛਾ, ਵੈਸੇ ਤੁਸੀਂ ਜਦੋਂ ਗਏ ਸੀਗੇ ਬਾਹਰ ਹੈ ਨਾ, ਤੇ ਉਦੋਂ ਮਕਸਦ ਕੀ ਸੀਗਾ ਬਾਹਰ ਜਾਣ ਦਾ? ਸਿੰਗਿੰਗ ਦਾ ਤੇ ਆਈ ਐਮ ਸ਼ੋਰ ਉੱਥੇ ਜਾ ਕੇ ਡਿਵੈਲਪ ਹੋਇਆ। ਹਾਂਜੀ ਹਾਂਜੀ, ਮੇਰਾ ਮਕਸਦ
ਇਹੀ ਸੀਗਾ ਕਿ ਬਾਹਰ ਜਾ ਕੇ ਸਭ ਤੋਂ ਪਹਿਲਾਂ ਪੀਆਰ ਲੈਣੀ ਹੈ, ਪੀਆਰ ਲੈਣੀ ਹੈ ਤੇ ਸਟੱਡੀ ਜਿਹੜੀ ਲੈ ਕੇ ਗਿਆ ਵਾ ਉਹ ਕੰਪਲੀਟ ਕਰਨੀ ਆ ਤੇ ਚਾਰ ਪੈਸੇ ਕਮਾ ਲਾਂਗੇ ਵਧੀਆ, ਘਰ ਵਧੀਆ ਪਾਲਾਂਗੇ ਤੇ ਰੋਟੀ ਵਧੀਆ ਖਾਣ ਲੱਗ ਜਾਂਗੇ, ਬੈਟਰ ਖਾਣ ਲੱਗ ਜਾਂਗੇ, ਹੈ ਨਾ। ਬਸ ਇਹੀ ਮਕਸਦ ਸੀਗਾ, ਕੋਈ ਖਾਸ ਵੱਡੇ ਸੁਪਨੇ ਨਹੀਂ ਸੀ ਮੇਰੇ, ਕੁਛ ਮੈਂ ਐਡਾ ਵੱਡਾ ਕਰਨਾ ਆ, ਕੋਈ ਬਾਲੇ ਵੱਡੇ ਮਹਿਲ ਪਾਉਣੇ ਆ ਜਾਂ ਕੁਛ ਬਿਜ਼ਨਸ ਕਰਨਾ, ਕੁਛ ਇੱਦਾਂ ਦਾ ਕੁਛ ਦਿਮਾਗ 'ਚ ਨਹੀਂ ਸੀਗਾ। ਬਟ ਜਿਵੇਂ ਜਿਵੇਂ ਹੈ ਨਾ ਲਾਈਫ ਲੈ ਕੇ ਜਾਂਦੀ ਹੈ ਉਵੇਂ ਉਵੇਂ ਬੰਦਾ ਸਿੱਖਦਾ ਜਾਂਦਾ ਤੇ ਕੁਛ ਨਾ ਕੁਛ ਕਰਦਾ ਜਾਂਦਾ। ਸਭ ਤੋਂ ਜ਼ਿਆਦਾ ਅਟੈਚ ਕਿਹਦੇ ਹੋ ਘਰ ਦੇ ਵਿੱਚ, ਮਾਮਾ ਦੇ? ਬਿਲਕੁਲ ਜੀ, ਅਸਲ 'ਚ ਮੈਂ, ਮੇਰੀ ਮੋਮ ਅਤੇ ਮੇਰੀ ਸਿਸਟਰ ਨੇ ਮੇਰੀ ਫੈਮਿਲੀ ਵਿੱਚ, ਅਤੇ ਸਭ ਤੋਂ ਵੱਧ ਅਟੈਚ ਫਿਰ ਮੈਂ ਮੰਮੀ ਨਾਲ ਹੀ ਹਾਂ, ਹੈ ਨਾ। ਅਤੇ ਉਹ ਹੁਣ ਦੇਖਣਗੇ ਇੰਟਰਵਿਊ, ਕਹਿਣਗੇ ਉਹਨਾਂ 10-10 ਵਾਰੀ ਇੰਟਰਵਿਊ ਦੇਖਣਾ ਮੇਰਾ ਘੱਟੋ ਘੱਟ। ਅੱਛਾ, ਤੇ ਜਦੋਂ ਤੁਹਾਡੇ ਗਾਣੇ ਇੰਨੇ ਬੈਕ ਟੂ ਬੈਕ ਹਿੱਟ ਹੋਣ ਲੱਗ ਗਏ, ਘਰ ਘਰ 'ਚ ਚੱਲਣ ਲੱਗ ਗਏ, ਸਾਡੇ ਪੇਰੈਂਟਸ ਨੂੰ ਵੀ ਪਤਾ ਵੀ ਹਾਂ ਜਿਸ ਤਰ੍ਹਾਂ ਕਰਕੇ ਮੁੰਡਾ ਹੈ ਨਾ, ਛੋਟੀ ਜਿਹੀ ਉਮਰ ਦਾ ਤੇ ਬਹੁਤ ਚੱਕਵੇਂ ਗਾਣੇ ਗਾਉਂਦੇ, ਮੰਮੀ ਫੋਨ ਕਰਕੇ ਉਹਨਾਂ ਦਾ ਪਹਿਲਾ ਜਿਹੜਾ ਸਟੇਟਮੈਂਟ ਹੈ ਫੋਨ ਕਰਦੇ ਸਾਰੀ ਹੈਲੋ ਤੋਂ ਬਾਅਦ ਕੀ ਹੁੰਦਾ? ਮੰਮੀ ਨੇ, ਮੰਮੀ ਨੇ ਕਦੀ ਨਹੀਂ ਕਿਹਾ, ਹੈ ਨਾ। ਉਹ ਮੰਮੀ ਤਾਂ ਇੱਦਾਂ ਕਹਿੰਦੇ ਆ ਕਿ ਵੀ ਪੁੱਤਰ ਠੀਕ ਹੈ, ਰੋਟੀ ਪਾਣੀ ਖਾਧਾ ਤੇ ਸਭ ਕੁਛ ਠੀਕ ਚੱਲਦਾ, ਕਿਸੇ ਸ਼ਹਿਰ ਦੀ ਲੋੜ ਤਾਂ ਨਹੀਂ, ਜੇ ਕਿਸੇ ਸ਼ਹਿਰ ਦੀ ਲੋੜ ਆ ਤਾਂ ਮੈਨੂੰ ਦੱਸ। ਉਹਨਾਂ ਇਹੀ ਕਹਿਣਾ, ਉਹਨਾਂ ਇਹੀ ਕਦੀ ਕਹਿਣਾ ਕਿ ਗਾਣੇ ਗੁਣਿਆਂ ਬਾਰੇ ਬਹੁਤ ਘੱਟ ਗੱਲ ਕਰਦੇ ਆ। ਹਾਂ, ਉਹਨਾਂ ਨੂੰ ਜਿਹੜਾ ਗਾਣਾ ਚੰਗਾ ਲੱਗੇ ਕਹਿ ਦਿੰਦਾ, ਪੁੱਤਰ ਮੈਨੂੰ ਆਹ ਗਾਣਾ ਤੇਰਾ ਬਹੁਤ ਚੰਗਾ ਲੱਗਾ। ਹੁਣ ਤੱਕ ਦਾ ਕਿਹੜਾ ਗੀਤ ਹੈ ਜਿਹੜਾ ਵਾਕਈ ਉਹਨਾਂ ਨੂੰ ਬਹੁਤ, ਉਹਨਾਂ ਦੇ ਦਿਲ ਨੂੰ ਚੱਕਿਆ? ਮੇਰੀ ਮੌਮ ਨੂੰ ਨਾ ਹਜੇ ਵੀ, ਮੇਰੀ ਮੰਮੀ ਨੂੰ ਟਲ ਜਾ ਗਾਣਾ ਬਹੁਤ ਪਸੰਦ ਆ। ਉਹ ਹੁਣ ਗਾਣਾ ਆਇਆ ਹੀ ਸੀਗਾ ਤੇ ਗਾਣੇ ਦਾ ਰਿਸਪੌਂਸ ਉਦੋਂ ਠੀਕ ਠਾਕ ਸੀਗਾ ਜਦੋਂ ਗਾਣਾ ਆਇਆ ਸੀਗਾ, ਤੇ ਮੈਂ ਮੰਮੀ ਨੂੰ ਪੁੱਛਿਆ, ਮੈਂ ਰਿਵਿਊ ਲੈਣੇ ਹੁੰਦੇ ਜਿਵੇਂ ਆਰਟਿਸਟ ਨੇ, ਹੈ ਨਾ, ਕੀ ਕਿਹੜਾ ਗਾਣਾ ਚੰਗਾ ਕਿਹੜਾ ਗਾਣਾ ਮਾੜਾ। ਤੇ ਮੰਮੀ ਨੂੰ ਪੁੱਛਿਆ, ਮੈਂ ਕਿਹਾ ਮੰਮੀ ਜੀ ਵੀ ਗਾਣਾ ਕਿਹੜਾ ਤੈਨੂੰ ਵਧੀਆ ਲੱਗਾ, ਹੈ ਨਾ? ਕਹਿੰਦੇ ਪੁੱਤਰ ਟਲ ਜਾ ਗਾਣਾ ਮੈਨੂੰ ਬਹੁਤ ਸੋਹਣਾ ਲੱਗਾ। ਉਹ ਗਾਣਾ ਮੈਨੂੰ ਬਹੁਤ ਚੰਗਾ ਲੱਗਾ ਤੇ ਉਹ ਗਾਣਾ ਮੈਂ ਸੁਣਦੀ ਹਾਂ। ਉਹਦੀ ਵਾਈਬ ਵੀ ਬਹੁਤ ਸੋਹਣੀ ਹੈ, ਹੈ ਨਾ। ਹਾਂਜੀ ਹਾਂਜੀ। ਤੇ ਸਿਸਟਰ ਦਾ ਸਰਕਲ ਕਿਸ ਤਰ੍ਹਾਂ ਉਹਨਾਂ ਨੂੰ ਟ੍ਰੀਟ ਕਰਦਾ ਹੁਣ ਵੀ? ਇਹਦਾ ਭਰਾ ਤਾਂ ਆਰਟਿਸਟ ਹੈ, ਯੂਜੂਅਲੀ ਤਾਂ ਪਿੰਡਾਂ ਵੱਲ ਹੁੰਦਾ ਵੀ ਇਹਦਾ ਤੇ ਆਪਣਾ ਇੱਕੋ ਹੀ ਭਰਾ ਹੈ, ਹੈ ਨਾ। ਉਹ ਮੇਰੀ ਸਿਸਟਰ ਨੂੰ ਕਹਿੰਦੇ ਹੁੰਦੇ ਆ ਕਿ ਤੂੰ ਤਾਂ ਲੱਗਦੀ ਨਹੀਂ ਉਹਦੇ ਵਰਗੀ, ਸੇਮ ਉਹਨਾਂ ਦੀ ਥੋੜ੍ਹੀ ਜਿਹੀ ਨਾ ਲਾਈਕ ਗੁੱਸਾ ਨਾ ਕਰੀ ਮੇਰੀ ਭੈਣ ਮੇਰਾ, ਤੇ ਉਹਨਾਂ ਦਾ ਥੋੜ੍ਹਾ ਰੰਗ ਥੋੜ੍ਹਾ ਜਿਹਾ ਹਲਕਾ ਜਿਹਾ ਪੱਕਾ ਮੇਰੇ ਨਾਲੋਂ। ਤੇ ਉਹ ਸ਼ੁਰੂ 'ਚ ਨਾ ਸਾਡਾ ਜਿਵੇਂ ਉਹ ਡੈਡ 'ਤੇ ਗਏ ਅਸਲ 'ਚ ਫੇਸ ਜਿਹੜਾ, ਹੈ ਨਾ, ਜੋ ਮੇਰਾ ਫੇਸ ਸਟਰਕਚਰ ਆ ਸਾਰਾ ਮੇਰੇ ਮੋਮ 'ਤੇ ਆ। ਅਤੇ ਉਹਨੂੰ ਸਾਰੇ ਇਹ ਕਹਿੰਦੇ ਕਿ ਤੂੰ ਜੱਸੇ ਦੀ ਭੈਣ ਨਹੀਂ ਲੱਗਦੀ, ਸਾਰੇ ਇਹਨੂੰ ਇਹ ਕਹਿੰਦੇ ਆ। ਬਟ ਹੁਣ ਤਾਂ ਫਿਰ ਸਾਰਿਆਂ ਨੂੰ ਪਤਾ ਹੀ ਹੈ, ਹੈ ਨਾ, ਕਿ ਜੱਸੇ ਦੀ ਹੀ ਭੈਣ। ਹਾਂਜੀ ਹਾਂਜੀ। ਅੱਛਾ, ਫਿਰ ਟਲਜਾ ਗਾਣੇ 'ਤੇ ਮੈਂ ਵਾਪਿਸ ਆਉਂਦੀ ਹਾਂ, ਮੈਨੂੰ ਇਸ ਗਾਣੇ ਦੀ ਸਟੋਰੀ ਦੱਸੋ। ਟਲਜਾ ਦੀ ਸਟੋਰੀ ਕੁਛ ਇਹੋ ਜਿਹੀ ਆ ਜੀ ਕਿ ਮੈਂ ਨਾ ਕਿੰਨੇ ਟਾਈਮ ਤੋਂ ਇੱਕ ਇਹੋ ਜਿਹਾ ਗਾਣਾ ਚਾਹੁੰਦਾ ਸੀਗਾ ਕਿ ਫੁੱਲ એનર્ਜੀ ਹੋਏ ਉਹਦੇ ਵਿੱਚ। ਕਾਫੀ ਗਾਣੇ ਬਣਾਏ ਵੀ ਸੀ ਤੇ ਉਹ ਬੀਟ ਪਈ ਹੋਈ ਸੀ ਪ੍ਰੋਡਿਊਸਰ ਕੋਲ ਜਿਹਦੇ ਨਾਲ ਮੈਂ ਕੰਮ ਕਰਦਾ ਹੁੰਦਾ ਸੀ, ਹੈ ਨਾ। ਤੇ ਉਹ ਕਾਫੀ ਟਾਈਮ ਤੋਂ, ਸਾਲ ਡੇਢ ਸਾਲ ਤੋਂ ਬੀਟ ਪਈ ਹੋਈ ਸੀ ਉਹਦੇ ਕੋਲ, ਉਹਨੇ ਕਾਫੀ ਆਰਟਿਸਟ ਨੂੰ ਭੇਜੀਆਂ ਉਹ ਵਾਲੀ ਬੀਟ ਜੀ। ਤੇ ਹਰ ਬੰਦਾ ਕਹਿੰਦਾ ਸੀ ਕਿ ਆਹ ਤਾਂ ਨਹੀਂ, ਇਹ ਹੋਰ ਚੀਜ਼ ਆ, ਹੈ ਨਾ, ਸਾਡੇ ਵੱਸਦੀ ਨਹੀਂ ਹੈਗੀ। ਤੇ ਮੈਨੂੰ ਜਿੱਦਣ ਤੋਂ ਮੇਰੇ ਕੋਲ ਆਈ, ਮੈਨੂੰ ਉਦੋਂ ਤੋਂ ਹੀ ਉਹ ਬੀਟ ਪਸੰਦ ਸੀ। ਤੇ ਚਾਰ ਗਾਣੇ ਬਣਾ ਤੇ ਆਪਾਂ, ਚਾਰ ਦੇ ਚਾਰ ਪਾ ਤੇ ਐਲਬਮ ਚ, ਜੇ ਆਪਾਂ 20-25 ਗਾਣੇ ਬਣਾਏ ਵਿੱਚੋਂ, ਉਹਨਾਂ ਵਿੱਚੋਂ ਹੀ ਆਪਾਂ ਸਿਲੈਕਟ ਕਰਕੇ ਪਾਉਂਦੇ ਹੁੰਦੇ ਆ, ਹੈ ਨਾ। ਤੇ ਮੈਂ ਸੁਣੀ ਬੀਟ ਦੁਬਾਰਾ, ਫਿਰ ਮੈਂ ਕਹਿੰਦੀ ਆਹ ਬੀਟ ਤੇ ਕੰਮ ਕਰਦੇ ਆ। ਤੇ ਗੱਲ ਕਿੱਦਾਂ ਹੋਈ, ਫਿਰ ਮੈਂ ਸੁਣੀ, ਹੈ ਨਾ, ਤੇ ਫਿਰ ਮੈਂ ਸ਼ੁਰੂ ਕਰਤਾ। ਅਸਲ 'ਚ ਨਾ ਬੀਟ ਦੇ ਕੋਈ ਰਾਗ ਹੈ ਨਹੀਂ, ਉਹ ਬੀਟ ਬਿਨਾਂ ਰਾਗ ਤੋਂ ਆ ਤੇ ਉਹ ਫੜਨੀ ਵੀ ਬੜੀ ਔਖੀ ਜਿਹੀ ਲੱਗਦੀ ਸਾਰਿਆਂ ਨੂੰ। ਤੇ ਮੈਂ ਸੁਣੀ, ਮੈਂ ਬਣਾਉਣ ਲੱਗ ਪਿਆ ਗਾਣਾ, ਹੈ ਨਾ, ਇੱਕ ਦੋ ਪੈਰਾ ਬਣਾਇਆ ਉਹਦੇ 'ਤੇ ਅਤੇ ਲਿਖਿਆ ਅਤੇ ਰਿਕੋਰਡ ਕੀਤਾ, ਬਟ ਉਹ ਵਾਈਬ ਜੀ ਆਈ ਨਾ। ਉਹ ਇੱਦਾਂ ਲੱਗੇ ਕਿ ਯਾਰ ਪਤਨੀ ਕੀ ਚੱਲੀ ਜਾਂਦਾ, ਕੀ ਹੋਈ ਜਾਂਦਾ, ਹੈ ਨਾ। ਮੈਂ ਉਹ ਇਕੱਲਾ ਗਾਣਾ ਜਿਹੜਾ ਮੈਂ ਸਭ ਤੋਂ ਵੱਧ ਵਾਰ ਰਿਕੋਰਡ ਕੀਤਾ, ਉਹ 3-4 ਵਾਰੀ ਰਿਕੋਰਡ ਕੀਤਾ ਮੈਂ ਗਾਣਾ। ਓਕੇ। ਤੇ ਵੈਸੇ ਮੈਂ ਵੋਕਲਾਂ ਜੇ ਕਰਦਾ ਹੁੰਦਾ, 1-2 ਵਾਰ 'ਚ ਵੋਕਲਾਂ ਹੋ ਜਾਂਦੀਆਂ ਹੁੰਦੀਆਂ, ਤੇ 3-4 ਵਾਰੀ ਰਿਕੋਰਡ ਕੀਤਾ। ਤੇ ਜਿਹਨੂੰ ਸਾਈਂ ਕਰੀਏ, ਕੋਈ ਬੰਦਾ ਤੇ ਕਹੇ ਯਾਰ ਕਿ ਬਾਹਲਾ ਘੈਂਟ ਗਾਣਾ, ਕਹੀਏ ਕੋਈ ਕਹੇ ਕਿ ਯਾਰ ਆਹ ਕੀ ਹੈ, ਤੇ ਸਮਝ ਨਹੀਂ ਆਉਂਦਾ ਮੈਂ ਕੀ ਜਾ। ਹਾਂ, ਬਟ ਮੈਂ ਕੌਨਫੀਡੈਂਟ ਸੀਗਾ ਉਹ ਗਾਣੇ ਬਾਰੇ, ਮੈਂ ਕਿਹਾ ਵੀ ਆਹ ਗਾਣਾ ਚੱਲੇਗਾ ਚੱਲੇਗਾ ਤੇ ਆਹ ਗਾਣਾ ਸਭ ਨੂੰ ਪਸੰਦ ਆਏਗਾ। ਤੇ ਇਸ ਗਾਣੇ ਦੇ ਐਂਡ ਦੇ ਵਿੱਚ ਮੈਨੂੰ ਇੱਕ ਚੀਜ਼ ਬਹੁਤ ਅੱਛੀ ਲੱਗੀ, ਉਹ ਕੌਨਸੈਪਟ ਬਹੁਤ ਸੋਹਣਾ, ਉਹ ਕਿਹਦਾ ਸੀਗਾ ਤੇ ਕੀ ਐਕਚੁਅਲ ਦੇ ਵਿੱਚ ਹੁੰਦਾ ਕਿ ਤੇਰੇ ਬੜੇ ਇੰਨੇ ਡਾਲਰ, ਤੂੰ ਡੋਡੇ ਤੇ ਉੱਡਦਾ ਰਿਹਾ, ਤੇਰੇ ਕਾਦੇ ਡਾਲਰ? ਅਸਲ 'ਚ ਕੀ ਸੀ ਨਾ, ਸਾਰੇ ਗਾਣੇ ਵਿੱਚ ਆਪਾਂ ਦਿਖਾਇਆ ਕਿ ਇੱਕ ਹਾਈ ਲਾਈਫ ਦਿਖਾਈ, ਕਿ ਏਦਾਂ ਏਦਾਂ ਥੋੜੀ ਫੁਕਰੀਆਂ ਮਾਰੀਆਂ, ਹੈ ਨਾ। ਫਿਰ ਆਪਾਂ ਸੋਚਿਆ, ਸਾਰੇ ਟੀਮ ਨੇ ਬਹਿ ਸੋਚਿਆ ਕਿ ਯਾਰ ਕਿ ਆਪਾਂ ਏਦਾਂ ਕਰਦਾ, ਹੈ ਨਾ। ਮੈਂ ਕਿਹਾ ਵੀ ਥੋੜ੍ਹਾ ਜਿਹਾ ਵਿਖਾਉਣਾ ਚਾਹੀਦਾ ਕਿ ਰਿਐਲਿਟੀ ਵੀ ਥੋੜ੍ਹੀ ਦਿਖਾਉਣੀ ਚਾਹੀਦੀ ਕਿ ਏਦਾਂ ਨਹੀਂ ਹੁੰਦਾ ਹੁੰਦਾ, ਇਹ ਏਦਾਂ ਵੀ ਹੁੰਦਾ ਹੁੰਦਾ।
ਸੋ ਉਹ ਚੀਜ਼ ਫਿਰ ਆਪਾਂ ਸੋਚੀ, ਟੀਮ ਨਾਲ ਡਿਸਕਸ਼ਨ ਕੀਤੀ ਅਤੇ ਉਹ ਫਿਰ ਆਪਾਂ ਡਾਇਲੋਗ ਇੱਕ ਦੋ ਲਿਖਿਆ ਮੈਂ ਅਤੇ ਇੱਕ ਦੋ ਮੁੰਡਿਆਂ ਨੇ ਲਿਖਿਆ। ਸੋ ਉਹ ਸਭ ਨੇ ਬਹੁਤ ਸਲਾਹਿਆ, ਸਭ ਨੂੰ ਬਹੁਤ ਚੰਗਾ ਲੱਗਾ। ਉਹ ਤੁਹਾਡਾ ਇੱਕ ਫਰਾਰ ਗਾਣਾ ਵੀ ਹੈ, ਬਟ ਜੇ ਥੋੜ੍ਹਾ ਜਿਹਾ ਉਹਨੂੰ ਆਪਾਂ ਆਪਣੀ ਲਾਈਫ 'ਚ ਲੈ ਕੇ ਆਈਏ ਵੀ ਜਿਹੜਾ ਇਹ ਜੱਟ ਆ ਹੈ ਉਹ ਕਿੰਨਾ ਕਿੰਨੀ ਕੁ ਵਾਰੀ ਕਿਹੜੇ ਕਿਹੜੇ ਮੌਕਿਆਂ ਤੋਂ ਫਰਾਰ ਹੋਣਾ ਪਸੰਦ ਕਰਦਾ, ਚਾਹੇ ਉਹ ਘਰ 'ਚ ਬੈਠੀ ਕੋਈ ਗੱਲ ਹੋਵੇ ਵੀ ਕੋਈ ਗੱਲ ਇੱਦਾਂ ਦੀ ਛਿੜ ਪਈ ਵੀ ਜਿਸ ਨੂੰ ਫਰਾਰ ਹੋਣਾ ਪੈ ਰਿਹਾ ਉੱਥੋਂ ਜਾਂ ਯਾਰਾਂ ਦੋਸਤਾਂ ਦੀ ਹੋਊਗੀ। ਅੱਛਾ ਫਰਾਰ ਗਾਣਾ, ਫਰਾਰ ਬੇਸਿਕਲੀ ਮੈਨੂੰ ਨਾ, ਮੈਂ ਲਾਸਟ ਇੰਟਰਵਿਊ 'ਚ ਵੀ ਗੱਲ ਕਰਕੇ ਆ, ਮੈਨੂੰ ਨਾ ਇਕੱਲੇ ਇਕੱਲੇ ਰਹਿਣਾ ਥੋੜ੍ਹਾ ਜ਼ਿਆਦਾ ਪਸੰਦ ਆ। ਕਿਉਂ ਸੋਚਦੇ ਹੋ, ਲਿਖਦੇ ਹੋ? ਮੈਂ ਓਵਰ ਥਿੰਕ ਕਰਾਂ। ਓਕੇ, ਮੈਂ ਬਹੁਤ ਜ਼ਿਆਦਾ ਸੋਚਦਾ ਵਾਂ, ਮੈਂ ਇਕੱਲੇ ਬਹਿ ਕੇ ਸੋਚ ਜਾ ਰਿਹਾ, ਕਦੀ ਪੋਜ਼ਿਟਿਵ ਕਦੀ ਨੈਗੇਟਿਵ, ਹੈ ਨਾ। ਸੋ ਜਦੋਂ ਸਾਰੇ ਇਕੱਠੇ, ਜਦੋਂ ਕਾਫੀ ਲੋਕ ਮੇਰੇ ਆਲੇ ਦੁਆਲੇ ਹੁੰਦੇ ਆ ਨਾ, ਇੱਕ ਗੈਦਰਿੰਗ ਹੋ ਜਾਂਦੀ ਆ ਕਾਫੀ ਜ਼ਿਆਦਾ, ਮੈਨੂੰ ਥੋੜ੍ਹੀ ਜਿਹੀ ਘਬਰਾਹਟ ਹੋਣ ਲੱਗ ਜਾਂਦੀ ਆ, ਮੈਂ ਅਜੀਬ ਜਿਹਾ ਫੀਲ ਕਰਦਾ, ਮੇਰੇ ਕੰਟਰੋਲ 'ਚ ਨਹੀਂ ਰਹਿੰਦਾ ਫਿਰ ਮੇਰਾ ਖੁਦ ਦਾ। ਸੋ ਉਦੋਂ ਮੈਨੂੰ ਥੋੜ੍ਹਾ ਫਰਾਰ ਹੋਣਾ ਪੈਂਦਾ, ਫਿਰ ਮੈਨੂੰ ਲੁੱਕ ਜਾਂਦਾ ਵਾ ਕਿਤੇ ਨਾ ਕਿਤੇ, ਇਕੱਲਾਪਣ ਮੈਨੂੰ ਵਧੀਆ ਲੱਗਦਾ। ਅਸਲ 'ਚ ਮੈਂ ਗਾਣੇ ਬਣਾਉਂਦਾ ਹੁੰਦਾ ਮੋਸਟਲੀ, ਜਿਹੜੇ ਗਾਣੇ ਬਣਦੇ ਹੁੰਦੇ ਆ ਪਹਿਲਾਂ ਬੀਟ ਸੁਣ ਕੇ ਫਿਰ ਬੀਟ ਦੇ ਉੱਤੇ ਮੈਂ ਆਪਣੇ ਲਿਰਿਕਸ ਤੇ ਕੰਪੋਜ਼ ਗਾਉਣਾ ਹੁੰਦਾ। ਪਰ ਤੁਹਾਡੇ ਗਾਣੇ ਬੜੇ ਰੀਅਲਿਸਟਿਕ ਹੁੰਦੇ ਆ, ਹੁਣ ਜਿਹੜਾ ਰੌਲੇ ਵਾਲਾ ਗਾਣਾ ਹੈ ਉਹਦੀ ਸਟਾਰਟਿੰਗ ਹੀ ਬੜੀ ਅੱਛੀ ਹੈ, ਤੁਸੀਂ ਇੱਕ ਸਟੋਰੀ ਜੀ ਬਿਲਡ ਕੀਤੀ ਵੀ ਤੁਸੀਂ ਬਾਹਰੋਂ ਆ ਰਹੇ ਹੋ ਸਕੇਟਬੋਰਡ ਲੈ ਕੇ, ਹਾਂਜੀ, ਤੇ ਵੀ ਆਹ ਕੀ ਰੌਲਾ ਹੋ ਗਿਆ, ਚਲੋ ਚਲੋ ਸਾਂਭਲਾਂਗੇ ਸਾਂਭਲਾਂਗੇ, ਹੈ ਨਾ। ਇਹ ਤੁਹਾਡਾ ਆਈਡੀਆ ਸੀ? ਨਹੀਂ, ਇਹ ਮੇਰਾ ਆਈਡੀਆ ਨਹੀਂ ਸੀਗਾ, ਇਹ ਅਸਲ 'ਚ ਡਾਇਰੈਕਸ਼ਨ ਦਾ ਹੀ, ਸਾਰਾ ਡਾਇਰੈਕਸ਼ਨ ਟੀਮ ਦਾ ਹੀ ਆਈਡੀਆ ਸੀਗਾ। ਕਿਉਂਕਿ ਮੇਰੇ ਨਾਲ ਜਿਵੇਂ ਸਾਰੀ ਟੀਮ ਸੀਗੀ, ਮੈਨੂੰ ਉਹ ਚਾਹੁੰਦੀ ਹੁੰਦੀ ਸੀਗੀ ਤੁਸੀਂ ਇੱਦਾਂ ਕਰਕੇ ਨਾ ਅੱਗੇ ਐਕਟਿੰਗ, ਕਿਉਂਕਿ ਮੈਨੂੰ ਐਕਟਿੰਗ ਵੀ ਥੋੜ੍ਹੀ ਬਹੁਤ ਪਸੰਦ ਆ। ਓਕੇ, ਐਕਟਿੰਗ ਦਾ ਵੀ ਸ਼ੌਂਕ ਰੱਖਦਾ ਕਿਤੇ ਨਾ ਕਿਤੇ ਮੈਂ ਆਪਣੇ ਦਿਲ ਵਿੱਚ, ਅਤੇ ਉਸ ਕਰਕੇ ਉਹ ਕਿਤੇ ਨਾ ਕਿਤੇ ਮੇਰੀ ਐਕਟਿੰਗ ਬਾਹਰ ਕੱਢਣ ਵਾਸਤੇ ਜਾਂ ਕਿਤੇ ਨਾ ਕਿਤੇ ਉਹ ਚੀਜ਼ਾਂ ਵਿਖਾਉਣ ਵਾਸਤੇ, ਥੋੜ੍ਹਾ ਲੈਂਥ ਵੱਡੀ ਕਰਨ ਵਾਸਤੇ ਗਾਣੇ ਦੀ, ਉਹ ਥੋੜ੍ਹੀ ਸਟੋਰੀ ਆਪਾਂ ਤਾਂ ਬਿਲਡ ਕੀਤੀ ਸੀਗੀ। ਅਤੇ ਹੁਣ ਕਿਉਂਕਿ ਦਿਲ ਤੱਕ ਤਾਂ ਰਹੀ ਨਹੀਂ, ਹੁਣ ਤਾਂ ਸਾਹਮਣੇ ਆ ਗਈ ਐਕਟਿੰਗ ਵਾਲੀ ਗੱਲ, ਕਿੱਦਾਂ ਦੀਆਂ ਫਿਲਮਾਂ ਤੁਸੀਂ ਖੁਦ ਦੇਖਦੇ ਹੋ ਅਤੇ ਕਿੱਦਾਂ ਦੀਆਂ ਫਿਲਮਾਂ ਜਿਸ ਤਰ੍ਹਾਂ ਚਾਹੁੰਦਾ ਹੈ ਵੀ ਮੈਂ ਇਹੋ ਜਿਹੇ ਕਿਰਦਾਰ ਕਰਾਂ ਜੇ ਜਦੋਂ ਮੇਰੇ ਕੋਲ ਮੌਕਾ ਆਵੇ? ਕਿਰਦਾਰ ਮੈਨੂੰ ਖੁਦ ਨੂੰ ਜੇ ਪਰਸਨਲੀ ਪੁੱਛੋ ਕਿੱਦਾਂ ਦੀਆਂ ਮੂਵੀਜ਼ ਪਸੰਦ ਆ, ਅਤੇ ਥੋੜ੍ਹੇ ਜਿਹੇ ਰੀਅਲ ਲਾਈਫ ਬੇਸਡ, ਕਿ ਥੋੜ੍ਹੇ ਰੀਅਲ ਚੀਜ਼ਾਂ ਹੋਣ, ਲਾਈਕ ਜੋ ਇੱਦਾਂ ਨਹੀਂ ਕਿ ਬਾਹਲੀ ਕੁਛ ਆਪਾਂ ਹਵਾ ਜੀ ਵਿਖਾ ਰਹੇ ਹਾਂ ਉਹਦੇ ਵਿੱਚ, ਜਾਂ ਕੁਛ ਐਕਸ਼ਨ ਮੂਵੀਜ਼ ਕੁਛ ਵੀ। ਹੁਣ ਆਪਣਾ ਪੰਜਾਬੀ ਸਿਨੇਮੇ ਬਾਰੇ ਗੱਲ ਕਰਾਂ, ਹੁਣ ਅੱਜ ਕੱਲ੍ਹ ਟਿੱਪਣੀ ਮੈਂ ਕਰਨਾ ਚਾਹੁੰਦਾ ਪੰਜਾਬੀ ਸਿਨੇਮੇ ਬਾਰੇ ਇੱਕ ਛੋਟੀ ਜੀ। ਇੰਨੀਆਂ ਮੂਵੀਜ਼ ਆ ਰਹੀਆਂ ਨੇ, ਹੈ ਨਾ, ਕਾਫੀ ਤੁਸੀਂ ਦੇਖਦੇ ਹੋ ਕਿੰਨੀਆਂ ਕਿੰਨੀਆਂ ਮੂਵੀਜ਼ ਆ ਰਹੀਆਂ ਨੇ, ਫਲੋਪ ਵੀ ਬਹੁਤ ਜ਼ਿਆਦਾ ਹੋ ਰਹੀਆਂ ਨੇ, ਕਿੰਨਾ ਜ਼ਿਆਦਾ ਉਹ ਸਿਨੇਮੇ ਨਾਲ ਪਿਆਰ ਹੋਊਗਾ ਕਿਸੇ ਨੂੰ ਤਾਂ ਸਿਨੇਮਾ ਅੱਗੇ ਵਧੂਗਾ, ਹੋਊਗਾ, ਹੈ ਨਾ। ਉਹ ਪੈਸੇ ਨਾਲ ਪਿਆਰ ਕਰਕੇ ਆਪਾਂ ਸਿਨੇਮੇ ਨੂੰ ਅੱਗੇ ਨਹੀਂ ਲੈ ਕੇ ਜਾ ਸਕਦੇ। ਸੋ ਪ੍ਰੋਡਕਸ਼ਨ ਟੀਮ ਜਿੰਨੀਆਂ ਵੀ ਕੰਮ ਕਰਦੇ ਆ, ਨਿੱਕਾ ਜਿਹਾ ਸੁਨੇਹਾ ਕਿ ਸਿਨੇਮੇ ਨਾਲ ਪਿਆਰ ਕਰਨਾ ਪਊਗਾ ਅਤੇ ਫਿਰ ਸਿਨੇਮਾ ਅੱਗੇ ਜਾਊਗਾ। ਤੁਸੀਂ ਕਹਿ ਰਹੇ ਹੋ ਵੀ ਇਮੋਸ਼ਨਸ ਵੀ ਜ਼ਰੂਰੀ ਆ, ਸਿਰਫ ਕਮਰਸ਼ੀਅਲ ਹੋ ਕੇ ਸਿਨੇਮਾ? ਹਾਂਜੀ, ਕਮਰਸ਼ੀਅਲ ਵੇ ਨਾਲ ਇਕੱਲਾ ਨਹੀਂ, ਜਿਵੇਂ ਹੁਣ ਆਪਣੇ ਰੀਅਲ ਚੀਜ਼ਾਂ ਚੱਲਦੀਆਂ, ਹੈ ਨਾ, ਅੱਜ ਕੱਲ੍ਹ ਤੁਸੀਂ ਨੈਟਫਲਿਕਸ ਸੀਰੀਜ਼ ਦੇਖਦੇ ਹੋ ਸਾਰੀਆਂ, ਉਹ ਕਿੰਨੀਆਂ ਰੀਅਲ ਜਿਹੀਆਂ ਲੱਗਦੀਆਂ ਆਪਾਂ ਨੂੰ, ਉਹ ਲੱਗਦੀਆਂ ਕਿ ਹਾਂ ਸੱਚੀ ਮੁੱਚੀ ਵੀ ਹੈਗਾ। ਹੁਣ ਫਿਲਮਾਂ 'ਚ ਆਪਾਂ ਦੇਖ ਲਈਏ, ਉਹੀ ਪੰਚ ਮਾਰੀ ਜਾਣਗੇ, ਇੱਦਾਂ ਕਰੀ ਜਾਣਗੇ, ਇੱਦਾਂ, ਉਹ ਚੀਜ਼ ਮੈਨੂੰ ਠੀਕ ਜਿਹੀ ਲੱਗਦੀ ਆ, ਮੈਨੂੰ ਨਹੀਂ ਇਹ ਚੀਜ਼ ਤਾਂ ਨਹੀਂ। ਸੋ ਮੈਂ ਕਰਨਾ ਚਾਹਾਂਗਾ, ਜੇ ਖੁਦ ਕਰਨਾ ਚਾਹਾਂਗਾ ਮੂਵੀ ਫਿਊਚਰ, ਹਾਲੇ ਮੇਰਾ ਕੋਈ ਪਲਾਨ ਨਹੀਂ ਹੈਗਾ, ਹਾਲੇ ਮੇਰਾ ਮਿਊਜ਼ਿਕ ਨਾਲ ਇੰਨਾ ਜ਼ਿਆਦਾ, ਦੇਖਣ ਵਾਲਿਆਂ ਨੇ ਆਪੇ ਬਣਾ ਲੈਣਾ ਹੈ, ਮਿਊਜ਼ਿਕ ਨਾਲ ਮੇਰਾ ਇੰਨਾ ਪਿਆਰ ਹੈ ਕਿ ਹਾਲੇ ਮੈਂ ਕਿੰਨੇ ਸਾਲ ਤਾਂ ਮੈਂ ਕਰਨਾ ਚਾਹਾਂਗਾ ਮਿਊਜ਼ਿਕ, ਕਿਉਂਕਿ ਮਿਊਜ਼ਿਕ ਨਾਲ ਮੇਰਾ ਬੜਾ ਪਿਆਰ ਆ, ਅਤੇ ਮਿਊਜ਼ਿਕ ਨੇ ਮੈਨੂੰ ਬਹੁਤ ਕੁਛ ਦਿੱਤਾ, ਹੈ ਨਾ, ਜੋ ਕੁਛ ਮੇਰੇ ਪੱਲੇ ਅੱਜ ਕੱਲ੍ਹ, ਅੱਜ ਦੇ ਟਾਈਮ 'ਚ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਆਹ ਕੁਛ ਮੈਂ ਕਰਾਂਗਾ, ਇੱਦਾਂ ਤੁਹਾਡੇ ਨਾਲ ਬੈਠ ਕੇ ਇੰਟਰਵਿਊ ਕਰਾਂਗਾ ਜਾਂ ਮੇਰਾ ਕੋਈ ਇੰਟਰਵਿਊ ਲਊਗਾ। ਅਤੇ ਪਹਿਲ ਮੇਰੀ ਮਿਊਜ਼ਿਕ ਨੂੰ ਹੀ ਆ, ਉਹ ਮੇਰਾ ਇੱਕ ਛੋਟਾ ਜਿਹਾ ਇੱਕ ਡਰੀਮ ਹੀ ਕਹਿ ਲਓ, ਜਾਂ ਕਿ ਹਾਂ ਕਿ ਕੋਈ ਨਹੀਂ, ਜੇ ਕੱਲ੍ਹ ਨੂੰ ਸਾਡੇ ਪਾਸ ਕੋਈ ਸ਼ੈ ਚੀਜ਼ ਆਉਂਦੀ ਹੈ ਤਾਂ ਆਪਾਂ ਕਰ ਲਾਂਗੇ ਜੀ, ਆਪਸ਼ਨਲ ਕਹਿ ਲਓ। ਓਕੇ, ਹਾਂਜੀ, ਬਟ ਸ਼ੌਂਕ ਹੈਗਾ ਮੈਨੂੰ ਐਕਟਿੰਗ ਦਾ, ਬਿਲਕੁਲ। ਪਰਮਾਤਮਾ ਕਰੇ ਕਿ ਜ਼ਰੂਰ ਹੁਣ ਜਦੋਂ ਵੀ ਇੰਟਰਵਿਊ ਆਪਣਾ ਹੋਵੇ, ਬਤੌਰ ਗਾਇਕ ਕਲਾਕਾਰ ਤੇ ਬੜੇ ਸਾਰੇ ਹੋਣ, ਪਰ ਅਦਾਕਾਰ ਦੇ ਤੌਰ ਤੇ ਵੀ ਮੈਂ ਤੁਹਾਡਾ ਇੰਟਰਵਿਊ ਕਰਾਂ। ਜਦੋਂ ਪਹਿਲੀ ਵਾਰ ਸਟੂਡੀਓ ਗਏ ਸਾਂ ਤੇ ਉਹ ਮੈਮੋਰੀ ਯਾਦ ਹੈ ਵੀ ਨਰਵਸ ਸੀਗੇ ਕਿਤੇ ਨਾ ਕਿਤੇ, ਐਕਸਾਈਟਮੈਂਟ ਹੀ ਬੜੀ ਜ਼ਿਆਦਾ ਸੀ? ਨਹੀਂ, ਮੈਂ ਸਟੂਡੀਓ ਡਰਦਾ ਹੁੰਦਾ ਸੀ ਸਟੂਡੀਓ ਜਾਣ ਤੋਂ ਵੀ। ਕਿਉਂ? ਮੈਨੂੰ ਐਂ ਲੱਗਦਾ ਹੁੰਦਾ ਸੀ ਕਿ ਨਹੀਂ, ਕਿ ਸ਼ਾਇਦ ਮੈਂ ਸ਼ੁਰੂ ਤੋਂ ਇੱਕ ਕੌਨਫੀਡੈਂਸ ਲੈਸ ਬੰਦਾ ਰਿਹਾ ਵਾ, ਮੈਂ ਤੁਹਾਨੂੰ ਕਹਿਦਾ ਕਿ ਬੜਾ ਕੌਨਫੀਡੈਂਟ ਬੰਦਾ ਮੈਂ, ਹੈ ਨਾ। ਹੁਣ ਚਲੋ ਮਾਹੌਲ ਕੁਛ ਇੱਦਾਂ ਦਾ ਹੋ ਗਿਆ ਕਿ ਆਪਾਂ ਨੂੰ ਗੱਲਾਂ ਕਰਨਾ, ਗੱਲਾਂ ਚਾਰ ਕਰਨੀਆਂ ਆ ਗਈਆਂ। ਪਹਿਲਾਂ ਬਹੁਤ ਕੌਨਫੀਡੈਂਸ ਘੱਟ ਰੱਖਦਾ ਹੁੰਦਾ ਸੀ ਆਪਣੇ ਵਿੱਚ, ਮੈਂ ਕਿਹਾ ਜਾਵਾਂਗਾ, ਹੈ ਨਾ। ਕੁਛ ਘਰਦੇ ਆਪਣੇ ਹਾਲਾਤ ਇੱਦਾਂ ਦੇ ਹੁੰਦੇ ਸੀ ਕਿ ਆਹ ਚੀਜ਼ ਨੂੰ ਪਹਿਲ ਮੈਂ ਘੱਟ ਦਿੰਦਾ ਹੁੰਦਾ ਸੀਗਾ, ਆਪਣੇ ਕੰਮ 'ਤੇ ਜ਼ਿਆਦਾ ਧਿਆਨ ਦਿੰਦਾ ਹੁੰਦਾ ਸੀ ਕਿ ਹਾਂ ਜਿੱਦਾਂ ਮੈਨੂੰ ਚਾਰ ਪੈਸੇ ਬਣਨੇ ਆ ਜਾਂ ਕੁਛ ਹੋਣਾ ਉਹ ਚੀਜ਼ ਮੈਂ ਕਰਾਂ। ਅਤੇ ਪਹਿਲੀ ਵਾਰੀ ਸਟੂਡੀਓ ਗਿਆ ਮੈਂ, ਅਤੇ ਸਟੂਡੀਓ ਸੀਗਾ ਅਤੇ
ਜਦੋਂ ਬੰਦਾ ਕੁਛ ਨਹੀਂ ਹੁੰਦਾ ਹੈ ਨਾ ਸਟੂਡੀਓ ਜਾਂਦਾ ਆ ਅਤੇ ਤੁਹਾਨੂੰ ਕੋਈ ਸੀਰੀਅਸ ਨਹੀਂ ਲੈਂਦਾ ਹੁੰਦਾ। ਸੋ ਮੈਂ ਸਟੂਡੀਓ ਗਿਆ ਅਤੇ ਕੋਈ ਸੀਰੀਅਸ ਨਹੀਂ ਲੈਂਦਾ ਹੈ ਨਾ ਤੁਹਾਨੂੰ, ਮੈਂ ਗਿਆ ਮੈਂ ਕਿਹਾ ਠੀਕ ਹੋ ਜਾਂਦਾ, ਹਾਂ ਵੀ ਮਿਊਜ਼ਿਕ ਡਾਇਰੈਕਟਰ ਬੈਠਾ ਹੋਇਆ ਇੱਦਾਂ ਕਰਕੇ ਰਿਕੋਰਡਿੰਗ ਬੂਥ ਜਾ ਅਤੇ ਰਿਕੋਰਡ ਕਰਦੇ, ਨਾ ਕਿਸੇ ਨੇ ਕੋਈ ਐਡਵਾਈਸ ਦੇਣਾ ਕਿਉਂਕਿ ਮੈਂ ਵੀ ਨਵਾਂ ਸੀਗਾ ਨਾ, ਅਤੇ ਗਾਣਾ ਰਿਕੋਰਡ ਕਰਤਾ ਅਤੇ ਉਹ ਵੋਕਲ ਕਿੱਥੇ ਜਾ ਰਹੀ ਆ, ਬੀਟ ਕਿੱਥੇ ਵੱਜ ਰਹੀ ਹੈ ਨਾ, ਮੈਂ ਸੁਣਿਆ ਮੇਰਾ ਦਿਲ ਜਿਹਾ ਟੁੱਟ ਗਿਆ। ਮੈਂ ਕਿਹਾ ਯਾਰ ਵੀ ਨਹੀਂ ਹੈ ਨਾ, ਸ਼ਾਇਦ ਮੇਰੇ ਵੱਸ ਦੀ ਗੱਲ ਨਹੀਂ ਹੈਗੀ। ਬਟ ਫਿਰ ਜਦੋਂ ਮੈਂ ਇੱਕ ਨਵੇਂ ਕਿਸੇ ਪ੍ਰੋਡਿਊਸਰ ਨਾਲ ਮਿਲਿਆ ਹੈ ਨਾ, ਜਿਹਨਾਂ ਮੇਰੇ ਇੰਨੇ ਗਾਣੇ ਆਏ ਆ ਕਾਫੀ, ਅਤੇ ਫਿਰ ਥੋੜ੍ਹਾ ਜਿਹਾ ਮਿਲ ਕੇ ਲੱਗਾ, ਗਾਣੇ ਗੁਣੇ ਇਕੱਠਿਆਂ ਕੀਤੇ, ਆਪਾਂ ਕੰਮ ਕੀਤਾ, ਅਤੇ ਫਿਰ ਮੈਨੂੰ ਲੱਗਾ ਹਾਂ ਕਿ ਇਹ ਖਿੱਤਾ ਤੇਰਾ ਹੀ ਆ। ਸੋ ਹੌਲੀ ਹੌਲੀ ਕੌਨਫੀਡੈਂਸ ਬਿਲਡ ਹੁੰਦਾ ਹੁੰਦਾ ਜੀ। ਤੇ ਕਿਹੜਾ ਗਾਣਾ ਸੀਗਾ ਜਿਹਦੇ ਹਿੱਟ ਹੋਣ ਤੋਂ ਬਾਅਦ ਤੁਸੀਂ ਇੰਨੇ ਖੁਸ਼ ਤੇ ਤੁਹਾਡੇ ਫਰੈਂਡਸ ਇੰਨੇ ਐਕਸਾਈਟਿਡ ਸੀ ਕਿ ਐਨ ਤੁਸੀਂ ਫੁੱਲ ਔਨ ਸੈਲੀਬ੍ਰੇਟ ਕੀਤਾ ਉਸ ਨੂੰ, ਫੁੱਲ ਔਨ ਜਸ਼ਨ ਜਿਹੜਾ ਤੁਸੀਂ ਮਨਾਇਆ ਐਂਡ ਰੌਲੇ ਪਾ ਪਾ ਕੇ? ਹਾਲੇ ਤੱਕ ਕੋਈ ਇਹੋ ਜਿਹਾ ਕੁਛ ਬਾਹਲਾ ਵੱਡਾ ਨਹੀਂ ਕੋਈ ਸੈਲੀਬ੍ਰੇਟ ਕੀਤਾ ਕਦੇ ਵੀ ਆਪਣੇ ਕੰਮ ਨੂੰ। ਮੈਨੂੰ ਇਹੀ ਹੁੰਦੀ ਹੈ ਕਿ ਹੋਰ ਵਧੀਆ ਕਰੀਏ, ਹੋਰ ਵਧੀਆ ਕਰੀਏ, ਹਜੇ ਨਹੀਂ ਯਾਰ, ਹਜੇ ਗੱਲ ਬਣੀ ਨਹੀਂ, ਹਾਲੇ ਹੋਰ ਵਧੀਆ ਕਰੀਏ। ਕਿਉਂਕਿ ਆਲਰੇਡੀ ਜੇ ਆਪਾਂ ਦੇਖੀਏ ਇੰਨੇ ਇੰਨੇ ਵੱਡੇ ਬਿਲੀਅਨਸ ਗਾਣੇ ਜਾ ਰਹੇ ਆ ਅੱਜ ਦੇ ਟਾਈਮ 'ਚ, ਹੈ ਨਾ, ਬਿਲੀਅਨ ਸਟ੍ਰੀਮ ਜਾ ਰਹੀਆਂ। ਸੋ ਉਹ ਚੀਜ਼ ਨੂੰ ਦੇਖਦਾ ਮੈਂ ਕਿ ਜੇ ਉਹ ਬਿਲੀਅਨਸ ਲਾ ਸਕਦੇ ਅਸੀਂ ਕਿਉਂ ਲਾ ਸਕਦੇ। ਸੋ ਉਹ ਚੀਜ਼ ਨੂੰ ਟਾਰਗੇਟ ਰੱਖ ਕੇ ਛੋਟੀ ਮੋਟੀ ਸਕਸੈਸ ਆਪਾਂ ਜ਼ਰੂਰ ਇੰਜੋਏ ਕਰੀਦੀ ਆ। ਉਹਨਾਂ ਵਿੱਚੋਂ ਇੱਕ ਅਬਵ ਆਲ ਦੀ ਸਕਸੈਸ ਸੀਗੀ ਪੂਰੀ ਐਲਬਮ ਦੀ, ਜਿਹੜੀ ਮੈਂ ਉਹਨੂੰ ਥੋੜ੍ਹੀ ਜਿਹੀ ਇੰਜੋਏ ਕੀਤੀ, ਹੈ ਨਾ, ਇੱਕ ਦੋ ਪਾਰਟੀਸ ਕੀਤੀਆਂ ਮੈਂ ਛੋਟੀਆਂ ਮੋਟੀਆਂ, ਅਤੇ ਉਹ ਥੋੜ੍ਹੀ ਜਿਹੀ ਮੈਂ ਇੰਜੋਏ ਕੀਤੀ ਸੀ। ਬਾਕੀ ਮੈਂ ਸੈਲੀਬ੍ਰੇਟ ਘੱਟ ਕਰਦਾ ਉਹਨਾਂ ਸਕਸੈਸ ਨੂੰ, ਮੈਂ ਬਸ ਇਹ ਹੈ ਕਿ ਹੋਰ ਵਧੀਆ ਕਰੀਏ। ਮੈਂ ਉੱਦਾਂ ਮੂਵਮੈਂਟਸ ਜ਼ਿਆਦਾ ਸੈਲੀਬ੍ਰੇਟ ਕਰਦਾ ਵਾਂ ਜਿਵੇਂ ਕੁਛ ਚਾਰ ਮਿੱਤਰ ਇਕੱਠੇ ਹੋ ਗਏ, ਜਾਂ ਉੱਦਾਂ ਨੋਰਮਲ ਜਿਹੀ ਮੂਵਮੈਂਟ ਵੱਧ ਇੰਜੋਏ ਕਰੀਦੀ ਆ। ਮੈਨੂੰ ਇਹ ਕਿ ਸਕਸੈਸ ਆਪਾਂ ਉਦੋਂ ਕਰਾਂਗੇ ਸੈਲੀਬ੍ਰੇਟ ਜਦੋਂ ਕਾਫੀ ਜ਼ਿਆਦਾ ਵੱਡੀ ਆ ਗਈ, ਹਾਲੇ ਭੁੱਖ ਮਿਟੀ ਨਹੀਂ ਹੈ, ਜਿਹੜੀ ਗੱਲ ਆ ਮੇਨ ਗੱਲ ਆ। ਓਕੇ, ਸੋ ਮੈਨੂੰ ਲੱਗਦਾ ਕਲਾਕਾਰ ਦੀ ਭੁੱਖ ਵੈਸੇ ਮਿਟਦੀ ਵੀ ਨਹੀਂ ਹੈ। ਨਹੀਂ ਮਿਟਦੀ ਜੀ, ਪਰ ਚਲੋ ਅੱਛੀ ਗੱਲ ਹੈ, ਤੁਹਾਡੀ ਸੋਚ ਬਹੁਤ ਸੋਹਣੀ ਹੈ ਤੁਹਾਡੇ ਕੰਮ ਨੂੰ ਲੈ ਕੇ। ਜੈਸੇ ਕਿੰਨੇ ਕੁ ਜਜ਼ਬਾਤੀ ਹੋ, ਕਿਹਨਾਂ ਗੱਲਾਂ ਨੂੰ ਲੈ ਕੇ ਹਮੇਸ਼ਾ ਤੁਸੀਂ ਓਵਰ ਇਮੋਸ਼ਨਲ ਫੀਲ ਕਰਦੇ ਹੋ, ਔਰ ਕੀ ਤੁਹਾਨੂੰ ਲੱਗਦਾ ਕਿ ਤੁਹਾਡਾ ਓਵਰ ਇਮੋਸ਼ਨਲ ਹੋਣਾ ਤੁਹਾਨੂੰ ਨੁਕਸਾਨ ਵੀ ਦਿੰਦਾ ਹੈ? ਇਮੋਸ਼ਨਲ ਤਾਂ ਜੀ ਮੈਨੂੰ ਟਰੱਸਟ ਬਹੁਤ ਛੇਤੀ ਹੋ ਜਾਂਦਾ, ਲਾਈਕ ਕੋਈ ਬੰਦਾ ਮੇਰੇ ਨਾਲ ਚਾਰ ਪਿਆਰ ਵਾਲਾ ਅੱਖਰ ਕਰ ਲੂਗਾ ਸ਼ੇਅਰ, ਕੋਈ ਗੱਲ ਦੱਸ ਦੂਗਾ ਮੈਨੂੰ, ਮੈਂ ਮੰਨ ਜਾਂਦਾ ਵਾਂ। ਫਿਰ ਫੱਟ ਵੀ ਖਾਦੇ? ਬਿਲਕੁਲ ਖਾਦੇ ਆ ਜੀ, ਵਾਧੂ ਹੀ ਖਾਦੇ ਆ, ਕੋਈ ਚੱਕਰ ਨਹੀਂ ਐਡਾ, ਹੈ ਨਾ, ਅਤੇ ਇਹ ਚੱਲਦਾ ਰਹਿੰਦਾ, ਟਰੱਸਟ ਬਹੁਤ ਛੇਤੀ ਕਰ ਲੈਂਦਾ ਮੈਂ। ਅਤੇ ਹਾਂ, ਹੁਣ ਥੋੜ੍ਹੇ ਸਿਆਣੇ ਹੋ ਗਏ ਪਹਿਲਾਂ ਨਾਲੋਂ, ਹੁਣ ਥੋੜ੍ਹਾ ਘੱਟ ਕਰੀਦਾ, ਬਟ ਪਹਿਲਿਆਂ ਦਿਨਾਂ ਵਿੱਚ ਮਿਊਜ਼ਿਕ ਇੰਡਸਟਰੀ ਦੀ ਮਿਊਜ਼ਿਕ ਲਾਈਨ ਦੇ ਵਿੱਚ ਸਟਾਰਟਅਪ ਦੇ ਵਿੱਚ ਕਾਫੀ ਇੱਦਾਂ ਲੋਕ ਵੀ ਮਿਲੇ ਸਾਨੂੰ ਵੀ ਠੀਕ ਆ, ਹਾਂ ਇੱਦਾਂ ਕਰਦਾਂਗੇ, ਇਹ ਕਰਦਾਂਗੇ, ਬਟ ਬਾਅਦ 'ਚ ਨਿਕਲਦਾ ਕੁਛ ਨਹੀਂ ਹੁੰਦਾ, ਹੈ ਨਾ। ਇਮੋਸ਼ਨਲ ਹੈਗੇ, ਜਜ਼ਬਾਤੀ ਵੀ ਹੈਗੇ ਆ। ਇੱਕ ਲਿਰਿਸਿਸਟ ਲਈ ਜਜ਼ਬਾਤੀ ਹੋਣਾ ਬਹੁਤ ਜ਼ਰੂਰੀ ਆ, ਜਜ਼ਬਾਤ ਹੀ ਲਿਖੇ ਜਾਂਦੇ ਨੇ। ਅਤੇ ਝੂਠੀਆਂ ਗੱਲਾਂ ਤਾਂ ਚਲੋ ਲਿਖਣੀਆਂ ਈਜ਼ੀ ਨੇ, ਜਜ਼ਬਾਤ ਲਿਖਣੇ ਥੋੜ੍ਹੇ ਜਿਹੇ ਹੁੰਦੇ ਆ ਕਿ ਹਾਂ ਜਜ਼ਬਾਤ ਲਿਖਣੇ, ਇੱਕ ਸੱਚਾਈ ਹੁੰਦੀ ਆ, ਹੈ ਨਾ। ਹਾਂਜੀ, ਓਕੇ, ਅਤੇ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਹਮੇਸ਼ਾ ਨੈਗੇਟਿਵ ਤੋਂ ਪੋਜ਼ਿਟਿਵ ਹੋਣ ਦੇ ਵਿੱਚ ਹੈਲਪ ਕਰਦੀ ਹੈ? ਕਿਉਂਕਿ ਅਸੀਂ ਸਾਰੇ ਮਤਲਬ ਸਾਡੇ ਆਲੇ ਦੁਆਲੇ ਨੈਗੇਟਿਵਿਟੀ ਹੈ ਹੀ ਬਹੁਤ ਹੈ, ਸਭ ਤੋਂ ਵੱਧ ਤਾਂ ਸਾਡੇ ਚਾਹੁਣ ਵਾਲੇ ਜਿਹੜੇ ਅੱਛੇ ਅੱਛੇ ਕਮੈਂਟਸ ਕਰਨ ਦੇ ਨਾਲ ਨਾਲ ਕੁਛ ਹੋਰ ਹੁੰਦੇ, ਉਹ ਹੋਰ ਚੰਗੇ ਕਮੈਂਟਸ ਕਰਦੇ ਆ। ਕਮੈਂਟਸ ਤਾਂ ਵੇਖੋ ਜੀ ਆਪਾਂ ਫੇਕ ਵੀ ਪਵਾ ਸਕਦੇ ਹਾਂ, ਬਟ ਮੈਨੂੰ ਜਿਹੜੀ ਪੋਜ਼ਿਟਿਵ ਕਰਦੇ ਚੀਜ਼, ਮੈਂ ਲਾਸਟ ਇੰਟਰਵਿਊ 'ਚ ਵੀ ਸੇਮ ਚੀਜ਼ ਕਹਿ ਕੇ ਆਇਆ ਵਾਂ, ਅਤੇ ਹੈ ਵੀ ਗੱਲ ਸੱਚੀ ਆ। ਉਹ ਗੱਲ ਇਹ ਆ ਕਿ ਮੈਂ ਜਦੋਂ ਆਪਣਾ ਪਿੱਛੇ ਦੇਖਦਾ ਵਾਂ ਮੁੜ ਕੇ ਕਿ ਹਾਂ ਕਿ ਕਿੱਥੋਂ ਸ਼ੁਰੂ ਕੀਤਾ ਸੀ ਮੈਂ, ਕਿਵੇਂ ਆਇਆ ਸੀ ਮੈਂ, ਕਿਵੇਂ ਕੈਨੇਡਾ ਗਿਆ ਸੀ, ਕਿਵੇਂ ਪੈਸੇ ਫੜ ਫੜਾ ਕੇ ਗਏ ਸੀਗੇ, ਸਭ ਕੁਝ ਦੇਖਦਾ, ਜਾਂ ਕਿਵੇਂ ਸਟਾਰਟਅਪ ਕੀਤਾ ਸੀਗਾ, ਜਾਂ ਕਿਹੜੇ ਕਿਹੜੇ ਜੋਬਾਂ ਕੀਤੀਆਂ ਸੀ, ਕਿੰਨੀਆਂ ਹਾਰਡ ਹੁੰਦੀਆਂ ਸੀ, ਉਹ ਚੀਜ਼ ਨੂੰ ਦੇਖ ਕੇ ਮੈਂ ਯਾਦ ਕਰਕੇ ਉਹਨੂੰ ਫਿਰ ਆਪਣੀ ਸਟਰੈਂਥ ਬਣਾਉਂਦਾ ਕਿ ਹਾਂ ਜੇ ਮੈਂ ਉੱਥੋਂ ਆਹ ਚੀਜ਼ ਕਰਕੇ ਮੈਂ ਇੱਥੋਂ ਤੱਕ ਪਹੁੰਚ ਗਿਆ ਵਾਂ, ਅਤੇ ਅੱਗੇ ਤਾਂ ਮੇਰੇ ਕੋਲ ਹੁਣ ਸਭ ਕੁਛ ਆ, ਸਭ ਕੁਛ ਮੇਰੇ 'ਤੇ ਡਿਪੈਂਡ ਆ, ਸਭ ਕੁਛ ਮੇਰੇ ਹੱਥ ਵੱਸ ਆ, ਸੋ ਮੈਂ ਕਰ ਸਕਦਾ ਵਾਂ। ਸੋ ਉਹ ਚੀਜ਼ ਨੂੰ ਦੇਖ ਕੇ, ਪਿੱਛੇ ਦੇਖ ਕੇ ਮੈਂ ਪੋਜ਼ਿਟਿਵ ਹੁੰਦਾ ਹਮੇਸ਼ਾ। ਅਤੇ ਅਸੀਂ ਜੇ ਥੋੜ੍ਹਾ ਜਿਹਾ ਪਿੱਛੇ ਜਾਈਏ, ਲਿਖਣ ਦਾ ਸ਼ੌਂਕ 9ਵੀਂ ਕਲਾਸ 'ਚ ਆਇਆ ਸੀਗਾ, ਅਤੇ ਇਹਨਾਂ ਨੇ ਆਪਣੇ ਫਰੈਂਡ ਲਈ ਗਾਣਾ ਲਿਖਿਆ ਜੋ ਇਹਨਾਂ ਤੋਂ ਇੱਕ ਸਟੈਂਡਰਡ ਅੱਗੇ ਸੀਗਾ। ਹਾਂਜੀ ਹਾਂਜੀ, ਯਾਰੀਆਂ 'ਤੇ ਨਾ, ਯਾਰੀਆਂ 'ਤੇ। ਅਤੇ ਯਾਰੀ ਕੀ ਹੈ ਜੱਸੇ ਤੁਹਾਡੇ ਲਈ ਅੱਜ ਦੀ ਡੇਟ 'ਚ, ਵਾਟ ਇਜ਼ ਫਰੈਂਡਸ਼ਿਪ ਫੋਰ ਯੂ? ਯਾਰੀ ਅੱਜ ਕੱਲ੍ਹ ਜੀ ਜੇ ਅੱਜ ਦੇ ਟਾਈਮ 'ਚ ਵੇਖੀਏ, ਹੈ ਨਾ, ਅਤੇ ਉਹ ਯਾਰੀ ਨਹੀਂ ਹੈਗੀ ਜਿਹੜੀ ਆਪਾਂ ਪਹਿਲਾਂ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਦੇਖਦੇ ਹੁੰਦੇ ਸੀ ਕਿ ਜੋ ਗੱਲ ਨੂੰ ਉਹ ਕਹਿਤੀ ਉਹ ਪਗਾਣੀ ਆ। ਅੱਜ ਕੱਲ੍ਹ ਦੀ ਯਾਰੀ ਬਸ ਇੰਨੀ ਕੁ ਰਹਿ ਗਈ ਜੀ, ਹੈ ਨਾ, ਤੁਸੀਂ ਕਿਸੇ ਨਾਲ ਰਿਸ਼ਤਾ ਤੋੜਨਾ ਅਤੇ ਅਨਫੋਲੋ ਕਰ ਦਿਓ ਅਗਲੇ ਬੰਦੇ ਨੂੰ ਸੋਸ਼ਲ ਮੀਡੀਆ ਤੋਂ, ਜੇ ਜੋੜਨਾ
ਤੇ ਫੋਲੋ ਕਰ ਦਿਓ। ਇੰਨਾ ਕੁ ਰਿਸ਼ਤਾ ਰਹਿ ਗਿਆ। ਹਾਂ ਬਟ ਜਿੰਨੇ ਕੁ ਮੈਂ ਆਪਣੇ ਯਾਰ ਕਮਾਏ ਆ, ਜਿੰਨੇ ਕੁ ਮੈਨੂੰ ਯਾਰ ਮਿਲੇ ਆ, ਜਾਂ ਜਿੰਨੇ ਬੰਦਿਆਂ ਦੇ ਮੈਂ ਕਲੋਜ਼ ਹਾਂ, ਉਹਨਾਂ ਨਾਲ ਮੇਰੀ ਕਾਫੀ ਵਧੀਆ ਆ। ਕਿਉਂਕਿ ਜੇ ਬੰਦਾ ਖੁਦ ਚੰਗਾ ਆ, ਹੈ ਨਾ, ਅਤੇ ਮੈਂ ਆਪਣੀ ਵਡਿਆਈ ਨਹੀਂ ਕਰਦਾ, ਬਟ ਉੱਦਾਂ ਕਹਿੰਦਾ ਪਿਆ, ਜੇ ਬੰਦਾ ਖੁਦ ਚੰਗਾ ਤਾਂ ਤੁਹਾਨੂੰ ਅੱਗੇ ਚੰਗਾ ਬੰਦਾ ਮਿਲੂਗਾ, ਟੱਕਰੇਗਾ। ਹੈ ਨਾ, ਜੇ ਤੁਸੀਂ ਖੁਦ ਹੀ ਕੁਛ ਆਪਣੇ ਅੰਦਰ ਈਰਖਾ ਰੱਖਦੇ ਹੋ, ਅੰਦਰ ਮੈਲ ਰੱਖਦੇ ਹੋ, ਕੰਪੀਟੀਸ਼ਨ ਰੱਖਦੇ ਹੋ, ਹੈ ਨਾ, ਯਾਰਾਂ ਵਿੱਚ ਕੰਪੀਟੀਸ਼ਨ ਰੱਖਦੇ ਹੋ, ਫਿਰ ਤੁਹਾਨੂੰ ਕਦੇ ਵੀ ਕੋਈ ਚੰਗਾ ਬੰਦਾ ਨਹੀਂ ਮਿਲੂਗਾ ਅੱਗੇ। ਜੀ, ਸੋ ਇਹ ਇਹਨਾਂ ਦੇ ਜਿਹੜੇ ਗਾਣੇ ਆ, ਜਿੱਦਾਂ ਇਹਨਾਂ ਨੇ ਪਹਿਲੇ ਵੀ ਦੱਸਿਆ ਵੀ ਇਹਨਾਂ ਦੇ ਡਾਇਰੈਕਟਰ ਕਰਦੇ ਨੇ ਡਿਸਾਈਡ ਕੀ ਕਰਨਾ, ਪਰ ਇੱਕ ਚੀਜ਼ ਇਹੋ ਜਿਹੀ ਆ ਜੋ ਜੱਸਾ ਖੁਦ ਆਪਣੇ ਕੰਟਰੋਲ 'ਚ ਰੱਖਦੇ ਨੇ, ਔਰ ਇਹਨਾਂ ਨੂੰ ਲੱਗਦਾ ਕਿ ਇਹ ਉਸ ਚੀਜ਼ ਦੇ ਵਿੱਚ ਆਪ ਕੰਫਰਟੇਬਲ ਨੇ, ਯੋਰ ਡਰੈਸਿੰਗ ਸੈਂਸ, ਯੋਰ ਕੋਸਟਿਊਮਸ। ਹਾਂਜੀ ਹਾਂਜੀ ਬਿਲਕੁਲ। ਕਿਉਂ, ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਮੈਂ ਖੁਦ ਡਿਸਾਈਡ ਕਰਨਾ? ਇਹ ਤਾਂ ਸਾਡਾ ਉਹ ਹੈ ਨਾ ਰਿਸਰਚ, ਪਰ ਤੁਸੀਂ ਇਹ ਦੱਸੋ ਕਦੋਂ ਤੋਂ ਇਹ ਕੌਨਫੀਡੈਂਸ ਬਿਲਟ ਅਪ ਹੋਇਆ ਕਿ ਕੱਪੜੇ ਵੀ ਮੈਂ ਆਪਦੇ ਆਪ ਹੀ ਪਾਉਣੇ ਆ? ਐਂਡ ਕੰਪਲੀਮੈਂਟ ਹੈ ਕਿ ਤੁਸੀਂ ਵਾਕਈ ਬਹੁਤ ਅੱਛੀ ਡਰੈਸਿੰਗ ਸੈਂਸ ਰੱਖਦੇ ਹੋ। ਥੈਂਕ ਯੂ ਸੋ ਮਚ। ਕੰਫੀਡੈਂਸ ਨਾ ਸ਼ੁਰੂ ਤੋਂ ਹੀ ਮੈਨੂੰ ਸ਼ੌਂਕ ਹੁੰਦਾ ਸੀਗਾ ਕਿ ਹਾਂ ਕਿ ਬਣ ਠਣ ਕੇ ਰਹਿਣਾ ਜਾਂ ਕਿਵੇਂ ਵੀ। ਚਲੋ ਪਹਿਲਾਂ ਟਾਈਮ ਹੋਲ ਸੀਗਾ, ਮਾਹੌਲ ਸੀਗਾ, ਚੀਜ਼ਾਂ ਅਫੋਰਡੇਬਲ ਨਹੀਂ ਸੀ ਹੁੰਦੀਆਂ, ਹੈ ਨਾ। ਹੁਣ ਜਿੰਨਾ ਕੁ ਮੈਨੂੰ ਸੱਚ ਕੋਈ ਬ੍ਰਾਂਡ ਪਾਉਣ ਦਾ ਕੋਈ ਸ਼ੌਂਕ ਨਹੀਂ ਹੈਗਾ, ਅਜੇ ਵੀ ਨਹੀਂ ਹੋ ਬ੍ਰਾਂਡ ਕੌਨਸ਼ੀਅਸ, ਮੈਨੂੰ ਬ੍ਰਾਂਡ ਦਾ ਕੋਈ ਸ਼ੌਂਕ ਨਹੀਂ ਹੈਗਾ ਜੀ। ਕਿ ਮੈਨੂੰ ਇੱਕ ਸਟਾਈਲ ਦਾ ਸ਼ੌਂਕ ਹੁੰਦਾ ਕਿ ਹਾਂ ਕਿ ਇੱਕ ਬੰਦਾ ਗੁੱਡ ਲੁਕਿੰਗ ਲੈਣਾ ਚਾਹੀਦਾ, ਕਿ ਫੱਬਣੀ ਚਾਹੀਦੀ ਚੀਜ਼। ਇਹ ਤਾਂ ਹੈ ਨਹੀਂ ਕਿ ਤੁਸੀਂ ਕੁਛ ਵੀ ਪਾ ਲਓ, ਬ੍ਰਾਂਡ ਕੁਛ ਵੀ ਪਾ ਲਓ, ਹੈ ਨਾ, ਬਟ ਉਹਨਾਂ ਜ਼ਿਕਰ ਤੁਹਾਨੂੰ ਨਹੀਂ ਫੱਬੂਗੀ ਜਿੰਨਾ ਜ਼ਿਕਰ ਤੁਸੀਂ ਇਹਨੂੰ ਕੈਰੀ ਨਹੀਂ ਕਰਦੇ ਸਹੀ। ਹਾਂ, ਚਾਰ ਪੈਸੇ ਲਾ ਕੇ ਤਾਂ ਲੋਕ ਵੇਖਣਗੇ ਤੁਹਾਨੂੰ, ਹਾਂ ਕਿ ਇਹਨੇ ਗੁੱਚੀ ਪਾਈ, ਇਹਨੇ ਐਲਵੀ ਪਾਈ, ਸੋਰੀ ਤੁਸੀਂ ਐਲਵੀ ਦਾ ਉਹ ਪਾਇਆ ਨਹੀਂ, ਨਹੀਂ ਕੋਈ ਨਹੀਂ, ਉਹ ਪਾਈ ਹੈ, ਹੈ ਨਾ। ਅਤੇ ਕੈਰੀ ਕਰਨਾ ਖੁਦ ਨੂੰ ਸਭ ਤੋਂ ਜ਼ਰੂਰੀ ਹੁੰਦਾ, ਐਜ਼ ਕੰਪੇਅਰ ਟੂ ਬ੍ਰਾਂਡਡ ਚੀਜ਼ਾਂ ਪਾਉਣੀਆਂ ਜਾਂ। ਹਾਂ, ਬੰਦਾ ਖੁਦ ਬ੍ਰਾਂਡ ਹੋਣਾ ਚਾਹੀਦਾ। ਸਭ ਤੋਂ ਮੇਨ ਗੱਲ ਇਹ ਹੈ ਕਿ ਤੁਹਾਨੂੰ ਖੁਦ ਦਾ ਨਾਮ ਇੰਨਾ ਹੋਣਾ ਚਾਹੀਦਾ ਕਿ ਤੁਸੀਂ ਕੁਛ ਵੀ ਪਾਓ ਅਤੇ ਉਹ ਜੱਚੇ ਤੁਹਾਡੇ 'ਤੇ। ਵਾਹ, ਕਿਆ ਮਤਲਬ ਕਮਾਲ ਕਰਤੀ ਨਾ, ਆਪ ਹੀ ਬ੍ਰਾਂਡ ਬਣ ਗਏ, ਹੁਣ ਤਾਂ ਇਸ ਲਈ ਕਹਿਣਾ ਬਣਦਾ ਵੀ ਨਹੀਂ ਹੈ ਸਾਡਾ ਕੁਛ ਵੀ। ਲੇਕਿਨ ਮਦਰ ਨੂੰ ਕੁਛ ਗਿਫਟ ਕੀਤਾ, ਉਹਨਾਂ ਲਈ ਚਾਹ ਲਾਉਂਦੇ ਹੋ ਤੁਸੀਂ ਆਪਦੇ ਵੀ, ਮੰਮੀ ਆਹ ਪਾਓ ਜਾਂ ਇਸ ਕਲਰ ਦਾ ਪਾਓ ਜਾਂ ਇੱਦਾਂ? ਮੈਂ ਨਾ ਅਸਲ 'ਚ ਨਿੱਕੇ ਹੁੰਦੇ ਤੋਂ ਹੀ ਮੰਮੀ ਨਾਲ ਨਾ ਬਾਜ਼ਾਰ ਜਾਣਾ ਕਰਨਾ, ਅਤੇ ਮੰਮੀ ਨੇ ਹੁਣ ਨਿੱਕੇ ਹੁੰਦੇ, ਹੈ ਨਾ, ਬਾਜ਼ਾਰ ਜਾਣਾ ਕਰਨਾ ਅਤੇ ਸੂਟ ਵਗੈਰਾ ਮੰਮੀ ਨੇ ਦੇਖਣੇ ਕਰਨੇ, ਹੈ ਨਾ। ਮੈਂ ਕਹਿੰਦੀ ਮੰਮੀ, ਹੁਣ ਮੈਨੂੰ ਛੋਟਾ ਹੁੰਦਾ ਸੀ, ਹੈ ਨਾ, ਬਟ ਉਦੋਂ ਹੀ ਮੈਂ ਸਿਲੈਕਟ ਕਰਦਾ ਹੁੰਦਾ ਸੀ, ਮੰਮੀ ਆਹ ਸੂਟ ਵਧੀਆ ਆਹ ਪਾਓ ਤੁਸੀਂ, ਆਹ ਸੂਟ ਵਧੀਆ ਆਹ ਪਾਓ ਤੁਸੀਂ। ਅਤੇ ਮੰਮੀ ਮੈਨੂੰ ਅੱਜ ਵੀ ਯਾਦ ਕਰਾਉਂਦੇ ਹੁੰਦੇ ਆ ਕਿ ਤੂੰ ਸ਼ੁਰੂ ਤੋਂ ਨਿੱਕੇ ਹੁੰਦੇ ਤੋਂ ਹੀ ਮਤਲਬ ਇਹਨਾਂ ਕੰਮਾਂ 'ਚ ਕਾਫੀ ਜ਼ਿਆਦਾ ਉਹ ਸੀਗਾ ਕਿ ਇੰਟਰਸਟ ਰੱਖਦਾ ਸੀਗਾ, ਹੈ ਨਾ। ਜਾਂ ਸੋ ਇੱਕ ਵਾਰੀ ਨਿੱਕੀ ਵਿਆਹ ਜਾਣਾ ਸੀ ਕਿਤੇ ਆਪਾਂ, ਤੇ ਮੈਂ ਗਰਾਰੀ ਫਸਾਈ, ਮੈਂ ਕਿਹਾ ਮੰਮੀ ਮੈਂ ਤਾਂ ਕਾਲੀ ਪੈਂਟ ਲੈਣੀ ਹੈ। ਅੱਛਾ, ਕਾਲੀ ਪੈਂਟ ਹੀ ਲੈਣੀ ਹੈ ਜੇ ਹੋਰ ਪੈਂਟ ਕੋਈ ਲੈਣੀ ਨਹੀਂ। ਅਤੇ ਉਹ ਕਾਲੀ ਪੈਂਟ ਲਈ ਮੈਂ, ਅਤੇ ਫਿਰ ਵਿਆਹ ਗਿਆ ਮੈਂ। ਯਾਦ ਹੈ ਮੈਨੂੰ ਅੱਜ ਤੱਕ, ਮੰਮੀ ਮੈਨੂੰ ਕਾਫੀ ਵਾਰੀ ਯਾਦ ਕਰਾਉਂਦੇ ਹੁੰਦੇ ਨੇ ਕਿ ਤੂੰ ਸ਼ੁਰੂ ਤੋਂ ਹੀ ਮਤਲਬ ਇੱਦਾਂ ਦਾ। ਅੱਛਾ, ਜਦੋਂ ਘਰੇ ਹੁਣ ਤੁਸੀਂ ਆਏ ਹੋ, ਹੈ ਨਾ, ਕਿਹੜੀਆਂ ਚੀਜ਼ਾਂ ਚੇਂਜ ਨਹੀਂ ਹੋਈਆਂ ਸਟਿਲ? ਘਰਦਿਆਂ ਦਾ ਪਿਆਰ, ਇਮੋਸ਼ਨਸ, ਹੈ ਨਾ, ਉਹ ਸੇਮ ਹੀ ਨੇ, ਉਹ ਨਹੀਂ ਚੇਂਜ ਹੋਏ। ਅਤੇ ਜਾਂ ਮੇਰੇ ਘਰ ਦਾ ਸਾਰਾ ਦਾ ਸਟਰਕਚਰ, ਉਹ ਵੀ ਨਹੀਂ ਚੇਂਜ ਕੀਤਾ ਮੈਂ। ਮੈਨੂੰ ਆਪਣੇ ਘਰ ਨਾਲ ਬਹੁਤ ਜ਼ਿਆਦਾ ਪਿਆਰ ਆ, ਪੁਰਾਣੇ ਘਰ ਨਾਲ, ਹੈ ਨਾ, ਮੈਂ ਚੇਂਜ ਨਹੀਂ ਕੀਤਾ, ਉਹ ਸੇਮ ਘਰ 'ਚ ਹੀ ਰਹਿੰਦਾ ਮੈਂ। ਜਿਵੇਂ ਮੈਂ ਛੱਡ ਗਿਆ ਸੀ, ਉਹਨੂੰ ਥੋੜ੍ਹੀ ਬਹੁਤ ਡੇਂਟਿੰਗ ਪੇਂਟਿੰਗ ਕਰਾਈ ਆਪਾਂ, ਅਤੇ ਉਹਦੇ ਵਿੱਚ ਮੈਨੂੰ ਰਹਿਣਾ ਵਧੀਆ ਲੱਗਦਾ, ਕਿਉਂਕਿ ਉਹਨਾਂ ਨੇ ਮੇਰੀ ਯਾਦਾਂ ਜੁੜੀਆਂ ਨਿੱਕੇ ਹੁੰਦੇ ਤੋਂ, ਹੈ ਨਾ, ਸ਼ੁਰੂ ਤੋਂ ਜਿਹੜੇ ਘਰ 'ਚ ਜੰਮੇ ਆ, ਪਲੇ ਆ, ਉੱਥੇ ਬਹਿ ਕੇ ਖਾਧਾ, ਉੱਥੇ ਰੋਏ ਆ, ਹੱਸੇ ਆ, ਹੈ ਨਾ, ਉਹ ਸਭ ਯਾਦ ਆ ਮੈਨੂੰ। ਅਤੇ ਉਹ ਮੈਨੂੰ ਤਾਂ ਕਰਕੇ ਉਹ ਪੁਰਾਣਾ ਘਰ ਮੈਨੂੰ ਬੜਾ ਵਧੀਆ ਲੱਗਦਾ, ਸੋ ਉਹ ਨਹੀਂ ਚੇਂਜ ਕੀਤਾ ਆਪਾਂ ਹਾਲੇ। ਬਾਕੀ ਅੱਗੇ ਕੋਈ ਹੋਰ ਚਾਰ ਪੈਸੇ ਕਮਾ ਲਾਂਗੇ ਤੇ ਉਹ ਨਹੀਂ ਚੇਂਜ ਕਰਨਾ, ਪਰ ਮੈਂ ਉਹ ਨਹੀਂ ਕਰਦਾ, ਉਹਦੇ ਰੱਖਣਾ ਮੈਂ। ਕੀ ਬਾਤ, ਬਾਕੀ ਆਪਾਂ ਅੱਗੇ ਬਾਹਰ ਕੁਝ ਕਰੀਏ ਗੱਲ ਵਕਤੀ ਆ। ਦੋ ਤਰ੍ਹਾਂ ਦੀ ਮਾਰਨਿੰਗ ਕਾਲ ਆਉਂਦੀ ਹੈ, ਜਾਂ ਤੇ ਆਉਂਦੀ ਹੈ ਵੀ ਪੁੱਤ ਉੱਠ ਜਾ, 12 ਵੱਜ ਗਏ ਆ ਤੇ ਬ੍ਰੇਕਫਾਸਟ ਰੈਡੀ ਆ, ਤੇ ਦੂਜੀ ਆਉਂਦੀ ਆ ਵੀ ਐਨ ਚੰਗੀ ਆ, ਪਿਆਰ ਨਾਲ ਗਾਲਾਂ ਪਰੋਸ ਕੇ ਵੀ ਹਾਂ ਉੱਠਦਾ ਨਹੀਂ ਤੂੰ, 4 ਦਿਨਾਂ ਲਈ ਆਇਆ। ਦੋਨਾਂ ਵਿੱਚੋਂ ਕਿਹੜੀ ਜੱਸੇ ਨੂੰ ਪੈਂਦੀ ਹੈ? ਨਿੱਕੇ ਹੁੰਦੇ ਅਸਲ 'ਚ ਮੈਂ ਸ਼ੁਰੂ ਤੋਂ ਹੀ ਉਦਮੀ ਰਿਹਾ ਵਾਂ ਕਿ ਅੱਛਾ ਕਿ ਉੱਠ ਕੇ ਪਹਿਲਾਂ ਘਰ ਦਾ ਮਾੜਾ ਮੋਟਾ ਕੰਮ ਕਰਨਾ, ਫਿਰ ਸਕੂਲ ਜਾਣਾ ਕਰਨਾ। ਅੱਛਾ, ਤੁਸੀਂ ਕਰਦੇ ਹੋ? ਮੁੱਲ ਛੇਤੀ ਪੈਂਦਾ, ਲਿਖ ਲਈ ਦਾ ਗਾਲੀ ਦਾ, ਸੋ ਮੁੱਲ ਚੇਂਜ ਹੋ ਗਿਆ, ਹੈ ਨਾ ਆਪਣਾ। ਹੁਣ ਕਈ ਵਾਰੀ 12-12 ਵਜੇ ਤੱਕ ਸੁੱਤਾ ਰਹਿੰਦਾ ਕਈ ਵਾਰੀ, ਹੈ ਨਾ, ਤੇ
मेरी मम्मी बहुत ठंडे सुभाव ने, बड़े काम नेचर ने, उन्होंने कभी नहीं कहा, उन्होंने पता भी मेरे पुत्र ने इन्ना कुत्ता कर लिया कि वह आराम की नींद सो सकता है, सो मैं तंग नहीं करते हो। जवाक पुत्र खुश रहन खुशी डिमांड नहीं की टाइम नाल घर आ जाया कर, साडे नाल घड़ी बह जाया कर, साडे नाल गल्लां बातां कर लिया कर, उन्हां नूं जिन्ना टाइम देना उन्हां नूं घट लगता। ते बस उन्हां दे आही गल्लां हुंदियां कि पुत्तर टाइम नाल घर आ जाया कर, साडे नाल गल्लां करिया कर, साडे नाल बातां करिया कर, मेरे कोल ब्याह कर, सो दिल दीआं गल्लां दस्सिया कर। ते पिंड दे मुंडे मांडे ते आंदे होणे आ वी फोटो फूटो खिचवाण लई? बिलकुल आउंदे ने जी। ते कदी बहाना मार के क्या वी नहीं, उह घरे नहीं हैगा या हमेशा? मैं कह देना हुंदा कई वारी, क्योंकि फोटो मिन्नत करानी पसंद नहीं है ना, मैं बहुत घट फोटो कराना, कई बार मेरे नाराज भी हो जाए फैंस फोटो फोटो हो जाते हाँ हो जाते कि फोटो नहीं कराता ये वो, कई गाला भी कटते हैं अच्छा तू बन गया है ना फोटो नहीं कराता। मैं कह फोटो करा के तुम की करोगे, भी फोटो प्यार होंगे चलो ठीक है, बट फोटो करवानी मैनू बाली मैं अपने आप हजे तक इन्ना समझदा नहीं खुद को कि मैं कि फोटो करावा या इदा कुछ, मैं अपने आप बड़ा समझदा कि नहीं यार ठीक है जो भी है फोटो शुरू तो पहला भी आर्टिस्ट लाइफ ते आउन तो पहला भी मैं आर्टिस्टां नूं मिलिया दो चार नूं है ना इदां, बट कदी मन च इदां है ही नहीं कि फोटो करवाउणा, मैनूं लगती नहीं कि फोटो करना कुछ होंगे, सिर्फ शो ऑफ है ना, आप किसी विखा देंगे आ देख मैं आर्टिस्ट मिले इदा होदा हो चीजा ने, तो शो ऑफ तो मैं ऑलरेडी बहुत दूर हाँ, शो मैं पसंद नहीं है बिल्कुल जी, सो वह फोटो कराने होंगे ने उन्होंने कराने की लड़ होती है, शो ऑफ की शो ऑफ करना हो जाता है ना, वो साडा है नहीं, वो साडा है नहीं, मेरे इंटरेस्ट है नहीं। हाँ जी हाँ जी बिल्कुल। ओके ईपी तुहाडी हुण दोबारा रेडी है? मैं हूँ पहला एक दो सिंगल करने हैं, गाने तो बहुत ज़्यादा बनाए हुए हैं है ना, खुद ही कंफ्यूज हो जाता कई बार कि करिए कि ना करिए, नवा गाना बना लीजा फिर नवा गाना ज़्यादा वधिया लगता। तो फिलहाल रिसेंटली हूँ मैं वाइबिन रिलीज़ की बहुत सोहना रिस्पोंस आ रहा, उनका बहुत लोग सलाह रहे कि हाँ सोलो एल्बम आ तेरे कल्ले दी आ, बहुत सोहना काम किया। 2022 ਵਿੱਚ ਬਹੁਤ ਕੰਟੈਂਟ ਘੱਟ ਰਿਲੀਜ਼ ਕੀਤਾ ਮੈਂ, ਹਾਂਜੀ ਆਪਣੇ ਫੈਨਸ ਨੂੰ ਦੱਸ ਦੇਣਾ ਚਾਹੁੰਦਾ ਕਿ 2023 ਵਿੱਚ ਕਾਫੀ ਕੁਛ ਆ ਰਿਹਾ, ਬਹੁਤ ਵਧੀਆ ਵਧੀਆ ਆ ਰਿਹਾ, ਕਈ ਚੀਜ਼ਾਂ ਬਣਾਈਆਂ ਹੋਈਆਂ ਨੇ, ਕਈ ਚੀਜ਼ਾਂ ਪਲਾਨ ਨੇ, 2023 ਵਿੱਚ ਤੁਹਾਨੂੰ ਬਹੁਤ ਕੁਛ ਸੁਣਨ ਨੂੰ ਮਿਲੇਗਾ, ਬਹੁਤ ਕੁਛ ਵੇਖਣ ਨੂੰ ਮਿਲੇਗਾ, ਤੇ ਮੇਰੇ ਨਾਲ ਜੁੜੇ ਰਹੋ ਬਸ। ਤੇ ਜਿਹੜੇ ਗਾਣੇ ਤੁਸੀਂ 8ਵੀਂ 9ਵੀਂ 10ਵੀਂ 'ਚ ਸੁਣਾਉਂਦੇ ਹੁੰਦੇ ਸੀ ਠੇਠ ਦੇਸੀ ਪੰਜਾਬੀ, ਹਾਂਜੀ ਹਾਂਜੀ ਉਹਦਾ ਤਾਂ ਕੁਝ ਸੁਣਾਂਗੇ ਅਸੀਂ ਦੁਬਾਰਾ, ਕਿਉਂਕਿ ਘਟ ਗਈਆਂ ਨੇ ਉਹ ਮਿਊਜ਼ਿਕ ਘਟ ਗਿਆ, ਉਹ ਸ਼ਬਦ ਘਟ ਗਏ ਨੇ। ਮੈਂ ਨਾ ਯੂਕੇ ਦੇ ਆਰਟਿਸਟਾਂ ਨੂੰ ਸੁਣਦਾ ਹੁੰਦਾ ਸੀਗਾ ਅੱਛਾ, ਤੇ ਇੱਕ ਗਾਣਾ ਸੁਣਾਉਂਦਾ ਹੁੰਦਾ ਸੀ ਮੈਂ ਸਕੂਲੇ, ਛੱਲੇ ਮੁੰਦੀਆਂ, ਜੇਕੇ ਸੁਣਿਆ ਤੁਸੀਂ ਕਦੇ? ਜੇਕੇ ਜੀ, ਜੇਕੇ ਯੂਕੇ ਦਾ ਆਰਟਿਸਟ ਆ, ਫੋਕ ਸਿੰਗਰ ਆ, ਤੇ ਮੈਂ ਉਹਦੇ ਗਾਣੇ ਕਾਫੀ ਸੁਣਦਾ ਹੁੰਦਾ ਸੀ, ਅੱਜ ਵੀ ਸੁਣੀਦੇ ਆ, ਤੇ ਉਹਨਾਂ ਦਾ ਗਾਣਾ ਹੁੰਦਾ ਸੀ ਕਿ ਛੱਲੇ ਮੁੰਦੀਆਂ, ਤੁਹਾਨੂੰ ਦੋ ਲੈਣਾ ਸੁਣਾ, ਹਾਂਜੀ ਸੁਣਾਣੀਆਂ ਪੈਣਗੀਆਂ। ਹੋਨੀ ਤੂੰ ਦਿਲ ਵਿੱਚ ਰੱਖ ਭਾਵੇਂ ਉੱਤੋਂ ਉੱਤੋਂ ਤੱਕ, ਹੋਨੀ ਤੂੰ ਦਿਲ ਵਿੱਚ ਰੱਖ ਭਾਵੇਂ ਉੱਤੋਂ ਉੱਤੋਂ ਤੱਕ, ਮਿੱਤਰਾਂ ਦੀ ਆ ਗਈ ਹੁਣ ਤੇਰੇ ਉੱਤੇ ਅੱਖ, ਤੇਰੇ ਨਾ ਘਰੇ ਨੇ ਹਾਏ ਓਏ, ਤੇਰੇ ਨਾ ਘਰੇ ਨੇ ਮਾਰ ਮੁਕਾਇਆ, ਜੋ ਹੱਥਾਂ ਵਿੱਚ ਛੱਲੇ ਮੁੰਦੀਆਂ, ਕਿਹੜੇ ਯਾਰ ਦੀ ਨਿਸ਼ਾਨੀਆਂ ਨੂੰ ਪਾਇਆ, ਜੋ ਹੱਥਾਂ ਵਿੱਚ ਛੱਲੇ ਮੁੰਦੀਆਂ, ਸੋਹਣੀਏ ਜੋ ਹੱਥਾਂ ਵਿੱਚ ਛੱਲੇ ਮੁੰਦੀਆਂ, ਹੀਰੀਏ ਨੀ ਹੱਥਾਂ ਵਿੱਚ ਛੱਲੇ ਮੁੰਦੀਆਂ, ਛੱਲੇ ਮੁੰਦੀਆਂ, ਛੱਲੇ ਮੁੰਦੀਆਂ, ਵਾਈਬਿੰਗ ਹੁੰਦੀ ਹੈ, ਤੁਹਾਡਾ ਇੱਕ ਬੋਡੀ ਲੈਂਗੁਏਜ ਹੁੰਦਾ ਹੈ,
ਸੋ ਜਸੇ ਖੁਦ ਬ ਖੁਦ ਨਿਕਲਦਾ ਹੈ ਅੰਦਰੋਂ ਜਾਂ ਤੁਸੀਂ ਉਸ ਟਾਈਮ ਤੇ ਖੁਦ ਨੂੰ ਕਹਿੰਦੇ ਹੋ ਵੀ ਮੈਨੂੰ ਇਨਸਟਰਕਟ ਕਰੋ? ਨਹੀਂ, ਮੈਂ ਇਨਸਟਰਕਸ਼ਨ ਮੈਨੂੰ ਸੁਣਨੀਆਂ ਪਸੰਦ ਹੀ ਨਹੀਂ ਹੈਗੀਆਂ ਜੀ ਬਿਲਕੁਲ ਵੀ, ਜਦੋਂ ਮੈਂ ਔਨ ਕੈਮਰਾ ਹੁੰਦਾ ਵਾਂ, ਜਦੋਂ ਕਿ ਮੈਨੂੰ ਕਹਿੰਦਾ ਕਿ ਇੱਦਾਂ ਕਰ ਇੱਦਾਂ ਕਰ, ਮੈਂ ਕਿਹਾ ਵੀ ਨਹੀਂ ਯਾਰ ਕਿ ਮੈਨੂੰ ਆਉਂਦਾ ਮੈਂ ਕਰ ਲੂੰ ਆਪੇ। ਸੋ ਜਦੋਂ ਕੋਈ ਮੈਨੂੰ ਇੰਸਟਰਕਟ ਕਰਦਾ, ਹਾਂ ਬੇਸ਼ੱਕ ਮੈਂ ਗਲਤ ਕਰਦਾ ਹਾਂ, ਬਟ ਮੈਨੂੰ ਚੰਗਾ ਲੱਗਦਾ ਕਿ ਮੈਂ ਖੁਦ ਕਰਾਂ, ਫ੍ਰੀਲੀ ਫ੍ਰੀਲੀ ਕੁਛ ਕਰਾਂ, ਹਨਾ, ਆਪਣਾ ਜੋ ਮੇਰਾ ਨੇਚਰਲ ਨੈਚੁਰਲ ਜੋ ਮੇਰੀ ਚੀਜ਼ ਉਹ ਅੰਦਰ ਉਹ ਬਾਹਰ ਆਏ, ਨਾ ਕਿ ਮੈਨੂੰ ਦੱਸਿਆ ਜਾਏ ਇੱਦਾਂ ਇੱਦਾਂ ਇੱਦਾਂ, ਹਨਾ। ਸੋ ਫ੍ਰੀਲੀ ਕਰਦਾ ਮੈਂ, ਅਤੇ ਕਦੀ ਨਾ ਕਦੀ ਕੋਈ ਪ੍ਰੈਕਟਿਸ ਕੀਤੀ ਆ ਪਹਿਲਾਂ, ਜਾਂ ਕਦੀ ਕੁਛ ਤਿਆਰ ਕੀਤਾ ਹੋਏ ਵੀ ਪਹਿਲਾਂ ਪ੍ਰਿਪੇਅਰ ਕਰਕੇ, ਹਾਂ ਵੀ ਇੱਦਾਂ ਇੱਦਾਂ ਇੱਦਾਂ, ਨਹੀਂ ਬਸ ਜੋ ਕੈਮਰੇ ਸਾਹਮਣੇ ਕੈਮਰਾ ਔਨ ਹੁੰਦਾ ਅਤੇ ਮੇਰੇ ਅੰਦਰ ਵਾਲਾ ਜਿਹੜਾ ਉਹ ਜਿਹੜਾ ਲੁਕਿਆ ਹੁੰਦਾ ਜੱਸਾ, ਹਨਾ, ਉਹ ਆਪਣੇ ਆਪ ਬਾਹਰ ਆ ਜਾਂਦਾ। ਸੋ ਦੈਟਸ ਰੀਲੀ ਗੁੱਡ। ਤੇ ਰੌਲਾ ਜਿਹੜਾ ਹੈਗਾ ਤੁਹਾਡਾ, ਹੈ ਨਾ, ਗਾਣੇ ਵਾਲਾ ਰੌਲੇ, ਮੈਂ ਕਹਿਣ ਲੱਗੀ ਸੀ ਵੀ ਰੌਲੇ ਗਾਣਾ ਤੇ ਕੱਢ ਲਿਆ, ਰੌਲਾ ਜ਼ਿੰਦਗੀ ਦਾ ਕੀ ਸਮਝਦੇ ਹੋ ਹੁਣ ਤੁਸੀਂ? ਕੀ ਰੌਲਾ ਰਹਿ ਗਿਆ ਤੇ ਕੀ ਰੌਲਾ ਹੈਗਾ ਤੇ ਕੀ ਚੱਲ ਰਿਹਾ? ਰੌਲਾ ਮੈਂ ਜ਼ਿੰਦਗੀ ਦਾ ਇਹ ਸਮਝਦਾ ਕਿ ਬਸ ਮਿਊਜ਼ਿਕ ਆ, ਹਨਾ, ਮੇਰੇ ਜੋ ਆਉਣ ਵਾਲੇ 8-10 ਸਾਲ ਆ ਮੇਰੇ ਕਰੀਅਰ ਦੇ ਜੋ ਵੀ ਆ, ਹਨਾ, ਮੈਂ ਸਾਰੇ ਮਿਊਜ਼ਿਕ ਨੂੰ ਦੇਣਾ ਆ ਕਿ ਮਿਊਜ਼ਿਕ ਨਹੀਂ ਛੱਡਣਾ ਹੈਗਾ। ਜੇ ਕਿਸੇ ਲੱਗਦਾ ਹੋਏ ਕਿ ਮੈਂ ਡਨ ਹੋ ਗਿਆ ਜਾਂ ਕੁਛ, ਕਿਸੇ ਲੱਗੇ ਕੋਈ ਫੈਨਸ ਨੂੰ ਜਾਂ ਕਿਸੇ ਨੂੰ ਵੀ, ਨਹੀਂ, ਕਿਤੇ ਨਾ ਕਿਤੇ ਕੋਈ ਇਹੋ ਜਿਹੀ ਚੀਜ਼ ਬਣਾਉਂਦਾ ਰਹਾਂਗਾ ਮੈਂ ਜੋ ਤੁਹਾਨੂੰ ਸਭ ਨੂੰ ਪਸੰਦ ਆਊਗੀ। ਅਤੇ ਪੈਸਿਆਂ ਦਾ ਰੌਲਾ ਹੈ ਨਹੀਂ ਮੇਰੀ ਜ਼ਿੰਦਗੀ ਵਿੱਚ, ਕਿਉਂਕਿ ਜੋ ਨਹੀਂ ਸੀ ਸੋਚਿਆ ਉਹ ਵੀ ਦੇਖ ਲਿਆ, ਜੋ ਨਹੀਂ ਸੀ ਕਦੇ ਬਿਲੀਵ ਕੀਤਾ ਕਿ ਹਾਂ ਚੀਜ਼ਾਂ ਆਪਾਂ ਕਰਾਂਗੇ ਉਹ ਵੀ ਦੇਖ ਲਈਆਂ ਨੇ, ਅਤੇ ਅਨਬਿਲੀਵੇਬਲ ਚੀਜ਼ਾਂ ਵੀ ਹੁਣ ਹੱਥ ਵਸ ਨੇ ਆਪਣੇ, ਹੈ ਨਾ। ਸੋ ਪੈਸੇ ਦੀ ਕਮਾਈ ਲੱਗਦਾ ਕਿ ਜ਼ਰੂਰੀ ਹੈ, ਪੈਸਾ ਬਹੁਤ ਜ਼ਿਆਦਾ ਜ਼ਰੂਰੀ ਹੈ ਪੈਸਾ, ਬਟ ਜੇ ਤੁਸੀਂ ਪੀਸ ਚਾਹੁੰਦੇ ਹੋ ਆਪਣੀ ਜ਼ਿੰਦਗੀ ਵਿੱਚ, ਤੁਹਾਨੂੰ ਪੈਸਾ ਨਹੀਂ, ਤੁਹਾਨੂੰ ਇੱਕ ਸੈਟਿਸਫੈਕਸ਼ਨ ਚਾਹੀਦੀ ਹੈ ਕਿ ਹਾਂ ਕਿ ਮੈਨੂੰ ਜੋ ਪਸੰਦ ਦਾ ਕੰਮ ਹੈ ਉਹ ਕਰ ਰਿਹਾ ਵਾਂ, ਨਾ ਕਿ ਪੈਸੇ ਪਿੱਛੇ। ਪੈਸੇ ਪਿੱਛੇ ਭੱਜਣਾ ਨਹੀਂ ਚਾਹੀਦਾ, ਪੈਸੇ ਲਈ ਮਿਹਨਤ ਕਰਨੀ ਚਾਹੀਦੀ ਹੈ। ਪੈਸਾ ਕਮਾਓ, ਪੈਸੇ ਨੂੰ ਲਾਓ, ਪੈਸੇ ਨੂੰ ਵਰਤੋ, ਬਟ ਪੈਸੇ ਨੂੰ ਇਹ ਨਾ ਸੋਚੋ ਕਿ ਪੈਸਾ ਤੁਹਾਡੇ ਦਿਮਾਗ 'ਤੇ ਕਦੀ ਹੈਵੀ ਨਹੀਂ ਹੋਣਾ ਚਾਹੀਦਾ। ਜੋ ਮੈਨੂੰ ਚੰਗਾ ਲੱਗਦਾ ਹੁੰਦਾ ਸੀਗਾ ਮਿਊਜ਼ਿਕ ਬਣਾਉਣਾ ਜਾਂ ਜੋ ਵੀ, ਹੈ ਨਾ, ਉਹ ਮੈਂ ਕਰ ਰਿਹਾ ਸੀਗਾ, ਮੇਰੇ ਲਈ ਉਨੀ ਹੀ ਬੜੀ ਸੈਟਿਸਫੈਕਸ਼ਨ ਸੀ। ਹਾਂ, ਬਟ ਟਾਈਮ ਨਾਲ ਮੈਨੂੰ ਥੋੜ੍ਹਾ ਪਤਾ ਲੱਗਾ ਕਿ ਪੈਸਾ ਵੀ ਜ਼ਰੂਰੀ ਆ, ਤੈਨੂੰ ਦੇਖਣਾ ਪੈਣਾ ਕਿਉਂਕਿ ਤੇਰਾ ਹੁਣ ਇੱਕ ਸਟੇਟਸ ਆ, ਹੈ ਨਾ, ਤੈਨੂੰ ਪੈਸਾ ਵੀ ਦੇਖਣਾ ਪੈਣਾ। ਹਾਂ, ਮੈਂ ਪੈਸਾ ਦੇਖਿਆ, ਮੈਂ ਕਈ ਬੰਦੇ ਪਰਾਂ ਵੀ ਕੀਤੇ ਇਹਨਾਂ ਚੀਜ਼ਾਂ ਕਰਕੇ, ਕਿਉਂਕਿ ਜਦੋਂ ਬੰਦਾ ਮਿਹਨਤ ਕਰਦਾ ਉਹਨੂੰ ਫਲ ਨਾ ਮਿਲੇ ਉਸ ਚੀਜ਼ ਦਾ, ਫਲ ਤਾਂ ਐਂਡ 'ਚ ਪੈਸਾ, ਹੈ ਨਾ, ਅਤੇ ਉਹ ਨਾ ਮਿਲੇ ਫਿਰ ਤਾਂ ਉਹ ਚੁੱਭਦੀ ਹੈ ਬੰਦੇ ਨੂੰ ਚੀਜ਼, ਅਤੇ ਉਸ ਚੀਜ਼ ਕਰਕੇ ਮੈਂ ਕੋਈ ਬੰਦੇ ਮੇਰੀ ਜ਼ਿੰਦਗੀ 'ਚੋਂ ਗਏ ਵੀ ਆ, ਹੈ ਨਾ, ਕੋਈ ਅੱਗੇ ਆਉਣਗੇ ਵੀ, ਬਟ ਇਹ ਆ ਮੋਟਿਵ ਰੱਖਿਆ ਕਿ ਨਾ ਤਾਂ ਪੈਸਾ ਦਿਮਾਗ 'ਤੇ ਆਪਣੇ ਹੈਵੀ ਹੋਣ ਦੇਣਾ, ਨਾ ਕਦੀ ਪਾਵਰਫੁੱਲ ਫੀਲ ਕਰਨਾ ਕਿ ਪੈਸਾ ਮੇਰੇ ਕੋਲ ਇੱਦਾਂ ਕੁਛ, ਇਹ ਆਉਂਦਾ ਜਾਂਦਾ ਰਹਿਣਾ, ਕਮਾਉਣਾ ਵੀ ਆ, ਉਡਾਉਣਾ ਵੀ ਆ, ਅਤੇ ਮੋਸਟ ਇੰਪੋਰਟੈਂਟ, ਜਦੋਂ ਇੱਕ ਆਰਟਿਸਟ ਸਟਾਰ ਬਣਦਾ, ਸੁਪਰ ਸਟਾਰ ਬਣਦਾ, ਅਤੇ ਉਹਨੂੰ ਫੈਨਸ ਦਾ ਪਿਆਰ ਕਿਤੇ ਨਾ ਕਿਤੇ ਉਹਦੀ ਸਪੋਰਟ 'ਚ ਹੁੰਦਾ, ਹੈ ਨਾ, ਕਿ ਹਾਂਜੀ ਉਹਨਾਂ ਨੇ ਪਸੰਦ ਕੀਤਾ। ਇਸ ਫੈਮਿਲੀ ਨੇ ਤਾਂ ਤੁਹਾਡਾ ਬਾਹਾਂ ਖੋਲ੍ਹ ਕੇ ਇੰਤਜ਼ਾਰ ਕੀਤਾ। ਆਪਣੀ ਇੰਡਸਟਰੀ ਦੀ ਗੱਲ ਕਰੀਏ ਤਾਂ ਕਿਹੋ ਜਿਹਾ ਵੈਲਕਮ ਹਮੇਸ਼ਾ ਰਿਹਾ ਅਤੇ ਕਿਹੋ ਜਿਹਾ ਟ੍ਰੀਟਮੈਂਟ ਇੱਕ ਸਟਾਰ ਨੂੰ ਜਾਂ ਇੱਕ ਕਲਾਕਾਰ ਨੂੰ ਮਿਲਦਾ, ਜੱਸੇ ਨੂੰ ਮਿਲਦਾ ਸਾਡੇ ਇੰਡਸਟਰੀ ਦੇ ਪਰਿਵਾਰ ਵੱਲੋਂ? ਮੈਂ ਜੇ ਤੁਹਾਨੂੰ ਦੱਸਾਂ ਤਾਂ ਮੇਰਾ ਵੈਸੇ ਲਿਟਰਲੀ ਲਿੰਕ 'ਚ ਹੈ ਜੀ, ਮੈਂ ਕਿਸੇ ਵੀ ਇੰਡਸਟਰੀ ਦੇ ਲਾਈਕ ਇੰਡਸਟਰੀ ਦੇ ਬੰਦਿਆਂ ਨਾਲ ਲਿੰਕ 'ਚ ਹੈ ਨਹੀਂ। ਮੈਨੂੰ ਲੱਗਦਾ ਕਿ ਮੈਂ ਖੁਦ ਇੰਨੇ ਜੋਗਾ ਹੈਗਾ ਕਿ ਮੈਂ ਖੁਦ ਆਪੇ ਕਰ ਲੂੰਗਾ ਜੋ ਕਰਨਾ, ਹੈ ਨਾ। ਮੈਨੂੰ ਲਿੰਕ 'ਚ ਆਉਣਾ ਬਹੁਤ ਅਜੀਬ ਜਿਹਾ ਲੱਗਦਾ, ਕਿਉਂਕਿ ਇੰਡਸਟਰੀ ਲਾਈਫ ਸਾਰੀ ਫੇਕ ਲਾਈਫ ਹੈ ਜੀ, ਕਿ ਸ਼ੋਅ ਆਫ ਵਗੈਰਾ ਇੱਦਾਂ ਇੱਦਾਂ, ਉਹ ਮੈਨੂੰ ਪਸੰਦ ਨਹੀਂ ਹੈਗਾ, ਅਤੇ ਲਿੰਕ 'ਚ ਨਹੀਂ ਹੈਗਾ। ਮੈਂ ਕੁਛ ਨਹੀਂ ਭੁੱਲ ਗਿਆ, ਇੱਕ ਵਾਰ ਤੂੰ ਦੁਬਾਰਾ ਕਰੋਗੇ ਮੈਨੂੰ? ਹਾਂਜੀ ਵੀ ਇੰਡਸਟਰੀ ਜਿਹੜੀ ਸਾਡੀ ਫੈਮਿਲੀ ਆਪਾਂ ਕਹਿੰਦੇ ਹਾਂ, ਸਤਿਕਾਰ ਮੈਨੂੰ ਸ਼ੁਰੂ ਤੋਂ ਹੀ, ਮੈਂ ਜਦੋਂ ਨਵਾਂ ਨਵਾਂ ਐਂਟਰ ਕੀਤਾ ਇੰਡਸਟਰੀ ਵਿੱਚ, ਪਿਆਰ ਬੋਲਦਾ ਗਾਣਾ ਆਇਆ ਸੀਗਾ, ਅਤੇ ਹਾਂ ਵੈਲਕਮ ਮੇਰਾ ਬਹੁਤ ਵਧੀਆ ਹੋਇਆ। ਮੈਂ ਸਾਰਿਆਂ ਥੈਂਕ ਯੂ ਕਰਨਾ, ਕਈ ਆਰਟਿਸਟ ਸੀਗੇ ਬਹੁਤ ਵੱਡੇ ਵੱਡੇ ਨਾਮ ਸੀਗੇ, ਹੈ ਨਾ, ਕਾਫੀ ਵੱਡੇ ਵੱਡੇ ਨਾਮ, ਉਹਨਾਂ ਗਾਣਾ ਗੱਡੀਆਂ 'ਚ ਵਜਾਇਆ, ਸ਼ੇਅਰ ਕੀਤਾ, ਪਸੰਦ ਆਇਆ, ਹੈ ਨਾ, ਟੀ ਵੀ 'ਤੇ ਲਾ ਕੇ ਸਪੈਸ਼ਲ ਵਰਡਸ ਦਿੱਤੇ ਆਪਣੇ, ਕਾਫੀ ਆਰਟਿਸਟ ਹੁਣ ਇਕੱਲੇ ਇਕੱਲੇ ਨਾਮ ਲੈ ਸਕਦਾ ਮੈਂ, ਅਤੇ ਸਾਰਿਆਂ ਨੇ ਬਹੁਤ ਵਧੀਆ ਵੈਲਕਮ ਕੀਤਾ। ਹਾਂ, ਪਰ ਜਦੋਂ ਕੰਪੀਟੀਸ਼ਨ 'ਚ ਆ ਗਿਆ ਮੈਂ, ਕਿ ਹਾਂ ਹੁਣ ਬੰਦਾ ਇਹ ਨਾਲ ਖੜ ਗਿਆ, ਹੈ ਨਾ, ਕੰਪੀਟੀਸ਼ਨ 'ਚ ਆ ਗਿਆ, ਉਦੋਂ ਫਿਰ ਨਹੀਂ ਕਰਦੇ ਹੁੰਦੇ, ਸਾਰਿਆਂ ਨੇ ਬੈਲਟ ਕੱਸ ਲਈਆਂ, ਫਿਰ ਕੰਪੀਟੀਟਰ ਹੋ ਜਾਂਦਾ, ਹੈ ਨਾ ਬੰਦਾ, ਅਤੇ ਉਹੀ ਗੱਲ ਆ ਕਿ ਹੁਣ ਦੋ ਦੁਕਾਨਾਂ ਸੌਦੇ ਵਾਲੀਆਂ, ਹੈ ਨਾ, ਜੇ ਆਪਸ 'ਚ ਕੰਪੀਟੀਸ਼ਨ ਰੱਖਣਗੇ ਤਾਂ ਹੀ ਕੁਛ ਅੱਗੇ, ਬਿਲਕੁਲ ਬਿਲਕੁਲ, ਜ਼ਰੂਰੀ ਵੀ ਹੈ, ਜ਼ਰੂਰੀ ਵੀ ਆ, ਅਤੇ ਜਦੋਂ ਕੰਪੀਟੀਸ਼ਨ 'ਚ ਆ ਕੇ ਫਿਰ
किसी ने बाला नहीं किया, बट मैं ठीक भी मानता क्योंकि सब का अपना अपना कमाना खाना है ना। सो ओके, सो सोशल मीडिया तो बिना तो अजकल सब कुछ इनकम्प्लीट है। साढ़े फैनस यूजुअली उदे नाल साढ़े नाल कनैक्टेड रहिंदे ने, ते फैनस नाल रिप्लाई रिप्लाई यूजुअली चलता है, जैसे अपने फैनस दे नाल किवें कनैक्टेड रहिंदे हो? मैं फैनस नाल असल च बहुत घट कनैक्टेड रहिंदा वा, मैं लाइव थोड़ा पसंद नहीं करता, मैनू गल्लां नहीं आउंदियां वालियां, हुण तां मैं तुहाडे नाल कंफर्टेबल हो गया गल्लां करी जांदे आपां हैना जी। मैनू लाइव होना पसंद नहीं हैगा, ते रिप्लाई मैं इंस्टाग्राम ते करदा रहिंदा। ਮੈਨੂੰ ਕਿਸੇ ਦਾ ਵੀ ਮੈਸੇਜ ਆਏ ਜੇ ਮੈਂ ਓਪਨ ਕਰ ਲਾਂ ਤਾਂ ਮੈਂ ਰਿਪਲਾਈ ਕਰ ਦਿੰਦਾ ਵਾਂ, ਕਈ ਵਾਰੀ ਸਟੋਰੀ ਸੀਨ ਕਰਕੇ, ਕਈ ਵਾਰੀ ਸਟੋਰੀ ਸੀਨ ਕਰਕੇ ਮੈਂ ਛੱਡ ਦਿੰਦਾ, ਫਿਰ ਨਾਲ ਦਿਨ ਮੈਸੇਜ ਆ ਜਾਂਦਾ ਮੈਨੂੰ ਕਿ ਸਟੋਰੀ ਸੀਨ ਕਰ ਲਈ, ਰਿਪਲਾਈ ਨਹੀਂ ਕੀਤਾ। ਹਾਂਜੀ, ਅਤੇ ਕਾਫੀ ਇਮੋਸ਼ਨਲ ਫੈਨਸ ਵੀ ਹੁੰਦੇ ਆ ਜਿਹੜੇ ਹੈ ਨਾ, ਕਾਫੀ ਜ਼ਿਆਦਾ ਪਿਆਰ ਕਰਦੇ ਆ, ਅਤੇ ਰਿਪਲਾਈ ਵੀ ਕਰੀਦਾ ਕਈ ਵਾਰੀ, ਹੁਣ ਡੀ ਐਮਸ ਕਾਫੀ ਹੁੰਦੇ ਆ ਪਰ ਹਰੇਕ ਦਾ ਰਿਪਲਾਈ ਹੁੰਦਾ ਵੀ ਨਹੀਂ ਹੁੰਦਾ, ਟਰਾਈ ਕਰੀਦਾ ਕਿ ਸਭ ਨੂੰ ਕਰੀਏ, ਅਤੇ ਜਿਨ੍ਹਾਂ ਦਾ ਨਹੀਂ ਹੁੰਦਾ ਉਹਨਾਂ ਤੋਂ ਵੀ ਮਾਫ਼ੀ ਆ। सो बहुत अच्छी गल है, लेकिन मैं लगता है कि कलाकार का कम अपनी कला नाल एंटरटेन करना होंगे, सो तुहाडा भी फर्ज यही है कि तुसी उसनू इज्जत दो, रिस्पैक्ट दो, ते बाकी परसनैलिटी तो सब की अपनी अपनी वक्री होंगी है, सब की अपनी एक परसनैलिटी दे विच इंडिविजुअलिटी होंगी है, सो दिस इज़ रियली कूल। तो हुण लाइव शोज वगैरह नू लैके की प्लानिंग ने, एक्साइटेड हो, की सुपना लैंदे हो, किवें सोचदे हो? लाइव शोज नैक्सट ईयर तो मैं लाइव शोज करने है ना, सारा बैंड तैयार करांगे ਅਤੇ ਲਾਈਵ ਸ਼ੋਅ ਕਰਿਆ ਕਰਾਂਗੇ। ਹਾਲੇ ਮੈਂ ਕੋਈ ਲਾਈਵ ਸ਼ੋਅ ਨਹੀਂ ਕੀਤਾ, ਫਿਲਹਾਲ ਮੈਂ ਸਾਰੇ ਕਲੱਬ ਸ਼ੋਅ ਹੀ ਕੀਤੇ ਜਿੰਨੇ ਕੀਤੇ ਆ, ਕਿਉਂਕਿ ਮੇਰੀ ਵਾਈਫ ਕਲੱਬ ਵਾਲਾ ਜ਼ਿਆਦਾ ਮੈਸ ਕਰਦੀ ਆ ਕਿ ਮੈਂ ਲਾਈਕ ਇੱਦਾਂ ਇੱਦਾਂ ਕਰਕੇ ਇੰਟਰਟੇਨ ਕਰਨਾ ਜ਼ਿਆਦਾ। ਅਤੇ ਲਾਈਵ ਸ਼ੋਅ ਨੈਕਸਟ ਈਅਰ ਤੋਂ ਸ਼ੁਰੂ ਕਰਾਂਗੇ, ਮੇ ਬੀ ਆਹ ਸਾਲ ਹੀ ਸ਼ੁਰੂ ਕਰ ਲਈਏ, ਕੋਈ ਪੱਕਾ ਨਹੀਂ ਹੈਗਾ, ਬਟ ਨੈਕਸਟ ਈਅਰ ਤੋਂ ਲਾਈਵ ਪ੍ਰੀਪੇਅਰ ਕਰਾਂਗੇ ਬਹੁਤ ਵਧੀਆ। ਅੱਛਾ, ਇਹ ਵੋਕੈਬਲਰੀ ਕਿਹਦੀ ਹੈ? ਲੱਲਾ ਪੱਬਾ, ਕਾਲੇ ਮਾਲੇ, ਇਹ ਵੋਕੈਬਲਰੀ ਆਪਣੇ ਪਿੰਡਾਂ ਵਾਲੀ ਹੈ ਜੀ ਸਾਰੀ, ਰਾਈਟ, ਦੇਸੀਆਂ ਸ਼ੁਰੂ ਤੋਂ ਹਨਾ, ਬਾਹਰ ਜਾ ਕੇ ਚਲੋ ਚਾਰ ਅੱਖਰ ਆ ਗਏ। ਮੈਨੂੰ ਤਾਂ ਇੰਨੀ ਸੋਹਣੀ ਲੱਗੀ ਵੀ ਮੇਰੇ ਮਾਈਂਡ 'ਚ ਸਟੱਕ ਹੈ ਇਹ ਵੀ, ਹਾਂ ਇਹ ਵੀ ਸ਼ਬਦ ਅੱਜ ਕੱਲ੍ਹ ਕੋਈ ਹੈਗਾ ਉਹ ਵੀ ਯੰਗਸਟਰ ਜਿਹੜਾ ਵਰਤ ਰਿਹਾ। ਹਾਂਜੀ ਹਾਂਜੀ ਹਾਂਜੀ, ਅਸਲ 'ਚ ਪੁਰਾਣੇ ਬਜ਼ੁਰਗਾਂ ਕੋਲੋਂ ਸੁਣੇ ਆ, ਮੈਨੂੰ ਬਜ਼ੁਰਗਾਂ 'ਚ ਬਹਿਣਾ ਬਹੁਤ ਚੰਗਾ ਲੱਗਦਾ ਅੱਜ ਵੀ ਜੀ, ਅਤੇ ਉਹਨਾਂ ਕੋਲੋਂ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਆਪਾਂ ਨੂੰ, ਉਹਨਾਂ ਕੋਲ ਬੈਠੀ ਦਾ ਅਸੀਂ ਉਹਨਾਂ ਦੀਆਂ ਗੱਲਾਂ ਸੁਣੀ ਜਾਈ ਬੜੇ ਧਿਆਨ ਨਾਲ, ਅਤੇ ਉਹਨਾਂ ਤੋਂ ਆਪਣੇ ਪਿੰਡ ਚੋਂ ਆਪਣੇ ਜੋ ਵੀ ਸੁਣੀਦਾ ਸੀ ਉਹੀ ਲਿਖਦਾ, ਕੁਛ ਬਾਲਾ ਵੋਕੈਬਲਰੀ ਕਦੇ ਯੂਜ਼ ਕੀਤੀ, ਮੈਂ ਕੋਈ ਕਹਿੰਦਾ ਕਿ ਮੈਂ ਕਿਤਾਬਾਂ ਪੜ੍ਹਾਂ ਨਹੀਂ, ਮੈਂ ਕਦੇ ਕੋਈ ਕਿਤਾਬ ਨਹੀਂ ਪੜ੍ਹੀ, ਕੁਛ ਨਹੀਂ, ਬਟ ਟਰਸਟ ਮੀ ਉਹ ਇਸੇ ਲਈ ਸੋਹਣਾ ਲੱਗਦਾ ਕਿਉਂਕਿ ਸਾਡੇ ਬਜ਼ੁਰਗਾਂ ਦਾ ਹੈ ਪਰ ਉਹ ਕਿਤੇ ਨਾ ਕਿਤੇ ਯੂ ਨੋ ਵੈਸਟਰਨਾਈਜ਼ ਹੋਣ ਕਰਕੇ ਗੁਆਚਦਾ ਜਾ ਰਿਹਾ, ਸੋ ਜਦੋਂ ਵੀ ਸੁਣਨ ਨੂੰ ਮਿਲਦਾ ਕੰਨ ਖੜੇ ਹੁੰਦੇ ਨੇ ਉਸ ਟਾਈਮ ਵੀ ਹਾਂ, ਸੋ ਕਿੰਨੇ ਗਾਣਾ ਰੌਲੇ ਸੁਣਾ ਦਿਓ। ਠੀਕ ਹੈ ਜੀ, ਲਰੋੜੇ ਗਾਣਾ ਸੁਣਾਉਂਦਾ ਮੈਂ, ਠੀਕ ਹੈ। ਉਹ ਵੇਲਾ ਸ਼ਾਮ ਦਾ ਤੂੰ ਨਿਖਰੀ ਫਿਰੇ, ਵੇਲਾ ਸ਼ਾਮ ਦਾ ਤੂੰ ਨਿਖਰੀ ਫਿਰੇ, ਨੀ ਮੁੰਡਾ ਟਾਣੀਆਂ 'ਚ ਬਹਿ ਕੇ ਸਿੱਖੇ ਟਾਈਮ ਚੱਕਣਾ, ਹਾਏ ਵੇ ਤੇਰੇ ਕਰਕੇ ਮੈਂ ਨਿਖਰੀ ਫਿਰਾਂ, ਤੇਰੇ ਕਰਕੇ ਮੈਂ ਨਿਖਰੀ ਫਿਰਾਂ, ਮੈਨੂੰ ਚੰਗਾ ਲੱਗੇ ਤੈਨੂੰ ਚੋਰੀ ਚੋਰੀ ਤੱਕਣਾ, ਹੋ ਲੱਗਾ ਪਤਾ ਵੇ ਤੂੰ ਵਹਿਲੀ ਅਖਵਾਉਂਦਾ, ਹੋ ਲੱਗਾ ਪਤਾ ਵੇ ਤੂੰ ਵਹਿਲੀ ਅਖਵਾਉਂਦਾ, ਆਓ ਤੇਰੇ ਅੱਗੇ ਬੋਲਦਾ ਹੀ ਨਹੀਂ, ਬੋਲਦਾ ਹੀ ਨਹੀਂ ਪਿੰਡ ਰੌਲਿਆਂ 'ਚ ਪਹਿਲਾਂ ਨਾਮ ਆਉਂਦਾ, ਉਹ ਤੇਰੇ ਅੱਗੇ ਬੋਲਦਾ ਹੀ ਨਹੀਂ, ਬੋਲਦਾ ਹੀ ਨਹੀਂ ਪਿੰਡ ਰੌਲਿਆਂ 'ਚ ਪਹਿਲਾਂ ਨਾਮ ਆਉਂਦਾ। ਕਿਆ ਬਾਤ ਹੈ, ਇਹ ਮੁੰਡਾ ਵੈਸੇ ਵੀ ਨਹੀਂ ਬੋਲਦਾ ਤੇ ਇਹ ਵੀ ਨਹੀਂ ਬੋਲਦਾ, ਰੌਲੇ ਰੂਲੇ ਮੈਨੂੰ ਲੱਗਦਾ ਨਹੀਂ ਇਹਦੇ ਗਾਣਿਆਂ ਤੋਂ ਇਲਾਵਾ ਕੋਈ ਵਾਧੂ ਹੈਗੇ ਨੇ। ਸੋ ਤੁਸੀਂ ਕਿਹਾ ਸੀ ਵੀ ਗੁਰਲੇਜ਼ ਨਾਲ ਕੰਮ ਹੋ ਗਿਆ ਹੈ ਨਾ, ਸੁਦੇਸ਼ ਕੁਮਾਰੀ ਜੀ ਨੂੰ ਤੁਸੀਂ ਬਹੁਤ ਪਸੰਦ ਕਰਦੇ ਹੋ, ਦੀਪਕ ਢਿੱਲੋਂ ਜੀ ਦਾ ਸੁਭਾਅ ਕਿਵੇਂ ਬਣਿਆ, ਕਿਉਂਕਿ ਤੁਹਾਡੇ ਇਸ ਗੀਤ ਤੋਂ ਬਾਅਦ ਉਹਨਾਂ ਦੀ ਵੀ ਇੱਕ ਵਾਰ ਜਿਹੜੀ ਹਾਈਪ ਕਹਿ ਲਓ ਜਾਂ ਕਹਿ ਲਓ ਵੀ ਰੀਐਂਟਰੀ ਦੁਬਾਰਾ ਹੋਈ ਹੈ? ਕਿਸਮਤ ਕਿਸਮਤ ਦੀ ਗੱਲ ਹੈ ਨਾ ਜੀ, ਬਾਲਾ ਨਹੀਂ, ਮੈਨੂੰ ਉਹਨਾਂ ਦੀ ਵੋਕਲ ਸ਼ੁਰੂ ਤੋਂ ਵਧੀਆ ਲੱਗਦੀ ਆ, ਅਤੇ ਕਾਫੀ ਗਾਣੇ ਸੁਣੇ ਸੀਗੇ ਉਹਨਾਂ ਦੇ, ਅਤੇ ਮੈਂ ਬੈਠਾ ਸੀਗਾ ਬਸ ਹੈ ਨਾ, ਅਤੇ ਮੈਨੂੰ ਲੱਗਾ ਮੈਂ ਕਿਹਾ ਵੀ ਇੱਦਾਂ ਦੀ ਵਾਈਫ ਦਾ ਗਾਣਾ ਹੈ ਨਾ, ਉਹਨਾਂ ਦੀ ਵੋਕਲ ਬੜੀ ਸ਼ਾਰਪ ਜੀ ਆ, ਬੜੀ ਮੈਨੂੰ ਪਰਸਨਲੀ ਪਸੰਦ ਸੀਗੀ, ਅਤੇ ਬਸ ਇੱਦਾਂ ਹੀ ਆਈਡੀਆ ਸੀਗਾ ਮੈਂ ਕਿ ਉਹਨਾਂ ਨਾਲ ਗਾਣਾ ਕਰਨਾ, ਅਤੇ ਉਹਨਾਂ ਵੀ ਤਿੰਨ ਚਾਰ ਵਾਰੀ ਵੋਕਲਾਂ ਭੇਜੀਆਂ ਮੈਨੂੰ ਕਰ ਕਰਕੇ, ਰੀ ਰਿਕਾਰਡ ਕਰ ਕਰਕੇ। ਹਾਂ ਉਹ ਬਹੁਤ ਮੈਨੂੰ ਕਦੇ ਕਦੇ ਕਹਿੰਦੇ ਥੈਂਕ ਯੂ, ਕਹਿੰਦੇ ਕਿ
ਕਿ ਦੁਬਾਰਾ ਹਨਾ ਮੈਂ ਕਿਹਾ ਵੀ ਨਹੀਂ ਏਦਾਂ ਦਾ ਕੁਛ ਨਹੀਂ ਹੈਗਾ ਹਨਾ ਤੁਹਾਡੀ ਖੁਦ ਦੀ ਕਿਸਮਤ ਆ ਤੁਹਾਡੀ ਖੁਦ ਦੀ ਮਿਹਨਤ ਸੀਗੀ ਤੁਸੀਂ ਐਕਸੈਪਟ ਕੀਤਾ ਗਾਣਾ ਨਾਲ ਦੇ ਨਾਲ ਹਨਾ ਚਲੋ ਵਾਹਿਗੁਰੂ ਦੀ ਮਿਹਰ ਨਾਲ ਚੱਲ ਗਿਆ ਗਾਣਾ ਤੇ ਅੱਗੇ ਵੀ ਮੇਰੇ ਗਾਣੇ ਆ ਰਹੇ ਉਹਨਾਂ ਨਾਲ ਮੈਂ ਹੁਣ ਰੀਸੈਂਟਲੀ ਰਿਕਾਰਡ ਕੀਤਾ ਸੁਦੇਸ਼ ਕੁਮਾਰੀ ਜੀ ਨਾਲ ਹੋਇਆ ਕੋਈ ਮੈਂ ਖੁਦ ਨਹੀਂ ਮੇਰਾ ਮੈਂ ਕਦੀ ਗੱਲ ਨਹੀਂ ਹੋਈ ਮੇਰੀ ਉਹਨਾਂ ਨਾਲ ਕਦੀ ਟੀਮ ਦੀ ਹੀ ਗੱਲ ਹੋਈ ਸੀ ਜਦੋਂ ਹੋਈ ਸੀ ਲਾਸਟ ਟਾਈਮ ਤੇ ਉਹਨਾਂ ਨਾਲ ਗਾਣਾ ਕੀਤਾ ਸੀ ਮੈਂ ਕੁੰਡੀ ਗਾਣਾ ਕੀਤਾ ਸੀ ਉਹਨਾਂ ਨਾਲ ਤੇ ਸੋਹਣਾ ਰਿਸਪੋਂਸ ਆਇਆ ਜੀ ਹਾਲਾਂਕਿ ਟਾਲਜਾ ਵਾਂਗੂ ਨਹੀਂ ਆਇਆ ਚਲੋ ਰਾਈਟ ਹਰ ਚੀਜ਼ ਦਾ ਆਪਣਾ ਇੱਕ ਹੁੰਦਾ ਯਾ ਹਰੇਕ ਦਾ ਇੱਕ ਟੇਸਟ ਆ ਹਨਾ ਤੇ ਉਹਨਾਂ ਨਾਲ ਨਹੀਂ ਮੇਰਾ ਕੋਈ ਹਾਲੇ ਲਾਈਨਅਪ ਹੈਗਾ ਮੈਂ ਅੱਗੇ ਇੱਕ ਦੋ ਨਵੀਆਂ ਵੋਕਲਾਂ ਲੈ ਕੇ ਆ ਰਿਹਾ ਕੁੜੀਆਂ ਦੀਆਂ ਜੀ ਸੋ ਫੀਮੇਲ ਮੈਨੂੰ ਲੱਗਦਾ ਕਿ ਉਹ ਵਧੀਆ ਰਹਿਣਗੇ ਅੱਗੇ ਮੈਂ ਟਰਾਈ ਕਰ ਰਿਹਾ ਕਿ ਨਵੀਂ ਕੋਈ ਆਵਾਜ਼ ਲੈ ਕੇ ਆਈ ਜਾਏ ਕਿ ਹਾਂ ਹੁਣ ਸਾਰੇ ਰਿਪੀਟ ਮੈਨੂੰ ਹਾਲ ਚ ਨਾ ਰਿਪੀਟ ਕਰਨਾ ਮੈਨੂੰ ਬੜਾ ਵਧੀਆ ਲੱਗਦਾ ਹੁੰਦਾ ਮੈਂ ਕਹਿੰਦਾ ਇੱਕ ਚੀਜ਼ ਬਣ ਗਈ ਜਿਹੜੀ ਮੈਂ ਉਹਨੂੰ ਭੁੱਲ ਜਾਂਦਾ ਵਾਂ ਮੈਂ ਕਹਿੰਦਾ ਕਿ ਕੁਛ ਕੁਛ ਨਵਾਂ ਲੈ ਕੇ ਆਈਏ ਕੁਛ ਨਵਾਂ ਟਰਾਈ ਕਰੀਏ ਠੀਕ ਹੈ ਸ਼ੁਰੂਆਤ ਕਰਾਉਂਦੇ ਆ ਰੋਟੀ ਬਣਾਉਂਦੇ ਆ ਕਿਸੇ ਦੀ ਹਨਾ ਉਹ ਹਮੇਸ਼ਾ ਤੁਹਾਨੂੰ ਸਾਰੀ ਉਮਰ ਨਹੀਂ ਭੁੱਲਦਾ ਹੁੰਦਾ ਬੰਦਾ ਰਾਈਟ ਸੋ ਪੰਜਾਬ ਨੂੰ ਹੁਣ ਕਿਸ ਤਰ੍ਹਾਂ ਇੰਜੋਏ ਕਰ ਰਿਹਾ ਜੱਸਾ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਦਿਲ 'ਚ ਸਮੇਟ ਕੇ ਕੈਨੇਡਾ ਵਾਪਸ ਜਾਣਗੀਆਂ ਮੇਰਾ ਦੋਨਾਂ ਥਾਵਾਂ 'ਤੇ ਹੀ ਦਿਲ ਲੱਗ ਜਾਂਦਾ ਕੈਨੇਡਾ ਵੀ ਅਤੇ ਇੱਥੇ ਪੰਜਾਬ 'ਚ ਵੀ ਆਪਣੇ ਹਨਾ ਵੈਸੇ ਮੇਰਾ ਪਿੰਡ ਆ ਜਿਹੜਾ ਉਹ ਆ ਅਸਾਮ ਸ਼ਹਿਰ ਆ ਮੇਰਾ ਅਤੇ ਕਰਨਾਲ ਦੇ ਨੇੜੇ ਪੈਂਦਾ ਹਰਿਆਣੇ 'ਚ ਪੈਂਦਾ ਪਹਿਲਾਂ ਵੀ ਦੱਸਿਆ ਮੈਂ ਗੱਲ ਅਤੇ ਮੈਂ ਹੁਣ ਆਪਣੇ ਪਿੰਡ ਦੇ ਮੁੰਡੇ ਨੂੰ ਮਿਲ ਕੇ ਆਇਆ ਸੀ ਤਾਂ ਕਹਿੰਦਾ ਸੀ ਕਿ ਆਪਣੇ ਪਿੰਡ ਦਾ ਨਾਮ ਜ਼ਰੂਰ ਲਈ ਅੱਛਾ ਅਤੇ ਮੈਂ ਉਸ ਕਰਕੇ ਦੱਸਦਾ ਪਿਆ ਕਿ ਪਿੰਡ ਮੇਰਾ ਜਿਹੜਾ ਉਹ ਆ ਅਸੰਦ ਕਰਨਾਲ ਦੇ ਲਾਗੇ ਪੈਂਦਾ ਅਤੇ ਹਰਿਆਣੇ 'ਚ ਪੈਂਦਾ ਬੜਾ ਵਧੀਆ ਸਾਡਾ ਸ਼ਹਿਰ ਆ ਛੋਟਾ ਜਿਹਾ ਟਾਊਨ ਆ ਅਤੇ ਹੌਲੀ 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 ਵੱਧ ਰਿਹਾ ਗਰੋਥ ਕਰ ਰਿਹਾ ਜਦੋਂ ਛੱਡ ਕੇ ਗਿਆ ਸੀ ਮੈਂ ਉਦੋਂ ਠੀਕ ਸੀਗਾ ਹੁਣ ਮੈਂ ਆ ਕੇ ਦੇਖਿਆ ਤੇ ਕਾਫੀ ਵਧੀਆ ਗਰੋਥ ਕੀਤੀ ਆ ਕਾਫੀ ਨਵੀਆਂ ਚੀਜ਼ਾਂ ਦੇਖੀਆਂ ਮੈਂ ਆਪਣੇ ਸ਼ਹਿਰ ਦੇ ਵਿੱਚ ਜੀ ਤੁਸੀਂ ਹੁਣ ਪੰਜਾਬ ਚ ਆਏ ਹੋ ਸਾਡਾ ਪੰਜਾਬ ਜਿੱਥੇ ਤਰੱਕੀ ਕਰ ਰਿਹਾ ਉੱਥੇ ਹਰ ਘਰ ਦੇ ਵਿੱਚ ਇੱਕ ਦੁੱਖ ਜਿਹੜਾ ਹੈ ਉਹ ਹੈ ਨਾ ਤੁਸੀਂ ਵੀ ਕਿਹਾ ਕਿ 2022 ਦੇ ਵਿੱਚ ਬੜੇ ਘੱਟ ਗਾਣੇ ਤੁਹਾਡੇ ਆਏ ਨੇ ਹੈ ਨਾ ਔਰ ਤੁਸੀਂ ਕਿਹਾ ਬਈ ਫਾਦਰ ਸਾਹਿਬ ਨੇ ਸ਼ੁਰੂ 'ਚ ਤੁਸੀਂ ਕਿਹਾ ਸੀ ਬਈ ਫਾਦਰ ਸਾਹਿਬ ਨੂੰ ਸੀਗਾ ਬਈ ਇੱਥੋਂ ਦੇ ਮਾਹੌਲ ਦੇ ਮੁਤਾਬਿਕ ਆ ਵੀ ਬੱਚੇ ਬਾਹਰ ਜਾ ਕੇ ਸੈਟਲ ਹੋ ਜਾਣ ਹੈ ਨਾ ਬਈ ਉੱਥੇ ਸਿਸਟਮ ਜਿਹੜਾ ਥੋੜ੍ਹਾ ਸਿਕਿਓਰ ਹੈ ਲੇਕਿਨ ਅਸੀਂ ਸਾਰੇ ਜਾਣਦੇ ਹਾਂ ਕਿ ਉੱਥੋਂ ਜਿਹੜਾ ਸਾਡਾ ਹੀ ਆਪਣਾ ਹੀ ਬਹੁਤ ਵੱਡਾ ਸਿਤਾਰਾ ਹੈ ਨਾ ਸਿੱਧੂ ਇੱਥੇ ਆ ਕੇ ਵਸਿਆ ਮਿੱਟੀ ਨਾਲ ਜੁੜਿਆ ਹੈ ਨਾ ਅਤੇ ਉਹ ਵੀ ਆਪਣੇ ਘਰਦਿਆਂ ਦਾ ਇਕੱਲਾ ਇਕੱਲਾ ਮੁੰਡਾ ਸੀਗਾ ਸੋ ਜਸੀ ਉਹ ਇਹ ਚੀਜ਼ਾਂ ਇੱਕ ਆਰਟਿਸਟ ਦੇ ਲਾਈਫ ਨੂੰ ਕਿੰਨਾ ਕੁ ਇਫੈਕਟ ਪਾਉਂਦੀਆਂ ਨੇ ਅਤੇ ਤੁਸੀਂ ਇਸ ਲੋਸ ਨੂੰ ਜਿਹੜਾ ਹੈ ਉਹ ਕਿੱਥੇ ਮਹਿਸੂਸ ਕਰਦੇ ਹੋ ਮੈਂ ਸਭ ਤੋਂ ਪਹਿਲਾਂ ਤਾਂ ਲੋਸ ਇਹ ਮਹਿਸੂਸ ਕਰਦਾ ਕਿ ਇੱਕ ਸਭ ਕਿੰਨਾ ਵੱਡਾ ਆਰਟਿਸਟ ਚਲ ਗਿਆ ਕਿ ਇੱਕ ਐਡਾ ਵੱਡਾ ਆਰਟਿਸਟ ਜਿਹਨੇ ਇੱਕ ਨਿੱਕੇ ਜਿਹੇ ਪਿੰਡ ਤੋਂ ਉੱਠ ਕੇ ਹੈ ਨਾ ਬਿਲਬੋਰਡਸ 'ਤੇ ਗਾਣੇ ਲਾਏ ਆ ਗੋਰੇ ਕਾਲੇ ਬਾਹਰ ਕਿਉਂਕਿ ਮੈਂ ਕੈਨੇਡਾ 'ਚ ਰਿਹਾ ਹੋਇਆ ਹੈ ਨਾ ਉੱਥੇ ਮੈਂ ਦੇਖਿਆ ਆਪਣੀ ਅੱਖਾਂ ਨਾਲ ਦੇਖਿਆ ਕਿ ਕਿਵੇਂ ਕਰੇਜ਼ੀ ਹੋ ਕੇ ਹੈ ਨਾ ਗੋਰੇ ਇੱਦਾਂ ਦਾ ਗਾ ਕੇ ਗਾਣੇ ਸੁਣਦੇ ਹੁੰਦੇ ਸੀਗੇ ਹੋਰ ਮੈਂ ਕਿਸੇ ਆਰਟਿਸਟ ਦੇ ਗਾਣੇ ਨਹੀਂ ਸੁਣਦੇ ਦੇਖੇ ਉਹੀ ਗੋਰੇ ਕਾਲੇ ਹੈ ਨਾ ਸਭ ਤੋਂ ਵੱਡਾ ਘੱਟ ਇਹ ਹੈ ਕਿ ਸ਼ਾਇਦ ਆਉਣ ਵਾਲੇ ਸਾਲਾਂ ਵਿੱਚ ਹੈ ਨਾ ਇੰਡਸਟਰੀ ਨੂੰ ਹੋਰ ਵੱਡੇ ਲੈਵਲ 'ਤੇ ਲੈ ਕੇ ਜਾਂਦਾ ਹੈ ਨਾ ਜਿਵੇਂ ਹੁਣ ਡਰੇਕ ਟੀ ਸ਼ਰਟ ਪਾ ਕੇ ਘੁੰਮ ਰਿਹਾ ਸਿੱਧੂ ਦੀ ਹੈ ਨਾ ਅਤੇ ਉਹ ਚੀਜ਼ ਬਹੁਤ ਵੱਡਾ ਘਾਟਾ ਹੋਇਆ ਅਤੇ ਸ਼ਾਇਦ ਉਹ ਆਉਣ ਵਾਲੇ 10-20 ਸਾਲਾਂ ਵਿੱਚ ਵੀ ਨਾ ਪੂਰਾ ਹੋਏ ਕੋਈ ਇਹੋ ਜਿਹਾ ਆਰਟਿਸਟ ਦੁਬਾਰਾ ਨਾ ਜੰਮੇ ਜਿਹੜਾ ਆਪਣੇ ਦਮ 'ਤੇ ਆਪਣੀ ਕੈਪੇਬਿਲਿਟੀ ਦੇ ਦਮ 'ਤੇ ਇੱਕ ਹੌਸਲਾ ਰੱਖਣ ਵਾਲੇ ਗੀਤਾਂ ਨਾਲ ਇੰਨਾ ਜ਼ਿਆਦਾ ਛਾਏ ਤੁਹਾਨੂੰ ਮਿਲਣ ਲੱਗਦਾ ਜੀ ਇੱਕ ਬੜਾ ਰੀਅਲ ਜਿਹਾ ਬੰਦਾ ਸੀਗਾ ਹਾਲਾਂਕਿ ਮੈਂ ਕਦੇ ਮਿਲਿਆ ਨਹੀਂ ਉਹਨਾਂ ਨੂੰ ਮੇਰੇ ਗਾਣੇ ਹਮੇਸ਼ਾ ਉਹ ਗੱਡੀ 'ਚ ਵਜਾ ਕੇ ਸ਼ੇਅਰ ਕਰਦੇ ਹੁੰਦੇ ਸੀਗੇ ਮੈਨੂੰ ਬਹੁਤ ਚੰਗਾ ਲੱਗਦਾ ਹੁੰਦਾ ਸੀ ਕਿਉਂਕਿ ਯਾਰ ਸਪੈਸ਼ਲ ਮੇਰੇ 5-6 ਗਾਣੇ ਉਹਨਾਂ ਸਪੈਸ਼ਲ ਵਜਾ ਵਜਾ ਕੇ ਗੱਡੀ ਵਿੱਚ ਨਾ ਸ਼ੇਅਰ ਕੀਤੇ ਆ ਅਤੇ ਮੈਨੂੰ ਉਹ ਚੀਜ਼ ਤਾਂ ਭੁੱਲਦੀ ਨਹੀਂ ਹੈ ਨਾ ਕਦੀ ਮੇਰੀ ਵਾਰਤਾਲਾਪ ਨਹੀਂ ਹੋਇਆ ਉਹਨਾਂ ਨਾਲ ਜਾਂ ਕਦੀ ਗੱਲਬਾਤ ਨਹੀਂ ਹੋਈ ਅਤੇ ਚਲੋ ਨਹੀਂ ਹੋਈ ਤਾਂ ਵੀ ਠੀਕ ਆ ਹੈ ਨਾ ਇੱਕ ਮੇਰੇ ਲਈ ਰਿਸਪੈਕਟ ਜੀ ਵੱਖਰੀ ਆ ਉਹਨਾਂ ਵਾਸਤੇ ਹੈ ਨਾ ਅਤੇ ਘਾਟਾ ਕਦੇ ਵੀ ਨਹੀਂ ਪੂਰਾ ਹੋਣਾ ਜਿਹੜਾ ਪੈ ਗਿਆ ਅਤੇ ਮੈਂ ਇੱਕ ਹੋਰ ਗੱਲ ਦੱਸਦਾ ਸਿੱਧੂ ਵੀਰਾ ਵੀ ਹੈ ਨਾ 2016 ਵਿੱਚ ਕੈਨੇਡਾ ਗਿਆ ਸੀਗਾ ਮੈਂ ਵੀ 2016 'ਚ ਗਿਆ ਸੀਗਾ ਸਾਡਾ ਸੇਮ ਕੋਲੇਜ ਸੀਗਾ ਓਕੇ ਹੰਬਰ ਕੋਲੇਜ ਸੀਗਾ ਅਤੇ ਮੇਰਾ ਵੀ ਸੇਮ ਕੋਲੇਜ ਸੀਗਾ ਅਤੇ ਉਹਨਾਂ ਦਾ ਵੀ ਅਤੇ ਸ਼ਾਇਦ ਮੇਰੇ ਤੋਂ ਸੇਮ ਬੈਚ ਵੀ ਸੇਮ ਹੀ ਸੀਗਾ ਆਲਮੋਸਟ ਓਕੇ
ना उदो मेरे को गाने आए थे ना बाई के गाने आए थे, मैं देखना करना, मैं भी 1.25 फुट का मुंडा है ना, कुकरी का कोर्स होंगे उन्होंने, उन्हें वॉक करना करना है ना, पूरे कॉलेज तो मैं लंबा लगता हूँ पूरा चोबर है ना, मैं देखना करना क्या भी पता नहीं कौन है ना। तो फिर मैंने पता लगा भी सिद्धू आ, भी सिद्धू मूसे वाला, उन्होंने पहला गाने आया उदो निंजे वीर ना गाना आया उन्होंने। हाँ जी, तो गाना मैं सुनिया, मैं पहली बार लिरिक्स सुने तो मैनू लिरिक्स वजे दिमाग के, उदो मैं नाम पहली बार सुनिया सिद्धू मूसे वाला, तो मैं नाम याद सगा बट मैं पता नहीं उ सेम मुंडा है ना। तो मैं वेखना करना, तो जो गाने आ गए है ना वो एकदम ही इन्ने ज़्यादा वायरल हो गए, मैं देखना करना, मैं यार भी बड़े ठंडे सुभा का बंदा है ना, इतने आराम ना तुरै फिर भी कोई इदा नहीं, कोई ईगो नहीं है, कुछ नहीं है ना, अज एडा वा स्टार बन गया है ना। उस तो बाद कभी मेरा वार्तालाप नहीं होया, तो मैं बड़ा लकी समझदा कि सेम कोले सीगे, सेम बैस सीगा साडा है ना, कभी मैं गल शेयर नहीं की वाली ना किसी ने दसी आ। तो अज मैं चलो बैठा मैं तुहाडा की गल शेयर करती है ना, कि मैं अखा अखा नाल देखदा हुंदा सीगा कि बंदा तुरिया फिरिया हुण अज दुनिया ते है नहीं, ते वो चीज़ वालों भी कमी महसूस होंगी है कि है ना, जो अखा सामने बंदा स्टार बने, अखा सामने इन्ना नाम बना गया, तो अखा सामने ही मतलब वो हो गया है ना, चल गया जी। तो मैं परसनली बहुत ज़्यादा गाने सुनता हूँ इन्हों, मैं परसनली पहले गाने तो लैके एंड तक मैं हरेक गाना सुनया, कला कला गाना सुनया, तो मोटीवेट भी होता सीगा है ना जी, जी। एक बड़े जज्बे ना सुनीदा सीगा कि हाँ सिद्धू का गाना आया, तो ना मैं कभी कोई सिमती लैना चाहवागा इस नाम तो जी। तो बड़ा वधिया आर्टिस्ट है, तो यहो जहा आर्टिस्ट मैं लगता आने वाले दहाके चाह कि किन्ने साल नहीं दोबारा आना जी, मेरी परसनल थिंकिंग है बिल्कुल। लेकिन थोड़े नाल गलबात करके मैं ये जरूर महसूस कर सकती हूँ और इंसानियत तौर पर इन्नी गल कह सकती हूँ, भी छोटे छोटे पिंडों चो उठ के उच्चे नाम बनाने वाले कलाकार जो मिलते हैं तो दिल नू बहुत चंगा लगता है। सिद्धू ने भी बनाया और तुसी सारे बड़ा प्यार देंदे हो, तो तुसी भी बहुत अच्छा अपने ट्रैक से तुरे हुए हो जैसे, एंड आई मैं सच्ची चाहनी हाँ दिलों भी तुसी भी दुनिया दे विच ओ बेंचमार्क सेट करके जाओ कि हर एक नूं लगे भी हाँ ए म्यूजिक सीगा, एदे ते मेहनत कीती गई है। सो म्यूजिकल एंडिंग करिए। बिल्कुल बिल्कुल, तुहानूं एक नवा गाना सुनाउंदा, वाइबिन एल्बम चो आया ते स्पेन गाना मेरा रिसेंटली, मेरे बढ़िया गाना लगदा ओके। बिंदे बिंदे लंघ जावे कोड़ो लाडो राणी, नी आशकां दा हाल की है पुछ मर जानी, नी हल कर देवांगे जे मंग करेंगी, तेरा ही एक घाटा जे तू संग करेगी, तू खे अंग अंग फीलिंगां पार वालियां, कढ दूं मैं कसरां प्यार वालियां, मित्रां दा नाम फिर बुलियां तो लैणा नहीं, हां जोर अज मैश पिछों मनना है पैणा नहीं, तेरे ते पिघल गए थे असी विगड़ गए नहीं, फिर सांभे नहीं हो जाने नशा तेरा, अत बन जू नहीं फिर लत बन जू नहीं, सातों काबू च नहीं आने ताने बने। क्या बात है, सो बहुत अच्छी गल है। मैं तो कहनी हां भी तुहानू सुनन दी लत लगी रहे ते तुहानू गाउण दी ते अच्छा म्यूजिक बनाउण दी लत लगी रहे। सो वाहेगुरु चढ़दी कला च लगे जैसे, मैनू बहुत वधिया लगे तुहाडे नाल गलबात करके, एंड ऑल द वेरी बेस्ट। थैंक यू, तो तुहाडा सारा दा भी बड़ा शुक्रिया। मैं तो दिलों हमेशा एक ही गुजारिश करदी हां, और खासकर जब कलाकार वह होवे जिन्हें अपने दम ते एक अचीवमेंट जिहड़ी है वह हासिल कीती होवे तुहाडे प्यार ते साथ दे नाल। सो जे कलाकार इस हाइप तक पहुँच सकदा ते इस तों उत्ते भी छा सकदा, जरूरत है तुहाडे प्यार दी, साथ दी, ते सपोर्ट दी। गुस्से ना होया करो, कलाकारा दी अपनी भी कोई जिंदगी हुंदी है। सो कीप सपोर्टिंग एंड कीप वॉचिंग सने पंजाबी फिलहाल दे लई दिओ इजाजत, सत श्री अकाल।